ਕੇਆਰਪੀ 1550 ਏਐਮ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:13 ਹੋਏ ਨੇ, 5 ਅਪ੍ਰੈਲ ਦਾ ਦਿਨ ਹੈ, ਵਰਾ 2019 ਦਾ ਸ਼ੁੱਕਰਵਾਰ ਹੈ। 23 ਚੇਤ ਨਾਨਕ ਸਿੰਘ ਸਮਤ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਖੂਹ ਤੇ ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਚ ਖਬਰਾਂ ਤੋਂ ਬਾਅਦ ਖੁੱਲੀ ਵਿਚਾਰ ਚਰਚਾ ਹੋਏਗੀ ਸਰੀ ਸ਼ਹਿਰ ਦੇ ਬਾਰੇ। ਸਰੀ ਸ਼ਹਿਰ ਦੀਆਂ ਮੁਸ਼ਕਲਾਂ ਅੱਜ ਦੀ ਤਰੀਕ ਦੇ ਵਿੱਚ ਕੀ ਨੇ, ਸਰੀ ਸ਼ਹਿਰ ਦੀ ਨਵੀਂ ਕੌਂਸਲ ਤੇ ਨਵੇਂ ਮੇਅਰ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਨੇ। ਪਿਛਲੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਆਲਮੋਸਟ 4-5 ਮਹੀਨੇ ਹੋ ਗਏ ਆ ਹੁਣ, ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਫਰਕ ਕੁਛ ਸਿਟੀ ਹਾਲ ਦੇ ਵਿੱਚ ਜਾਂ ਜਾਣੇ ਹੋ ਕੰਮਾਂ ਕਾਰਾਂ ਦੇ ਵਿੱਚ, ਜਾਂ ਸਿਟੀ ਦੇ ਇੰਸਪੈਕਟਰਾਂ ਦਾ, ਤੁਹਾਡੇ ਘਰਾਂ ਦੀ ਇੰਸਪੈਕਸ਼ਨ ਦਾ, ਸਿਟੀ ਦੇ ਵਿੱਚ ਵੇਟਿੰਗ ਟਾਈਮ ਦਾ, ਤੇ ਉੱਥੇ ਕਿਹੋ ਜਿਹਾ ਮਾਹੌਲ ਹੈ, ਕੁਛ ਬਦਲਾਅ ਆਇਆ ਜਾਂ ਨਹੀਂ ਆਇਆ, ਜਾਂ ਕੱਲੀ ਪਾਰਕਿੰਗ ਲੋਟ ਇਹ ਫ੍ਰੀ ਹੋਈ ਆ, ਪਾਰਕਿੰਗ ਫ੍ਰੀ ਹੋਈ ਆ, ਫਰਕ ਕੀ ਪਿਆ? 1-844-247-1550 ਆਉਣੇ ਨੰਬਰ ਰਹੇਗਾ ਤੁਹਾਡੇ ਸਵਾਲ ਤੇ ਨਾਲ ਹੀ ਜਵਾਬ, ਮੇਰੇ ਸਵਾਲ ਤੁਹਾਡੇ ਜਵਾਬ 12 ਤੋਂ 1 ਵਜੇ ਤੱਕ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਸਰ ਪਰਮਿੰਦਰ ਸਿੰਘ ਥਿੰਦ ਇੰਸ਼ੋਰੈਂਸ ਬਾਰੇ ਜਾਣਕਾਰੀ ਦੇਣਗੇ। ਆਖਰੀ ਹਿੱਸੇ 'ਚ 1 ਤੋਂ 2 ਵਜੇ ਤੱਕ ਪਿੰਡਾਂ ਦੀ ਸਾਦਗੀਆਂ ਦੀਆਂ ਗੱਲਾਂ ਹੋਣੀਆਂ, ਸਿੱਧੀਆਂ ਗੱਲਾਂ, ਪਿੰਡ ਦੀ ਸੱਥ 'ਚ ਬੈਠੀਆਂ ਨਵੀਆਂ ਗੱਲਾਂ ਜਿਹੜੀਆਂ ਸੁਣ ਕੇ ਆਇਆ, ਉਹ ਕਿਵੇਂ ਤੋਰਦੇ ਨੇ, ਕਿਵੇਂ ਗੱਲ ਕਨਕਲੂਜਨ ਕਿਵੇਂ ਕਰਦੇ ਆ, ਉੱਪਰੋਂ ਲੰਘੇ ਜਾਂਦੇ ਜਹਾਜ਼ ਦਾ ਲੱਖਾ ਲੇਖਣ ਕਿਵੇਂ ਲਾਉਂਦੇ ਆ, ਵੀ ਇਹ ਕਿੱਥੇ ਕਾਲਾ ਜਹਾਜ਼ ਹੈ? ਅੱਛਾ ਵੀ ਉੱਚਾ ਲੱਗਦਾ, ਮੈਂ ਕਹਿੰਦਾ ਦੂਰ ਅਮਰੀਕਾ ਹੀ ਜਾਊ ਇਹ। ਲੁਧਿਆਣੇ ਦੇ ਉੱਪਰ ਦੀ ਲੰਘਦਾ ਜਹਾਜ਼ ਉਹਦਾ ਲੱਖਣ ਲਾਉਂਦੇ ਆ ਥੱਲੇ ਬੈਠੇ GPS ਟਰੈਕਰ ਜਿਹੜੇ ਨੈਵੀਗੇਟਰ ਨੇ ਪਿੰਡਾਂ ਵਾਲੇ, ਉਹਨਾਂ ਦੀ ਗੱਲਬਾਤ ਤੇ ਕਾਰਾਂ ਦਾ ਵਿਸ਼ਲੇਸ਼ਣ ਉਹ ਕਿਵੇਂ ਕਰਦੇ ਆ, ਕਿਹੜੀ ਕਾਰ ਕਿਵੇਂ, ਕਿਹੜੀ ਕਾਰ ਕਿਸ ਤਰ੍ਹਾਂ, ਆਹ ਕਾਰ ਕਿਵੇਂ ਤੇ ਕੀ ਕੀ ਇਹਦੇ ਵਿੱਚ ਹੈ, ਤੇ ਨਵੀਆਂ ਚੀਜ਼ਾਂ, ਪੁਰਾਣੀਆਂ ਚੀਜ਼ਾਂ, ਬਹੁਤ ਕੁਛ ਪਿੰਡਾਂ ਦੀ ਸਾਦਗੀ ਹੈ ਬਸ ਉਹਨਾਂ 'ਚ। ਨਾਲ ਹੀ ਘੁੱਡਾ ਸਿੰਘ ਦੀ ਤੇ ਸੁਰਿੰਦਰ ਸਿੰਘ ਦਾਊ ਮਾਜਰੇ ਦੀਆਂ ਗੱਲਾਂ, ਕੁਛ ਪੰਜਾਬ ਦੇ ਪਿੰਡਾਂ ਦੀਆਂ ਉਹ ਵੀ ਸੁਣਾਵਾਂਗੇ, ਹੱਸਾਂਗੇ, ਖੇਡਾਂਗੇ, ਨਾਲੇ ਤੁਸੀਂ ਸੁਣਾਇਓ ਗੱਲਾਂ ਪੁਰਾਣੀਆਂ। 1-844-247-1550 ਆਉਣੇ ਨੰਬਰ ਹੈ। radio.com ਤੇ ਸਿੱਧਾ ਪ੍ਰਸਾਰਣ ਚੱਲਦਾ ਦੁਨੀਆ 'ਚ ਜਿੱਥੇ ਬੈਠੇ ਹੋ। ਪ੍ਰੋਗਰਾਮ ਰਹਿ ਜੇ ਤਾਂ ਯੂਟਿਊਬ ਤੇ ਪਾ ਦਈਦਾ, ਬਿਲਕੁਲ ਪੁਣ ਕੇ ਪਾਉਂਦਾ ਹੈ ਪਵਨ ਜਵੰਦਾ ਹੈ, ਲੋਕ ਸੱਤ LOKSATTH, ਲੋਕ ਸੱਤ ਦਾ ਫੇਸਬੁੱਕ ਦਾ ਵੀ ਪੇਜ ਹੈ। ਮੈਂ ਤਾਂ ਗੱਲ ਹੀ ਨਹੀਂ ਅੱਜ ਤੱਕ ਤੁਹਾਨੂੰ ਕੀਤੀ, ਉਹਨੂੰ ਵੀ ਲੱਭ ਕੇ ਕਿਤੇ ਲਾਈਕ ਕਰ ਦਿਓ ਨਾਲ ਹੀ, ਉਹਦੇ ਨਾਲ ਵੀ ਉੱਥੇ ਵੀ ਤੁਸੀਂ ਮਸ਼ਵਰਾ ਕੋਈ ਸ਼ੇਅਰ ਕਰ ਸਕਦੇ ਹੋ। ਉੱਥੇ ਵੀ ਸਾਰੀਆਂ ਵੀਡੀਓਜ਼ ਪਾਈਆਂ ਹੁੰਦੀਆਂ, ਯੂਟਿਊਬ 'ਤੇ ਵੀ ਹੁੰਦੀਆਂ। ਬਹੁਤ ਸੁਖਾਲਾ ਕਰ ਦਿੱਤਾ ਤੁਹਾਨੂੰ, ਧੰਨਵਾਦ ਹੈ ਛੋਟੇ ਭਾਈ ਦਾ, ਪਿਛਲੇ 4 ਸਾਲਾਂ ਤੋਂ ਮੋਢੇ ਨਾਲ ਮੋਢਾ ਲਾ ਕੇ ਉਹ ਕੰਮ ਕਰਦਾ ਹੈ। ਨਹੀਂ ਤਾਂ ਸਰੀ ਤੋਂ ਡੱਕਰੇ ਹੋਏ ਸੀ, ਮੈਨੂੰ ਲੱਗਦਾ ਸੀ ਡੱਕਰੇ ਦਿੱਤੇ, ਪਰ ਜਦ ਕੀੜੀਆਂ ਨੂੰ ਪਾਤਸ਼ਾਹੀ ਦੇਣ ਵਾਲਾ ਨਾਲ ਹੁੰਦਾ ਹੈ ਫਿਰ ਪਰਵਾਹ ਨਹੀਂ ਕਿਸੇ ਦੀ। ਇਹੀ ਤਾਂ ਪੰਗਾ ਪੰਜਾਬੀਆਂ ਦਾ, ਮੇਰੀ ਥਾਲੀ 'ਚ ਕੀ ਹੈ ਉਹਨੂੰ ਨਹੀਂ ਦੇਖਦੇ, ਦੂਜੀ ਦੀ ਥਾਲੀ 'ਚ ਕਿਉਂ ਹੈ ਇਹ ਰੌਲਾ ਪਿਆ ਹੋਇਆ, ਆਪ ਤਾਂ ਤੰਗੀ ਹੈ ਨਹੀਂ, ਕਿਸੇ ਨੂੰ ਦੇਖ ਕੇ ਤੰਗੀ ਆ, ਹਾਏ ਉਹ ਰੱਬਾ ਇਹਦੇ ਕੋਲ ਆਹ ਕਾਰ ਆਈ ਕਿੱਥੋਂ, ਇਹਨੇ ਕੀਤਾ ਕੀ ਹੈ, ਇਹ ਕਰਦਾ ਕੀ ਹੈ, ਇਹ ਦੇਖਦਾ ਤਾਂ ਕੁਛ ਕਰਦਾ ਨਹੀਂ, ਇਹ ਪੈਸਾ ਕਿੱਥੋਂ ਆ ਰਿਹਾ ਇਹਦਾ, ਬੜਾ ਔਖਾ। ਜ਼ਿੰਦਗੀ ਦੀਆਂ ਮਿਹਨਤਾਂ ਨੂੰ ਲੋਕ ਪਰਦੇ ਦੇ ਪਿੱਛੇ ਲੈ ਜਾਂਦੇ ਨੇ, ਜਿਵੇਂ ਬਿਲਡਰਾਂ ਦੇ ਪਿੱਛੇ ਪਏ ਨੇ, ਹਾਂ ਹਾਂ ਇਹ ਘਰ 2 ਮਿਲੀਅਨ ਦਾ ਬਣਾਉਂਦੇ ਕਿਵੇਂ ਨੇ, ਉਹਨਾਂ ਨੂੰ ਨਹੀਂ ਦੇਖਿਆ ਬਈ ਕਿਵੇਂ 25-25 ਸੈਂਟਾਂ ਦੇ ਉੱਪਰ ਕੰਮ ਕੀਤਾ ਇੰਟੀਰੀਅਰ BC ਦੇ ਵਿੱਚ। ਉਹੀ ਕੈਵਨ ਸੀ ਜਿਹਦੇ ਤੇ ਅੱਗ ਸੇਕਣੀ, ਉਹੀ ਕੈਵਨ ਸੀ ਜਿਹਦੇ ਵਿੱਚ ਰੋਟੀਆਂ ਲਾਉਣੀਆਂ, ਉਹੀ ਕੈਵਨ ਸੀ ਨਹਾਉਣ ਨੂੰ, ਧੋਣ ਨੂੰ, ਬਾਹਰ ਗਰਮ ਪਾਣੀ ਕਰਕੇ ਜਾਣ ਨੂੰ। ਬੜਾ ਔਖਾ ਸਮਾਂ ਲੋਕਾਂ ਵੇਖਿਆ। ਅੱਜ ਦੇ ਦਿਨ ਦੀ ਗੱਲ ਨਾ ਵੇਖੋ, ਪਿਛਲੇ 25 ਸਾਲਾਂ ਦਾ ਜਿਹੜਾ ਵੇਖੋ ਗੱਲ, ਉਹੀ ਕਪੂਰਾ ਤਾਇਆ ਨਾਲ ਬੈਠਾ, ਗੱਬੇ ਮੈਂ ਬੈਠਾ, ਪਰਲੇ ਬੰਨੇ ਇੱਕ ਹੋਰ ਘਰਾਂ 'ਚੋਂ ਬੈਠਾ। ਘਰਦਿਆਂ ਨੇ ਕੜਮੱਤ ਤੋਰਤਾ, 9ਵੀਂ ਸੀ, ਕੜਮੱਤ ਵਾਲਿਆਂ ਨੇ ਮੂਹਰੇ ਸੂਜੀ ਦਾ ਕੜਾਹ ਰੱਖਤਾ। ਹੁਣ ਸੂਜੀ ਦਾ ਕੜਾਹ ਕਿੱਥੇ ਭੋਗ ਕਹਿੰਦੇ ਨੇ ਸਾਡੇ ਮਾਲਵੇ 'ਚ, ਸੂਜੀ ਦਾ ਭੋਗ ਪੰਜਾਬ ਮੁੰਡਾ ਕਿੱਥੇ ਛੋਟਾ ਖਾਂਦਾ? ਬੁੜਿਆਂ ਨੂੰ, ਬਜ਼ੁਰਗਾਂ ਨੂੰ ਤਰੌਟੀ ਦਾ ਉਹਦਾ ਪਤਾ ਸੀ ਬਈ ਉਹਦੇ 'ਚ ਦਾਖਾਂ ਨੇ, ਖੋਪ ਹੈ, ਸੂਜੀ ਹੈ, ਨਾਲ ਦੇਸੀ ਘਿਓ ਚੱਕਮਾ ਪਾਇਆ। ਮੈਂ ਜਾਂ ਨੱਕ ਬੁੱਲ ਜੇ ਮਾਰਾਂ, ਖੱਬੇ ਬੈਠੇ ਵਾਲਾ ਕਹਿੰਦਾ ਇੱਧਰ ਕਪੂਰੇ ਵੱਲ ਨੂੰ ਰੱਖ ਦੇ, ਹੌਲੀ ਦੇ ਬੋਲੀ ਨਾ, ਮੈਂ ਤੇਰੇ ਵਾਲੀ ਥਾਲੀ 'ਚ ਰੱਖਦਾ, ਤੂੰ ਇਕੱਠਾ ਕਰਕੇ ਇੱਧਰ ਰੱਖ ਦੇ। ਮੈਂ ਅੱਛਾ ਇੰਨਾ ਕਿਵੇਂ ਖਾਊ ਇਹ? ਕਹਿੰਦਾ ਤੂੰ ਬੋਲੀ ਨਾ, ਜੇ ਤੂੰ ਹੱਸ ਪਿਆ ਫੇਰ ਨਹੀਂ। ਉਹਨੇ ਮੇਰੇ ਵਾਲੀ ਥਾਲੀ 'ਚ, ਮੈਂ ਅਗਲੀਆਂ ਥਾਲੀਆਂ 'ਚ, 2 ਬਾਟੀਆਂ ਸੀ ਬੜੀਆਂ, ਕਪੂਰੇ ਵਾਲੀ ਥਾਲੀ ਤਾਏ ਵਾਲੀ 'ਚ ਕਰਤਾ।
ਲਓ ਜੀ ਉਹਨੇ ਫਿਰ ਚਮਚਾ ਮੂੰਹ ਚ ਜਾਵੇ, ਮੂੰਹ ਨਾ ਹਿੱਲੇ, ਭੋਗ ਅੰਦਰ ਜਾਵੇ, ਨਿਗਾਵੇ ਜਿਵੇਂ ਆਪਾਂ ਪਾਣੀ ਦੀ ਘੋਟਣੀ ਨਿਗਾਉਂਦੇ। ਜਦ ਉਹਨੇ ਸਾਰਾ ਖਾ ਲਿਆ ਮੈਂ ਹਤਾਇਆ, ਕਹਿੰਦਾ ਹਾਂ, ਕਹਿੰਦਾ ਮੈਂ ਕਿਹਾ ਇਹਦਾ ਕੀ ਫਾਇਦਾ, ਤੂੰ ਤਾਂ ਮੂੰਹ ਦੇ ਵਿੱਚ ਇਹਨੂੰ ਭੋਰਾ ਘੁਮਾਉਂਦਾ ਵੀ ਨੀ, ਇਹਦਾ ਸਵਾਦ ਵੀ ਲੈਂਦਾ, ਤੂੰ ਤਾਂ ਨਿਗਾਉਣਾ ਅੰਦਰ। ਉਹ ਕਹਿੰਦਾ ਮੂੰਹ ਨੂੰ ਛੱਡ, ਮੂੰਹ ਚ ਬਾਹਲਾ ਮਿੱਠਾ ਘੁਮਾਏ ਤੇ ਪਾੜਿਆ, ਮੂੰਹ ਮਿੱਠਾ ਹੋ ਜਾਂਦਾ ਫਿਰ ਭੋਗ ਨੀ ਖਾ ਹੁੰਦਾ। ਮੈਂ ਕਿਹਾ ਇਹਦਾ ਕੀ ਫਾਇਦਾ, ਕਹਿੰਦਾ ਇਹਦਾ ਫਾਇਦਾ ਹੀ ਫਾਇਦਾ, ਅੰਦਰ ਤਰੌਟੀ ਦੇਖੀ ਜਾਂਦੀ ਕਿੰਨੀ ਆ, ਨਿਰੀਓ ਤਰੌਟੀ ਆ ਢਿੱਡ ਦੇ ਵਿੱਚ, ਹੋਣਾ ਅੱਧਾ ਕਿਲੋ ਅਸੀਂ ਭੋਗ ਮੈਂ ਹੁਣ ਛਕ ਲਿਆ। ਕਹਿੰਦਾ ਹੁਣ 4 ਮਹੀਨੇ ਸਰੋਂ ਦਾ ਤੇਲ ਨੀ ਧੁੰਨੀ ਨੂੰ ਲਾਉਣ ਦੀ ਲੋੜ। ਇਉਂ ਪਿੰਡਾਂ ਵਾਲੇ ਗੱਲਾਂ ਨੈਵੀਗੇਟਰ ਸੁਣਾਉਂਦੇ ਅੱਜ ਉਹਨਾਂ ਦੀਆਂ। ਸੋ ਇਹ ਤਰੌਟੀ ਹੈ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੈ। ਇਹਦੇ ਲਈ ਧੰਨਵਾਦ ਹੈ ਪਵਨ ਦਾ। arpradio.com harjeet.g@arpradio.com ਈਮੇਲ ਆ ਜਿੱਥੇ ਤੁਸੀਂ ਗੱਲਾਂ ਬਾਤਾਂ ਆਪਣੀਆਂ ਭੇਜ ਸਕਦੇ ਹੋ। ਫੇਸਬੁੱਕ ਤੇ ਵੀ ਉੱਡਦੀਆਂ ਪੰਜ ਕੱਕਿਆਂ ਦੀ ਓਟ ਹੇਠਾਂ ਸ਼ਿੱਦਤਾਂ, ਉੱਥੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ ਪੰਜਾਬ ਦੀ ਗੱਲ ਹੁੰਦੀ ਹੈ। ਮਿੱਟੀ ਨੇ ਨਕਸ਼ਾ ਤੱਕਿਆ, ਲੋਹੇ ਦੀ ਨੰਗੀ ਭਾਰ ਦਾ, ਬਦੀਆਂ ਦੇ ਖੇਮੇ ਪੁੱਟ ਕੇ, ਅਣਖਾਂ ਦੇ ਚਿੱਲੇ ਚਾੜ ਕੇ, ਬਾਜਾਂ ਦੇ ਭੂਸਲ ਖੰਭ ਤੋਂ ਝੜਦੇ ਨੇ ਉੱਥੇ ਫਲਸਫੇ, ਤੇ ਬਹਿੰਦੀਆਂ ਨੇ ਕੋਰੀਆਂ ਰੁੱਤਾਂ ਪੁਲਾਥੀ ਮਾਰ ਕੇ, ਤਰਦੀਆਂ ਨੇ ਜਾਮਣੀ ਚੁੱਪਾ ਹਵਾ ਦੀ ਕਾਂਗ ਤੇ, ਰੋਹੀ ਦੇ ਰਾਗੀ ਬਾਬਰੇ ਝੂਮਣ ਸੁਰਾਂ ਦੀ ਤਾਰ ਤੇ, ਜਦ ਵੀ ਆਉਣਾ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ, ਕਾਲੇ ਸਿਆਹ ਪੈਂਡਿਆਂ ਨੂੰ ਚਾਨਣਾ ਚ ਰੰਗਣਾ, ਰੇਤਾ ਵੀ ਭਰ ਕੇ ਚੁੰਗੀਆਂ ਪੌਣਾ ਤੇ ਉੱਤੇ ਬਹਿ ਗਿਆ ਕਿ ਆਖਦੇ ਨੇ ਸਤਿਗੁਰਾਂ ਅੱਜ ਵਣਾਂ ਚੋਂ ਲੰਘਣਾ, ਜਦ ਪੀਂਦੀਆਂ ਨਾ ਅੱਕ ਦੇ ਡੋਡੇ ਦਾ ਰੱਸੀ ਪੀਂਦੀਆਂ, ਜਦ ਲਾਉਂਦੀਆਂ ਸਿਰਹਾਣਾ ਇਹ ਟਿੰਡ ਦਾ ਹੀ ਲਾਉਂਦੀਆਂ, ਰਾਤਾਂ ਨੇ ਹੱਦੋਂ ਠੰਡੀਆਂ, ਪੈੜਾਂ ਚ ਸੂਲਾਂ ਪੁੜਦੀਆਂ, ਮਾਛੀਵਾੜੇ ਦੇ ਜੰਗਲਾਂ ਵਿੱਚ ਖਾਲਸਾਈ ਮਸਤੀਆਂ, ਨਿਰਵੈਰ ਹੈ ਸ਼ਾਹਕਾਰ ਹੈ ਤੀਰਾਂ ਦਾ ਓਕਾਰ, ਜੋ ਕੇਵਲ ਵਿਨਾਸ਼ਕੀ ਨੀ ਨਵ ਰੁੱਤ ਦੀ ਟਕਸਾਲ ਹੈ, ਕਲ ਮੈਂ ਦੱਸਣ ਦੀ ਨੋਕ ਚ ਸੁਰਖੀ, ਜੋ ਖਿੰਡਗੀ ਬੇਲੀ ਹੋਏ ਵਗ ਰਹੇ ਪਾਣੀ, ਉਹਨਾਂ ਦੇ ਕਿਣਕਿਆਂ ਦੀ ਝਾਲ ਹੈ, ਡੂੰਘੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ, ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦੁਆਰ ਹੈ, ਪਾਣੀ ਦੇ ਕੱਚ ਤੇ ਉਸਰੇ ਧੁੱਪਾਂ ਦੇ ਬੁੱਤ ਹੀ ਤਖਤ ਨੇ, ਸੂਰਜ ਦਾ ਚਾਨਣ ਹੱਦ ਹੈ, ਕੁੱਲ ਜਗਤ ਹੀ ਪਰਿਵਾਰ ਹੈ, ਇਹ ਕਿਸ ਦਾ ਜੁੱਸਾ ਲਿਸ਼ਕਦਾ ਸਾਡੇ ਵਿਹੜਿਆਂ ਦੀ ਧੁੱਪ ਚੋਂ, ਇਹ ਕਿਸ ਦਾ ਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ, ਵੀ ਉਹ ਕੌਣ ਸੀ ਜਿਸ ਦੇ ਮਗਰ ਤੁਰ ਪਏ ਸੀ ਪੈੜਾਂ ਪੂਜਦੇ। ਆਨੰਦਪੁਰ ਦੀ ਗੱਲ ਹੈ, ਕਲੰਗੀ ਨਗਾਰਾ ਚਾਨਣੀ ਝੰਡੇ ਤਖਤ ਕਿਰਪਾਨ ਵੀ, ਗੋਬਿੰਦ ਹੀ ਹੈ ਸਾਡਿਆਂ ਆਜ਼ਾਦ ਸਾਹਾਂ ਦੀ ਲੜੀ, ਗੋਬਿੰਦ ਹੀ ਸਾਡਾ ਜਵਾਂ ਦਾ ਸਭ ਤੋਂ ਸੁੱਚਾ ਬਾਕ ਹੈ, ਗੋਬਿੰਦ ਹੀ ਸੁੱਕਾ ਸਖਤ, ਗੋਬਿੰਦ ਹੀ ਤਰ ਮਖਮਲੀ, ਗੋਬਿੰਦ ਅੱਕ ਸੰਦਲ ਹਵਾ ਠੂਠਾ ਸਿੰਘਾਸਣ ਖਾਕ ਹੈ, ਗੋਬਿੰਦ ਅੱਕ ਸੰਦਲ ਹਵਾ ਠੂਠਾ ਸਿੰਘਾਸਣ ਖਾਕ ਹੈ। ਸਾਹਿਬ ਆਲਮ ਬਾਰੇ ਹਰਮਨਜੀਤ ਲਿਖਦਾ, ਪੰਜਾਬ ਦੀ ਧਰਤ ਨੂੰ ਵੀ ਛੋਹਦਾ ਨਾਲ ਹੀ। ਹੁਣ 11:30 ਵੱਜ ਗਏ ਜੀ, ਪਰਮਿੰਦਰ ਸਿੰਘ ਗਿੱਲ ਗੱਲਬਾਤ ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਗੱਲਬਾਤ ਕਰਨਗੇ। ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਪਿਛਲੇ 2 ਮਹੀਨਿਆਂ 'ਚ, 1.5 ਮਹੀਨਿਆਂ 'ਚ ਕੀ ਹੋਇਆ, ਮਾਰਚ ਦੇ ਮਹੀਨੇ ਕੋਈ ਸ਼ੋਅ ਨਹੀਂ ਹੋ ਸਕਿਆ, ਗੱਲਬਾਤ ਉਹ ਕਰਨਗੇ, ਦੱਸਣਗੇ ਕਿ ਕੀ ਨਵੀਆਂ ਚੇਂਜਸ ਨੇ। ਬਾਈ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਤੇ ਸਾਰੇ ਸਰੋਤਾਂ ਨਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ। 1 ਮਹੀਨੇ ਦੇ ਵਿੱਚ ਕੀ ਫਰਕ ਪਿਆ ਜੀ, ਕੀ ਨਵਾਂ ਹੋਇਆ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਨਵੀਂ ਖਬਰ ਕੀ ਹੈ? ਨਵਾਂ ਜੀ ਬਹੁਤ ਕੁਛ ਹੋ ਗਿਆ, ਪਰ ਇਹ ਵੀ ਹੌਲੀ ਹੌਲੀ ਹੁਣ ਜਿੱਦਾਂ ਵੀ ਹੁਣ ਪਟਾਰੀ ਜੋ ਕੱਢਾਂਗੇ ਜਿੱਦਾਂ ਦਾ ਟਾਈਮ ਮਿਲੂਗਾ, ਤੇ ਹੁਣ ਛੁੱਟੀਆਂ ਕਰਕੇ ਤੁਸੀਂ ਵੀ ਗਏ ਹੋਏ ਸੀਗੇ, ਫਿਰ 2 ਵੀਕ ਮੈਂ ਵੀ ਆਫ ਸੀ, ਤੇ ਏਦਾਂ ਨਵਾਂ ਜੀ ਸਭ ਨਾਲੋਂ ਪਹਿਲਾਂ ਤਾਂ ਇੱਕ ਤਾਂ ਜੀ ਬਹੁਤ ਵੱਡੀ ਕੰਪਨੀ ਹੈ ਜੀ, ਕੈਨੇਡਾ ਲਾਈਫ, ਗ੍ਰੇਟ ਵੈਸਟ ਲਾਈਫ ਤੇ ਲੰਡਨ ਲਾਈਫ, ਹੁਣ ਸਾਰੇ ਲੋਗੋ ਸਾਰਾ ਚੇਂਜ ਕਰਕੇ ਕੈਨੇਡਾ ਲਾਈਫ ਦੇ ਅੰਡਰ ਹੁਣ ਬੈਨਰ ਉਹ ਕੰਮ ਕਰਨਗੇ, ਸਾਰੇ ਪਹਿਲਾਂ ਅੱਡ ਅੱਡ ਕੰਪਨੀਆਂ ਸੀਗੀਆਂ ਤੇ ਹੁਣ ਸਾਰੀਆਂ ਹੀ ਕੈਨੇਡਾ ਲਾਈਫ ਦੇ ਥੱਲੇ ਇੱਕ ਬੈਨਰ ਹੋਊਗਾ, ਤੇ ਇਹ ਬਹੁਤ ਵੱਡੀ ਹੈ, ਜਿੱਦਾਂ ਵੀ ਇਹ ਸਾਰਿਆਂ ਨੂੰ ਆਪਾਂ ਦੇਖਦੇ ਹਾਂ ਤਾਂ ਦੇ ਵਨ ਆਫ ਦਾ ਬਿਗੈਸਟ, ਜੇ ਉਹਨਾਂ ਸਾਰਿਆਂ ਦੇਖਦੇ ਗ੍ਰੇਟ ਵੈਸਟ ਲਾਈਫ ਹੋ ਗਈ, ਲੰਡਨ ਲਾਈਫ ਹੋ ਗਈ ਤੇ ਕੈਨੇਡਾ ਲਾਈਫ, ਹੁਣ ਸਾਰੀਆਂ ਦੇ ਇੱਕੋ ਝੰਡੇ ਥੱਲੇ ਕੈਨੇਡਾ ਲਾਈਫ ਥੱਲੇ ਸਾਰਾ ਹੋਊ ਕੰਮ, ਪਰ ਹਾਲੇ ਉਹਨਾਂ ਨੇ ਸਾਰਾ ਕੁਝ ਬਾਕੀ ਇਕੱਠਾ ਨਹੀਂ ਕੀਤਾ, ਪਰ ਝੰਡਾ ਇੱਕ ਬੈਨਰ ਇੱਕ ਕਰਤਾ ਉਹਨਾਂ ਨੇ ਵੀ, ਇੱਕ ਕੈਨੇਡਾ ਲਾਈਫ ਦੇ ਨਾਂ ਤੋਂ ਹੀ ਤਿੰਨੋਂ ਕੰਪਨੀਆਂ ਜਾਣੀ ਜਾਣਗੀਆਂ। ਇਕੱਠੀਆਂ ਹੋ ਗਈਆਂ ਜੀ, ਮਰਜ ਹੋ ਗਈਆਂ, ਇੱਕੋ ਹੀ ਮਾਲਕ ਇੱਕੋ ਸੀ, ਕੀ ਕਹਾਣੀ? ਹਾਂਜੀ, ਪਹਿਲਾਂ ਬੇਸਿਕਲੀ ਜਿੱਦਾਂ ਕਹਿੰਦੇ ਵੀ ਇੱਕ ਭਾਈ, ਦੋ ਭਾਈ, ਤਿੰਨ ਭਾਈ ਸੀ, ਪਰ ਇਹ ਵੀ ਹੁਣ ਆਪਦਾ ਨਾਂ ਉਹਨਾਂ ਦਾ ਬਚਦਾ ਸੀਗਾ, ਹੁਣ ਉਹ ਹੈ ਵੀ ਹੁਣ ਸਾਰੇ ਇੱਕੋ ਹੀ ਨਾਂ ਦੇ ਥੱਲੇ, ਬੈਨਰ ਦੇ ਥੱਲੇ ਆ ਗਏ ਜੀ, ਤੇ ਕੈਨੇਡਾ ਲਾਈਫ ਦੇ ਥੱਲੇ ਹੁਣ ਹੋਇਆ ਕਰੂ, ਇੱਕ ਤਾਂ ਉਹ ਹੋ ਗਿਆ ਜੀ, ਨਾਲ ਦੇ ਨਾਲ ਹੀ ਇੱਕ ਹੋਰ ਜੀ ਨਵਾਂ ਹੀ ਨਕਲ ਮਾਰਦਾ ਇੱਕ ਹੋਰ ਹੋਇਆ ਜੀ, ਨਵਾਂ ਐਕਸ਼ਨ 4 ਸਾਲ ਵਾਸਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ, ਪਰ ਇਹ ਹੈ ਵੀ ਮੈਂ ਇਹੀ ਕਹਿਣਾ ਵੀ ਜਦੋਂ ਵੀ ਆਪਾਂ ਇਹ ਜਿਹੜਾ ਇਹ ਕੰਮ ਹੈ ਪ੍ਰੋਫੈਸ਼ਨਲ ਹੈ,
ਉਹਨੇ ਬਹੁਤ ਸਟੋਰੀ ਆਉਂਦੀ ਜਦੋਂ ਇੱਦਾਂ ਕੁਛ ਵੀ ਹੁੰਦਾ ਨਾ ਪੂਰੀ ਸਟੋਰੀ ਆਉਂਦੀ ਕੌਂਸਲ ਵੱਲੋਂ ਵੀ ਕਿੱਦਾਂ ਕਿੱਦਾਂ ਹੋਇਆ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਪ੍ਰੋਫੈਸ਼ਨ ਹੈ ਇਹ ਤੁਹਾਡਾ ਬਹੁਤ ਰਿਸਪੈਕਟੇਬਲ ਆ ਤੇ ਇਹਦੇ ਚ ਕੋਈ ਕਿੰਤੂ ਪ੍ਰਿੰਤੂ ਨਹੀਂ ਚਾਹੀਦਾ ਵੀ ਤੁਸੀਂ ਝੂਠ ਨਹੀਂ ਚਾਹੀਦਾ ਵੀ ਤੁਹਾਡੇ ਕਹਿੰਦੇ ਵੀ ਕ੍ਰੈਡੀਬਿਲਟੀ ਕਰਕੇ ਵੀ ਇਹ ਮੇਨ ਜਿਹੜਾ ਮੋਰਲ ਦਾ ਸਟੋਰੀ ਇਹ ਹੈ ਵੀ ਜਿਹੜੀ ਕ੍ਰੈਡੀਬਿਲਟੀ ਹੈ ਤੁਹਾਡੀ ਉਹ ਆਪਦੀ ਪੂਰੀ ਬਣਾ ਕੇ ਰੱਖੋ ਤੁਸੀਂ ਕਮਿਊਨਿਟੀ ਦੇ ਵਿੱਚ ਜਿਹੜਾ ਕੰਮ ਕਰਦੇ ਹੋ ਵੀ ਇੱਕ ਸੇਲ ਵਾਲਾ ਕੰਮ ਨਹੀਂ ਹੈਗਾ ਵੀ ਸੇਲ ਕੀਤੀ ਸਾਈਡ ਤੇ ਨਾਲ ਹੋਰ ਕੰਮ ਕਰ ਲਿਆ ਜਾਂਦੇ ਜਾਂਦੇ ਜਿਹੜਾ ਰਿਸ਼ਤੇਦਾਰ ਮਿਲ ਗਿਆ ਪਰ ਇਹ ਜਿਹੜਾ ਬਹੁਤ ਪ੍ਰੋਫੈਸ਼ਨਲ ਨੋਬਲ ਆ ਤੁਸੀਂ ਉਸ ਹਿਸਾਬ ਨਾਲ ਇਹਨੂੰ ਆਪਦੇ ਉਸਨੂੰ ਰੱਖੋ ਇਸ ਕਰਕੇ ਉਹਨੂੰ ਕ੍ਰੈਡੀਬਿਲਟੀ ਕਰਕੇ ਨਕਲ ਮਾਰਦੇ ਨੇ ਬਹੁਤ ਦਵਾਈਆਂ ਦਿੱਤੀਆਂ ਮੈਂ ਨਕਲ ਨਹੀਂ ਮਾਰੀ ਪਰ ਉਹ ਕਹਿੰਦੇ ਵੀ ਜਿਹੜੇ ਸਾਨੂੰ ਸੂਤਰਾਂ ਦਾ ਪਤਾ ਲੱਗਿਆ ਵੀ ਵਾਕਿਆ ਨਕਲ ਮਾਰੀ ਹੈ ਵੀ ਜਿਹੜੀ ਕ੍ਰੈਡੀਬਿਲਟੀ ਹੈ ਉਸਨੂੰ ਵੀ ਠੇਸ ਪਹੁੰਚੀ ਹੈ ਤੇ ਇਸ ਕਰਕੇ ਆਹ ਨਵਾਂ ਚੱਲ ਰਿਹਾ ਜਾਏਗਾ। ਅੱਛਾ ਜੀ, ਇੱਕ ਤੁਸੀਂ ਅਕਸਰ ਗੱਲ ਕਰਦੇ ਆ ਕਿ ਘਰ ਦੀ ਜਿਹੜੀ ਪ੍ਰੋਪਰਟੀ ਆ ਅਗਲੀ ਜਨਰੇਸ਼ਨ ਦੇ ਨਾਂ ਜਦ ਕਰਾਉਣੀ ਆ, ਫਾਦਰ ਨੇ ਮਦਰ ਦੇ ਨਾਂ ਆ, ਗਾਂ ਬੱਚਿਆਂ ਦੇ ਨਾਂ ਜਾਣੀ ਆ, ਬਈ ਉੱਥੇ ਬੜੀ ਮੁਸ਼ਕਲ ਆਉਂਦੀ ਹੈ, ਉਹ ਮੁਸ਼ਕਲ ਕੀ ਹੈ ਸਮਝਾਓ, ਜਦੋਂ ਨਾਂ ਕਰਾਉਂਦੇ ਹੋ ਤਾਂ ਉਹਦਾ ਤੰਗੀ ਕੀ ਹੋ ਜਾਂਦੀ ਹੈ? ਹਾਂਜੀ ਦੇਖੋ, ਆਪਾਂ ਸਾਰਾ ਕੁਛ ਇੱਕ ਜਨਰੇਸ਼ਨ ਦੂਜੀ ਜਨਰੇਸ਼ਨ ਵਾਸਤੇ ਬਣਾਉਂਦੀ ਹੈ, ਇਹ ਸਟੈਟ ਕੱਢੇ ਹੋਏ ਨੇ, ਜਦੋਂ ਇੱਕ ਜਨਰੇਸ਼ਨ ਚੋਂ ਵੈਲਥ ਜਦੋਂ ਦੂਜੀ ਜਨਰੇਸ਼ਨ ਕੋਲ ਜਾਣੀ ਹੈ ਵੀ ਘੱਟੋ ਘੱਟ 60% ਘੱਟ ਜਾਣੀ ਹੈ ਪਹਿਲੀ, ਉਦੋਂ ਬਾਅਦ ਦੂਜੀ ਜਾਂ ਤੀਜੀ ਕੋਲ ਜਾਣੀ ਆਲਮੋਸਟ ਅਬਾਊਟ 90% ਜਿਹੜੀ ਤੁਹਾਡੀ ਵੈਲਥ ਹੈਗੀ ਆ ਉਹ ਘੱਟ ਜਾਣੀ ਹੈ। ਮੇਰੇ ਕਹਿਣ ਦਾ ਭਾਵ ਹੈ ਜੇ ਕਿਸੇ ਕੋਲ ਅੱਜ 10 million ਆ, ਸੋਚੇ ਵੀ ਮੈਂ ਆਪਦੀ ਸੈਕਿੰਡ ਜਨਰੇਸ਼ਨ ਨੂੰ 10 million ਛੱਡ ਕੇ ਜਾਣਾ, ਉਹ 10 million ਨਹੀਂ ਰਹਿ ਜਾਣਾ ਕਿਉਂਕਿ ਉਹ ਐਟਲੀਸਟ ਉਹ 60% ਉੱਡ ਜਾਣਾ ਜਦੋਂ ਸੈਕਿੰਡ ਜਨਰੇਸ਼ਨ ਕੋਲ ਜਾਣਾ ਜਾਂ ਥਰਡ ਕੋਲ ਜਾਣਾ ਤਾਂ 90% ਜਿਹੜੀ ਵੈਲਥ ਹੈਗੀ ਆ ਉਹ ਘੱਟ ਜਾਣੀ ਆ। ਉਹਦਾ ਕਾਰਨ ਹੈ ਵੀ ਪਲੈਨਿੰਗ ਨਹੀਂ ਹੁੰਦੀ, ਵੀ ਉਸ ਦਾ ਇਹ ਕਾਰਨ ਵੀ ਜੇ ਪ੍ਰੋਪਰਟੀ ਜਿੰਨੀਆਂ ਤੁਹਾਡੇ ਬਿਜ਼ਨਸ ਨੇ ਜਦੋਂ ਟ੍ਰਾਂਸਫਰ ਹੋਣੇ ਨੇ ਉਹਦੇ ਵਾਸਤੇ ਤੁਸੀਂ ਬੈਕਅਪ ਪਲਾਨ ਕੀ ਕੀਤਾ ਹੋਇਆ, ਕੈਸ਼ ਫਲੋ ਕਿੱਦਾਂ ਹੋਊਗਾ ਜਾਂ ਉਹਨੂੰ ਮੈਨੇਜ ਕਿੱਦਾਂ ਹੋਊਗਾ, ਜੇ ਇੱਕ ਨਿਆਣਾ ਨਹੀਂ ਬਿਜ਼ਨਸ ਤੁਹਾਡੇ 'ਚ ਹੈਗਾ ਦੂਜਾ ਹੈਗਾ ਤੁਸੀਂ ਕਿੱਦਾਂ ਉਸ ਚੀਜ਼ ਨੂੰ ਉਹ ਕਰੋਗੇ, ਕਿਉਂਕਿ ਅੱਜ ਤੁਹਾਡੇ ਕੋਲ ਵੈਲਥ ਹੈਗੀ ਜੇ ਤੁਹਾਡਾ ਪਲੈਨ ਨਹੀਂ ਕੋਈ ਹੈਗਾ ਵੈਲਥ ਨੂੰ ਪ੍ਰੋਟੈਕਟ ਕਿੱਦਾਂ ਕਰੋਗੇ। ਇਸ ਕਰਕੇ ਵੀ ਲਾਈਫ ਇੰਸ਼ੋਰੈਂਸ ਜਿਹੜੀ ਇੱਕ ਟੂਲ ਹੈਗਾ ਬਹੁਤ ਹੀ ਮਹੱਤਵਪੂਰਨ ਟੂਲ ਹੈਗਾ ਵੀ ਤੁਸੀਂ ਵੀ ਆਪਾਂ ਐਗਜ਼ਾਮਪਲ ਹੀ ਲੈਂਦੇ ਜੇ ਅੱਜ ਕਿਸੇ ਕੋਲ 10 ਘਰ ਨੇ ਜੇ ਉਹਨੇ ਇੱਕ ਆਪਦਾ ਛੱਡ ਕੇ ਬਾਕੀ ਸਾਰੇ ਜਿਹੜੇ ਹੈਗੇ ਨੇ ਘੱਟੋ ਘੱਟ ਨਹੀਂ ਤਾਂ 4 ਘਰ ਜਿਹੜੇ ਉਹ ਟੈਕਸ ਹੀ ਭਰਨਗੇ, ਬਾਕੀ 6 ਹੀ ਅੱਗੇ ਜਾਣਗੇ। ਇਸ ਕਰਕੇ ਵੀ ਜੇ ਆਪਾਂ ਸਿੰਪਲ ਮੈਥ ਹੀ ਲਾਉਂਦੇ, ਇਸੇ ਕਰਕੇ ਜਿੰਨੀਆਂ ਪ੍ਰੋਪਰਟੀ ਜਿੰਨੀਆਂ ਵੀ ਚੀਜ਼ਾਂ ਨੇ ਜੇ ਆਪਣਾ ਪਲੈਨਿੰਗ ਨਹੀਂ ਹੈਗੀ ਸੈਕਿੰਡ ਜਾਂ ਜਿਹੜੀ ਥਰਡ ਜਨਰੇਸ਼ਨ ਨੂੰ ਜਿਹੜੇ ਵੀ ਉਨੀ ਵੈਲਥ ਆਪਾਂ ਉਹਦਾ ਬੈਕਅਪ ਪਲਾਨ ਜ਼ਰੂਰ ਚਾਹੀਦਾ, ਇੱਕ ਇੰਸ਼ੋਰੈਂਸ ਦਾ ਟੂਲ ਹੀ ਹੈ, ਉਹਨੂੰ ਤੁਸੀਂ ਬਹਿ ਕੇ ਉਸ ਹਿਸਾਬ ਨਾਲ ਉਹਨੂੰ ਉਹਨੂੰ ਤੁਸੀਂ ਆਪਦੇ ਲੋੜ ਦੇ ਮੁਤਾਬਕ ਪਲੈਨ ਕਰ ਸਕਦੇ ਹੋ ਜੀ। ਡਿਸੇਬਿਲਿਟੀ ਇੰਸ਼ੋਰੈਂਸ ਜੋ ਤੁਸੀਂ ਕਹਿੰਦੇ ਆ ਵੀ ਇਹਦੇ ਤੋਂ ਸਟਾਰਟ ਕਰੋ ਜੇ ਕਿਸੇ ਕੋਲ ਪੈਸਾ ਧੇਲਾ ਘੱਟ ਵੀ ਆ, ਔਖੇ ਹੋ, ਵੀ ਡਿਸੇਬਿਲਿਟੀ ਇੰਸ਼ੋਰੈਂਸ ਕਹਿੰਦੇ $7 ਚ ਮਹੀਨੇ ਦੀ ਹੋ ਜਾਂਦੀ, ਇਹ ਗੱਲ ਸੱਚ ਹੈ? ਹਾਂਜੀ ਬਿਲਕੁਲ ਜੀ, ਇਹ ਕਿਉਂਕਿ ਹੁਣ ਜਿੱਦਾਂ ਜਿੱਦਾਂ ਕੰਪਨੀਜ਼ ਦੇ ਪਲਾਨ ਨੇ ਉਹਨਾਂ ਨੂੰ ਪਤਾ, ਜਿੱਦਾਂ ਜਿੱਦਾਂ ਹਰੇਕ ਦੀ ਆਪਦੇ ਆਪਦੇ ਜ਼ਰੂਰਤ ਹੈ, ਕੋਈ ਹੁਣ 7 million ਦੇ ਘਰ 'ਚ ਰਹਿੰਦਾ, ਕੋਈ ਬੇਸਮੈਂਟ 700 ਵਾਲੀ 'ਚ ਰਹਿੰਦਾ, ਵੀ ਹਰੇਕ ਦੀਆਂ ਜ਼ਰੂਰਤਾਂ ਵੀ ਆਪਦੇ ਆਪਦੇ ਹਿਸਾਬ ਨੇ, ਆਪਦੇ ਹਿਸਾਬ ਨਾਲ ਜ਼ਰੂਰਤਾਂ ਉਸ ਹਿਸਾਬ ਇੱਦਾਂ ਹੀ ਕੰਪਨੀ ਜਿਹੜੇ ਪ੍ਰੋਡਕਟ ਲੈ ਕੇ ਆਉਂਦੀਆਂ ਨੇ ਉਸ ਹਿਸਾਬ ਨਾਲ, ਜਿੱਦਾਂ ਹੁਣ ਡਿਸੇਬਿਲਟੀ ਦੇ ਪ੍ਰੋਡਕਟ ਨੇ, ਹੁਣ ਉਹ ਕਹਿੰਦੇ ਵੀ ਜਿਹੜਾ ਕੋਈ ਸਪੈਸ਼ਲੀ ਹੁਣ ਕੋਈ ਰਿਸਕੀ ਜਿਹੜਾ ਕੈਸ਼ ਦਾ ਹੀ ਕੰਮ ਹੈ ਵੀ ਕੰਮ ਤਾਂ ਕਰਦੇ ਪਰ ਕੰਮ ਹੀ ਕੈਸ਼ ਦਾ ਹੁਣ ਦਿਖਾਉਂਦੇ ਇਨਕਮ ਘੱਟ, ਉਹਨਾਂ ਵਾਸਤੇ ਸਪੈਸ਼ਲੀ ਹੁਣ ਜੇ $7 ਨਾਲ $700 ਦੀ ਤੁਹਾਡੀ ਤੁਸੀਂ ਆਪਦੀ ਡਿਸੇਬਿਲਟੀ ਲੈ ਸਕਦੇ ਹੋ, ਜੇ $7 ਦੇਈ ਜਾਂਦੇ ਹੋ, ਜੇ ਇਨਕੇਸ ਕੋਈ ਸੱਟ ਵੱਜ ਜਾਂਦੀ ਹੈ 24 ਘੰਟੇ ਤੁਹਾਡੀ ਕਵਰੇਜ ਹੈਗੀ ਹੈ, ਤੁਸੀਂ ਆਪਦੇ $700 ਤੱਕ ਤੁਹਾਡੀ ਕਵਰੇਜ 7 ਮਹੀਨੇ ਤੱਕ ਤੁਹਾਨੂੰ ਪੈਸੇ ਮਿਲਣਗੇ। ਹੁਣ ਇਹ ਵੀ ਕਈ ਵਾਰੀ ਹੁੰਦਾ ਬੰਦਾ ਕਹਿੰਦਾ ਜੀ ਮੈਂ ਤਾਂ ਪੈਸੇ ਇੰਨੇ ਕਾਹਨੂੰ ਦੇਣੇ ਡਿਸੇਬਿਲਟੀ ਦੇ ਜੀ, ਹੁਣ ਜਿੰਨੇ ਹੁਣ 4,000, 5,000 ਜਾਂ 10,000 ਸਿਕਿਓਰ ਕਰਨਾ ਉਹਦੀ ਕਿਸ਼ਤ ਵੀ ਵੱਧ ਹੋਣੀ ਆ, ਜਿਹੜਾ ਹੁਣ 700 ਨਾਲ ਹੀ ਕੰਮ ਚੱਲਦਾ ਕਿਉਂਕਿ 700 ਦਾ ਹੀ ਰਿਸਕ ਹੈ, ਉਹ ਕਹਿੰਦਾ ਵੀ ਚਲੋ ਬਾਕੀ ਮੈਂ ਕੈਸ਼ ਕੰਮ ਕਰਦਾ ਆ ਜਾਂ ਹੋਰ ਵੀ ਮੇਰਾ ਜਿੰਨੀ ਕੁ ਇਨਕਮ ਦਿਖਾਉਂਦੇ ਉਸ ਹਿਸਾਬ ਨਾਲ ਤੁਹਾਡਾ ਨਾ ਕੋਈ ਕਿਸੇ ਨਾਲ ਲੈਣਾ ਦੇਣਾ, ਜਦੋਂ $700 ਮਿਲਣਾ ਉਹ ਮਿਲਣਾ ਹੀ ਮਿਲਣਾ ਤੁਹਾਨੂੰ, ਭਾਵੇਂ ਤੁਹਾਡਾ ਕੰਮ ਤੇ ਸੱਟ ਵੱਜੀ ਹੈ, ਭਾਵੇਂ ਤੁਹਾਨੂੰ ਆਫ ਦਾ ਵਰਕ ਸੱਟ ਵੱਜੀ ਹੈ ਜਾਂ ICBCB ਇਨਵੋਲਵ ਹੈ, ਤੁਹਾਨੂੰ $700 ਮਿਲਣਾ ਹੀ ਮਿਲਣਾ ਜੇ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਲਈ ਹੋਈ ਹੈ, ਪਰ 700 ਤੱਕ ਹੀ ਇਸੇ ਕਰਕੇ $7 ਨੇ, ਜੇ $14 ਕਰਦੇ ਨੇ ਤਾਂ $1,400 ਨੇ, ਪਰ ਇਦੋਂ ਵੱਧ ਨਹੀਂ ਲੈ ਸਕਦੇ ਤੁਸੀਂ, ਫਿਰ ਵੀ ਸਸਤਾ ਜੀ। ਹਾਂਜੀ ਬਿਲਕੁਲ ਜੀ, ਜੇ $14 ਨਾਲ $1,400 ਆ, ਸਟਾਰਬਕਸ 3 ਜਣੇ ਪੀ ਲੈਣ $14 ਲੱਗਦੇ, ਬਿਲਕੁਲ ਜੀ, ਪਰ ਇਹ ਆ ਵੀ ਤੁਸੀਂ ਸੋਚੋ ਵੀ ਜੇ ਇੱਕ ਮਹੀਨਾ ਵੀ ਸੱਟ ਵੱਜ ਗਈ ਤੁਸੀਂ ਤੁਹਾਨੂੰ $1,400 ਆਉਣਾ ਆ, ਜਿੱਥੇ ਮਰਜ਼ੀ ਸੱਟ ਵੱਜੀ, ਇਸ ਕਰਕੇ ਇੱਦਾਂ ਦੇ ਪਲਾਨ ਉਹਨਾਂ ਨੇ ਬਣਾਏ ਨੇ ਵੀ ਤੁਸੀਂ ਆਪਦੇ ਆਪ ਨੂੰ ਸਪੈਸ਼ਲੀ ਜਦੋਂ ਨਿਊ ਕਮਰ ਆ ਰਹੇ ਨੇ, ਆਪਾਂ ਹੁਣ
ਕੰਮ ਆਪਾਂ ਉਹ ਕੰਸਟਰਕਸ਼ਨ ਦਾ ਕੰਮ ਹੀ ਕਰਦੇ ਹਨ, ਕੰਸਟਰਕਸ਼ਨ ਆਉਂਦੀ ਨਹੀਂ, ਸਿੱਖਦੇ ਨੇ, ਸੱਟ ਵੱਜਣ ਦੇ ਚਾਂਸ ਵੀ ਓਨੇ ਹੀ ਵੱਧ ਜਾਂਦੇ ਨੇ, ਕਿਉਂਕਿ ਆਪਾਂ ਨੂੰ ਕੰਮ ਨਹੀਂ ਆਉਂਦਾ, ਆਪਾਂ ਕਦੇ ਟੂਲ ਕਦੀ ਫੜਿਆ ਨਹੀਂ, ਨਾ ਹੀ ਆਪਾਂ ਨੂੰ ਪਤਾ ਵੀ ਸਟੀਲ ਥਰੋ ਪਾਉਣੇ ਨੇ ਜਾਂ ਕਿਸੇ ਤਰੀਕੇ ਨਾਲ, ਜਦੋਂ ਉਸ ਚੀਜ਼ ਜਦੋਂ ਸੱਟ ਵੱਜ ਜਾਂਦੀ ਫਿਰ ਇਟਸ ਟੂ ਲੇਟ ਸਮ ਟਾਈਮ। ਪਰ ਇਹ ਹੈ ਵੀ ਜੇ ਆਪਾਂ $7 ਨਾਲ ਵੀ ਜੇ ਹੁਣ ਕੋਈ ਆਪਦੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਆਪਾਂ, ਇਹ ਬਹੁਤ ਵਧੀਆ ਪ੍ਰੋਡਕਟ ਲੈ ਕੇ ਆਇਆ ਵੀ ਜਿਹੜਾ ਹੈਗਾ ਕਾਫੀ ਸੀਗਾ, ਪਰ ਹੁਣ ਇਹ ਵੀ ਮੈਂ ਦੇਖਿਆ ਵੀ ਇਸ ਚੀਜ਼ ਦੀ ਲੋੜ ਹੈਗੀ ਹੈ, ਕਿਉਂਕਿ ਜਿੱਦਾਂ ਜਿੱਦਾਂ ਕਿਉਂਕਿ ਹਰੇਕ ਬੰਦਾ $100 ਨਹੀਂ ਲਾ ਸਕਦਾ, $70 ਨਹੀਂ ਲਾ ਸਕਦਾ ਡਿਸੇਬਿਲਿਟੀ ਵਾਸਤੇ, ਕਿਉਂਕਿ ਉਹਨਾਂ ਵਾਸਤੇ $7 ਵਾਲਾ ਪਲਾਨ ਵੀ ਹੈਗਾ, ਤੁਸੀਂ ਆਪਦੇ ਆਪ ਨੂੰ ਪ੍ਰੋਟੈਕਟ ਕਰੋ ਜੀ। ਕਿਉਂਕਿ ਅੱਛਾ ਜੀ, ਕੋਈ ਸਵਾਲ, ਕੋਈ ਇਨਵੈਸਟੀਗੇਸ਼ਨ, ਕੋਈ ਇਹੋ ਜਿਹੀਆਂ ਚੀਜ਼ਾਂ ਤਾਂ ਨਹੀਂ ਆਉਂਦੀਆਂ, ਕਿਉਂਕਿ ਦੇਣ ਤੇ ਲੈਣ ਵੇਲੇ ਫਰਕ ਬਹੁਤ ਹੋ ਜਾਂਦਾ ਜਾਂ ਇੰਸ਼ੋਰੈਂਸ ਕਰਾਉਂਦੇ ਆ ਤੇ ਕਿਹਦੇ ਕਹੇ ਤੇ ਕਲੇਮ ਸ਼ੁਰੂ ਹੁੰਦਾ? ਹਾਂਜੀ ਬਿਲਕੁਲ ਜੀ, ਇਹ ਜਦੋਂ ਵੀ ਕਲੇਮ ਆਉਣਾ ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਜੀ ਉਹਨਾਂ ਨੇ ਐਡਵਾਈਜ਼ਰ ਨੂੰ ਦੱਸਣਾ, ਜੇ ਐਡਵਾਈਜ਼ਰ ਨਹੀਂ ਹੈਗਾ ਤਾਂ ਕੰਪਨੀ ਨੂੰ ਸਿੱਧਾ ਫੋਨ ਕਰ ਸਕਦੇ, ਉਹਨਾਂ ਨੇ ਫਾਰਮ ਖਿਲਾ ਦੇਣੇ, ਫਾਰਮ ਭਰ ਕੇ ਤੇ ਉਹ ਡਾਕਟਰ ਤੁਸੀਂ ਫਾਰਮ ਭਰਾਉਣਾ ਤੇ ਤੁਸੀਂ ਵਾਪਸ ਕੰਪਨੀ ਨੂੰ ਭੇਜ ਦੇਣਾ, ਸਿੱਧਾ ਹੀ ਸਿੰਪਲ ਕੰਮ ਆ। ਹੁਣ ਉਦੋਂ ਬਾਅਦ ਹੈ ਵੀ ਜਦੋਂ ਡਾਕਟਰ ਨੇ ਲਿਖ ਕੇ ਦੇਤਾ ਵੀ ਆਹ ਫਲਾਣੀ ਸੱਟ ਵੱਜੀ ਦਾ ਬੰਦਾ ਇੰਨਾ ਚਿਰ ਆਫ ਆ, ਜਿਹੜਾ ਆਹ ਕਿਉਂਕਿ 1000 ਜਾਂ 1400-1200 ਡਾਲਰ ਤੱਕ ਉਹ ਕੰਪਨੀਆਂ ਦਾ ਉਹਦੇ ਚ ਕੋਈ ਇੰਟੀਗ੍ਰੇਸ਼ਨ ਨਹੀਂ ਹੈਗਾ, ਕਹਿਣ ਦਾ ਭਾਵ ਹੈ ਵੀ ਉਹਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਵੀ ਜੇ, ਇਸੇ ਕਰਕੇ ਉਹ ਕਲੇਮ ਵੀ ਸੌਖਾ ਆ ਕਿਉਂਕਿ ਅਮਾਊਂਟ ਘੱਟ ਆ, ਉਹਨਾਂ ਨੂੰ ਪਤਾ ਵੀ ਜੈਨੂਅਨ ਆ ਵੀ ਜਿੰਨੀ ਅਮਾਊਂਟ ਘੱਟ ਆ ਕਿਸੇ ਨਾਲ ਕੋਈ ਕਿਸੇ ਦਾ ਇਨਕਮ ਦਾ ਕੋਈ ਜਾਂ ਵਰਕ ਸੇਫ ਜਾਂ ਕਿਸੇ ਦਾ ICBC ਜਾਂ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਇਸੇ ਕਰਕੇ ਡਾਕਟਰ ਦੇ ਨੋਟ ਨਾਲ ਹੀ ਸਿੱਧਾ ਸਿੰਪਲ ਕੰਮ ਚੱਲ ਜਾਂਦਾ। $7, $700 ਜੇ $14 ਨੇ ਤੇ $1400 ਜੀ। ਕ੍ਰਿਟੀਕਲ ਇਲਨੈਸ ਬਾਰੇ ਵੀ ਜਾਣਕਾਰੀ ਦਿਓ ਵੀ ਉਹ ਕਿੰਨੇ ਕਿੱਥੇ ਕਵਰ ਸ਼ੁਰੂ ਹੁੰਦੀ ਹੈ, ਕਿਉਂਕਿ ਬੜੀਆਂ ਮਾੜੀਆਂ ਬਿਮਾਰੀਆਂ ਅੱਜ ਕੱਲ੍ਹ ਲੱਗਣ ਲੱਗ ਗਏ ਜੀ, ਵਾਤਾਵਰਨ ਇਹੋ ਜਿਹਾ ਹੋ ਗਿਆ, ਖਾਣ ਪੀਣ ਦਾ ਸਮਾਨ ਇਹੋ ਜਿਹਾ ਹੋ ਗਿਆ, ਉਹਦੇ ਬਾਰੇ ਵੀ ਸਮਝਾਓ। ਹਾਂਜੀ, ਹਮੇਸ਼ਾ ਹੀ ਮੈਂ ਕਈ ਵਾਰੀ ਦੇਖਿਆ ਡਿਸੇਬਿਲਿਟੀ ਤੇ ਕ੍ਰਿਟੀਕਲ ਚ ਹਰੇਕ ਬੰਦੇ ਕਿੰਨਾ ਇੱਕ ਤਾਂ ਕਨਫਿਊਜ਼ ਵੀ ਹੋ ਜਾਂਦੇ ਨੇ। ਡਿਸੇਬਿਲਿਟੀ ਤੁਹਾਡਾ ਪੇਚੈਕ ਪ੍ਰੋਟੈਕਟ ਕਰਦੀ, ਮਹੀਨੇ ਦੇ ਮਹੀਨੇ ਤੁਹਾਨੂੰ ਪੈਸੇ ਮਿਲੀ ਜਾਂਦੇ ਨੇ ਜੀ। ਹੁਣ ਜਿਹੜੀ ਕ੍ਰਿਟੀਕਲ ਹੈ ਉਹ ਕੋਈ ਵੀ ਮੇਜਰ ਬਿਮਾਰੀ, ਕੋਈ ਇਲਨੈਸ ਹੋ ਜਾਂਦੀ ਹੈ, ਜਿਹੜੀਆਂ 25-29 ਬਿਮਾਰੀਆਂ ਨਾਲ ਕੋਈ ਵੀ ਵੱਡੀ ਬਿਮਾਰੀ ਜਾਂ ਹਾਰਟ ਅਟੈਕ, ਕਿਡਨੀ ਫੇਲੀਅਰ, ਅਲਜ਼ਾਈਮਰ ਜਾਂ ਬਰਨ ਹੋ ਜਾਂਦਾ ਜ਼ਿਆਦਾ, ਉਹ ਸਾਰੀਆਂ ਚੀਜ਼ਾਂ ਇਹਨਾਂ 'ਚ ਕੋਈ ਵੀ ਕੋਈ ਵੱਡੀ ਬਿਮਾਰੀ ਲੱਗ ਜਾਂਦੀ ਉਹ ਲੰਬਸਮ ਪੈਸੇ ਪੇ ਕਰਦੇ ਨੇ। ਪਰ ਹੈਰਾਨ ਹੋਵੋਗੇ ਵੀ ਇਹਨਾਂ 'ਚ ਮਨੀ ਬੈਕ ਹਾਲੀ ਸਿਰਫ ਕੈਨੇਡਾ 'ਚ ਹੀ ਆਪਾਂ ਨੂੰ ਮਿਲਦੀ ਹੈ, ਬਾਕੀ ਸਾਰੇ ਮੁਲਕਾਂ ਜਿਹੜਾ ਮਨੀ ਬੈਕ ਵਾਲਾ ਪਲਾਨ ਆ ਆਲਮੋਸਟ ਬੰਦ ਹੀ ਹੋ ਰਿਹਾ, ਕਿਉਂਕਿ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ। ਬਿਮਾਰੀਆਂ ਦਾ ਪਤਾ ਨਹੀਂ ਲੱਗਦਾ ਅੰਦਰ ਕੀ ਚੱਲ ਰਿਹਾ, ਕਿਸੇ ਦਾ ਕੁਛ ਨਾ, ਜਿੱਦਾਂ ਦਿਮਾਗ 'ਚ ਕੋਈ ਨਹੀਂ ਪਤਾ ਬੰਦੇ ਦਾ ਕੀ ਚੱਲ ਰਿਹਾ, ਉੱਦਾਂ ਬਿਮਾਰੀ ਦਾ ਕੋਈ ਪਤਾ ਨਹੀਂ ਸਿਸਟਮ ਅੰਦਰ ਗਏ ਤੇ ਪਤਾ ਲੱਗਦਾ। ਬਿਲਕੁਲ ਜੀ ਬਿਲਕੁਲ, ਉਹ ਕਹਿੰਦੇ ਵੀ ਜਿੰਨਾ ਮਰਜ਼ੀ ਐਕਸਰਸਾਈਜ਼ ਕਰਦੇ ਉਦੋਂ ਪਤਾ ਲੱਗਦਾ ਜਦੋਂ ਪਟਾਕਾ ਪੈ ਜਾਂਦਾ, ਕਹਿੰਦੇ ਬ੍ਰੇਨ ਟਿਊਮਰ ਲਾਸਟ ਸਟੇਜ ਜਾਂ ਬੰਦਾ ਘੁੰਮ ਕੇ ਡਿੱਗਦਾ ਪਤਾ ਜਦ ਲੱਗਦਾ। ਪਰ ਇਸੇ ਕਰਕੇ ਵੀ ਹਮੇਸ਼ਾ ਹੀ ਕਹਿੰਦੇ ਵੀ ਤੁਸੀਂ ਆਪਦੇ ਆਪ ਨੂੰ ਜਿਹੜੀ ਕ੍ਰਿਟੀਕਲ ਇਲਨੈਸ ਉਹ ਲਿਵਿੰਗ ਬੈਨੀਫਿਟ ਆ। ਕਈ ਵਾਰੀ ਆਪਣੇ ਹਮੇਸ਼ਾ ਪੰਜਾਬੀ ਸਟਾਈਲ ਕਹਿੰਦਾ ਕਾਹਨੂੰ ਇੰਨਾ ਕੁਛ ਕਰਤਾ, ਨਿਆਣਿਆਂ ਨੂੰ ਬਹੁਤ ਇੰਨਾ ਕੁਛ, ਹੋਰ ਕਿਸੇ ਨੂੰ ਲੋੜ ਨਹੀਂ। ਪਰ ਜੇ ਆਪਾਂ ਆਪ ਦੇਖਦੇ ਹਾਂ, ਜੇ ਮੈਂ ਹੁਣ ਕੁਰਸੀ ਤੇ ਪਿਆ ਵਾਂ, ਬੈਠਾ ਆ, ਮੈਂ ਹਿੱਲੇ ਨਹੀਂ ਸਕਦਾ, ਤੇ ਮੇਰੀ ਟੇਕ ਕੇਅਰ ਕੌਣ ਕਰੂਗਾ? ਪੈਸੇ ਚਾਹੀਦੇ, ਉਦੋਂ ਪੈਸੇ ਚਾਹੀਦੇ, ਉਦੋਂ ਫਿਰ ਇਹੋ ਜਿਹੀਆਂ ਬਿਮਾਰੀਆਂ ਜਦੋਂ ਹੁੰਦੀਆਂ ਜਿਹਨਾਂ ਪਰਿਵਾਰਾਂ 'ਚ ਹੁੰਦਾ ਉਹਨਾਂ ਨੂੰ ਦੇਖਣਾ, ਫਿਰ ਉਹਨਾਂ ਦੇ ਤੁਹਾਨੂੰ ਦੇਖ ਕੇ ਪਤਾ ਲੱਗਦਾ ਵੀ ਵਾਕਿਆ ਇਹ ਪਰਿਵਾਰ ਦਾ ਕੀ ਹਾਲ ਹੋਊਗਾ ਜੇ ਹੁਣ 1-2 ਸਾਲ ਪੈਸੇ ਨਹੀਂ ਆਉਂਦੇ, ਕੰਮ ਕਿੱਦਾਂ ਚੱਲੂਗਾ। ਉਦੋਂ ਫਿਰ ਜਿਹੜੀ ਕ੍ਰਿਟੀਕਲ ਲਿਵਿੰਗ ਬੈਨੀਫਿਟ, ਉਹ ਬੈਨੀਫਿਟ ਤੁਸੀਂ ਆਪ ਹੀ ਇੰਜੋਏ ਕਰਨਾ ਆ। ਜੇ $1,00,000 ਦੀ ਜਾਂ $2,00,000 ਦੀ ਤੁਸੀਂ ਕ੍ਰਿਟੀਕਲ ਲਈ ਹੋਈ ਆ, ਉਹ ਤੁਹਾਨੂੰ ਲੰਬਸਮ ਮਿਲਣਾ ਆ, ਨਾ ਕਿ ਕਿਸੇ ਹੋਰ ਨੂੰ ਮਿਲਣਾ। ਤੁਸੀਂ ਆਪਦੇ ਆਪ ਨੂੰ ਪ੍ਰੋਟੈਕਟ ਕਰੋ, ਆਪਦੇ ਪਰਿਵਾਰ ਵਾਸਤੇ ਵਰਤੋ, ਟੈਕਸ ਫਰੀ ਮਨੀ ਆ ਜਿੱਦਾਂ ਵੀ ਹੁੰਦੀ। ਕੋਈ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਹੈ ਉਹ ਵੀ ਸਿੱਧਾ ਹੀ ਆ ਵੀ ਜੇ ਨਹੀਂ, ਜੇ ਹੁੰਦਾ ਕੁਛ ਤਾਂ ਪੈਸੇ ਹੀ ਵਾਪਸ ਲੈ ਸਕਦੇ ਹੋ, ਜਾਂ ਸਿੰਪਲ ਟਰਮ ਵੀ ਆਉਂਦੀ ਹੈ, ਤੁਸੀਂ 10 ਸਾਲ ਦੀ ਟਰਮ ਲੈ ਲਓ, 20 ਦੀ ਲੈ ਲਓ, 65 ਦੀ ਲੈ ਲਓ, 75 ਦੀ, ਜਾਂ 100 ਸਾਲ ਤੱਕ ਜੇ ਪੈਸੇ ਵਾਪਸ ਲੈਣੇ ਹੋ ਤੁਸੀਂ ਆਪਸ਼ਨ ਨਾਲ ਪਾ ਸਕਦੇ ਹੋ। ਇਸ ਕਰਕੇ ਕ੍ਰਿਟੀਕਲ ਇਲਨੈਸ ਹੈ, ਲਿਵਿੰਗ ਬੈਨੀਫਿਟ ਹੈ ਜ਼ਰੂਰ ਸਾਰੇ ਇਸ ਚੀਜ਼ ਬਾਰੇ, ਕਿਉਂਕਿ ਚੀਜ਼ਾਂ ਸਾਰੀਆਂ ਵਧੀਆ ਨੇ, ਪਰ ਆਪਦੇ ਪਹੁੰਚ ਜੇਬ ਦੇਖ ਕੇ ਐਡਵਾਈਜ਼ਰ ਨਾਲ ਬਹਿ ਕੇ ਫਿਰ ਉਸ ਹਿਸਾਬ ਨਾਲ ਦੇਖੋ ਕਿਸ਼ਤ ਕਿੰਨੀ ਕੁ ਤੁਸੀਂ ਚਾਹੀਦੀ, ਉਸ ਹਿਸਾਬ ਨਾਲ ਸਾਰਾ ਕੁਛ ਤੁਸੀਂ ਕਸਟਮ ਬਿਲਟ ਪਲਾਨ ਕਰ ਸਕਦੇ ਜੀ। ਪਰਮਿੰਦਰ ਸਿੰਘ ਠਿੰਡ ਮੇਰੇ ਨਾਲ ਨੇ ਜੀ, 604-828-7213 thinkinsurance.ca ਜਿੱਥੇ ਤੁਸੀਂ ਉਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ। ਫੇਸਬੁੱਕ ਦਾ ਪੇਜ ਵੀ ਇਹੀ ਹੈ ਤੇ ਥਿੰਕ ਇਨਸ਼ੋਰੈਂਸ ਤੇ ਗੂਗਲ ਕਰ ਦੋਗੇ ਨਾਂ ਹਰਜਿੰਦਰ ਸਿੰਘ ਸੋਰੀ ਪਰਮਿੰਦਰ ਸਿੰਘ ਠਿੰਦ ਉਹਨਾਂ ਦਾ, ਤਾਂ ਤੁਹਾਡਾ ਨਾਂ ਤੇ ਨੰਬਰ ਸਾਰਾ ਕੁਛ ਆ ਜਾਏਗਾ। ਅੱਛਾ ਜੀ, ਇਹੋ ਦੱਸਿਓ ਬਈ ਇਹਨਾਂ ਦਾ ਵੀ ਕੌਂਬੋ ਸ਼ਬਦ ਬਹੁਤ ਵਧੀਆ ਲੱਗਦਾ, ਡਿਸੇਬਿਲਟੀ ਤੇ ਕ੍ਰਿਟੀਕਲ ਇਲਨੈਸ ਦਾ ਕੌਂਬੋ ਵੀ ਬਣ ਜਾਂਦਾ ਦੋਨਾਂ ਦਾ, ਲਾਈਫ ਇੰਸ਼ੋਰੈਂਸ ਤੋਂ ਬਿਨਾਂ? ਹਾਂਜੀ ਬਿਲਕੁਲ, ਸਾਰਾ ਕੁਛ ਆਪਦੇ ਤੁਸੀਂ
ਹਮੇਸ਼ਾ ਉੱਥੇ ਗੱਲ ਆ ਕੇ ਰੁਕ ਜਾਂਦੀ ਵੀ ਸਾਨੂੰ ਚੀਜ਼ ਕਿਹੜੀ ਚਾਹੀਦੀ ਹੈ। ਇੱਕੋ ਕੰਪਨੀ ਨਾਲ ਜੇ ਦੋਵੇਂ ਚੀਜ਼ਾਂ ਮਿਲਦੀਆਂ ਨੇ ਤੇ ਆਪਾਂ ਬਿਲਕੁਲ ਇੱਕ ਕੰਪਨੀ ਨਾਲ ਵੀ ਦੋਵੇਂ ਕੰਮ ਹੋ ਸਕਦੇ ਨੇ। ਜੇ ਹੁਣ ਇੱਕ ਕੰਪਨੀ ਕੋਲੇ ਪ੍ਰੋਡਕਟ ਹੀ ਨਹੀਂ ਹੈਗਾ, ਫਿਰ ਆਪਾਂ ਨੂੰ ਆ ਵੀ ਇੱਕ ਕੰਪਨੀ ਕੋਈ ਇੱਕ ਚੀਜ਼ ਲੈ ਕੇ ਇੱਕ ਦੂਜੀ ਕੋਈ ਲੈ ਸਕਦੇ, ਕਿਉਂਕਿ ਸਾਡੇ ਕੋਲ ਚੋਇਸ ਹੈਗੀ ਹੈ। ਕੋਂਬੋ ਚ ਇਹ ਵੀ ਬੰਦਾ ਕਹਿੰਦਾ ਵੀ ਇਕੱਠਾ ਹੀ ਸਾਰਾ ਕੁਝ, ਪਰ ਇਹ ਹੈ ਵੀ ਜੇ ਆਪਾਂ ਦੇਖਦੇ ਹਾਂ ਕਈ ਵਾਰੀ ਹਮੇਸ਼ਾ ਚੀਜ਼ ਸਸਤੀ ਨਹੀਂ ਹੁੰਦੀ ਕੋਂਬੋ ਦੇ ਵਿੱਚ, ਜੇ ਆਪਦੇ ਲੋੜ ਮੁਤਾਬਕ ਚੀਜ਼ ਆਪਾਂ ਨੂੰ ਚਾਹੀਦੀ ਹੈ, ਕਿਉਂਕਿ ਜੇ ਕੱਲ ਨੂੰ ਅਸੀਂ ਇੱਕ ਚੀਜ਼ ਰੱਖਣੀ ਹੈ ਦੂਜੀ ਨਹੀਂ ਰੱਖਣੀ, ਅਸੀਂ ਸੌਖੀ ਬੰਦ ਕਰਾ ਸਕਦੇ ਹਾਂ। ਕੋਂਬੋ ਚ ਕਈ ਵਾਰੀ ਜੇ ਤੁਹਾਡੀ ਜਿਹੜੀ ਮੇਨ ਜਿਹੜੀ ਪਾਲਿਸੀ ਉਹਦੇ ਨਾਲ ਜਿਹੜਾ ਰਾਈਡਰ ਲੱਗਿਆ, ਕਿਉਂਕਿ ਤੁਸੀਂ ਉਹ ਫਿਰ ਕੈਂਸਲ ਕਰਨਾ ਦੂਜੇ ਰਾਈਡਰ ਨੂੰ ਰੱਖਣਾ ਵੀ ਉਹ ਥੋੜਾ ਜਿਹਾ ਔਖਾ ਵੀ ਹੋ ਜਾਂਦਾ ਕਈ ਵਾਰੀ। ਇਸ ਕਰਕੇ ਵੀ ਜਿਹੜੀ ਵੀ ਚੀਜ਼ ਹੈ ਤੁਸੀਂ ਆਪਦੇ ਲੋੜ ਦੇ ਹਿਸਾਬ ਨਾਲ ਲਾਓ। ਨਿਆਂ ਦੇ ਨਾਲ ਜਿਹੜੀ ਹੁਣ ਆਪਾਂ ਜਿਹੜੇ ਇੱਕ ਤਾਂ ਲੋੜ ਦੇ ਨਾਲ ਚੀਜ਼ ਹੋ ਗਈ, ਨਾਲ ਦੇ ਨਾਲ ਜਿਹੜੀ ਚੀਜ਼ ਹੈਗੀ ਹੈ ਮੇਨ ਤਾਂ ਜਿਹੜਾ ਹੁਣ ਆਪਾਂ ਟਰਮ ਇੰਸ਼ੋਰੈਂਸ ਦੀ ਜਿਹੜੀ ਗੱਲ ਕਰਦੇ ਹਾਂ, ਉਹਦੇ ਨਾਲ ਇਹ ਵੀ ਕਾਫੀ ਚੀਜ਼ਾਂ ਪ੍ਰਾਈਸ ਸਸਤੀ ਆ ਰਹੀਆਂ ਟਰਮ ਦੀਆਂ ਹੁਣ, ਕਿਉਂਕਿ ਹਰੇਕ ਆਪਾਂ ਟਰਮ, ਕਿਉਂਕਿ ਜਿੱਦਾਂ ਕਹਿੰਦੇ ਵੀ ਸੇਲ ਲੱਗਦੀ ਹੈ, ਸੇਲ ਇਸ ਕਰਕੇ ਵੀ ਅਗਲਾ ਕਹਿੰਦੇ ਇੱਕ ਚੀਜ਼ ਲੈ ਲਓ ਸਾਡੇ ਤੋਂ, ਦੂਜੀ ਚੀਜ਼ ਵਾਕਈ ਨਾਲ ਲਾਉਂਗੇ ਲਾਉਂਗੇ। ਜਾਂ ਬੰਦਾ ਕਿਹਾ ਵੀ ਇੱਕ ਵਾਰੀ ਟਰਮ ਲੈ ਲਈਏ 10 ਜਾਂ 20 ਸਾਲ ਦੀ, ਉਦੋਂ ਬਾਅਦ ਜਾਣਾ ਕਿੱਥੇ, ਉਦੋਂ ਬਾਅਦ ਜਾਂ ਰਿਨਿਊ ਹੋਊਗੀ ਜਾਂ ਉਹਨੂੰ ਪਰਮਾਨੈਂਟ ਕੁਛ ਨਾ ਕੁਛ ਚੇਂਜ ਕਰੋਗੇ। ਪਰ ਇਸ ਕਰਕੇ ਵੀ ਜਿਹੜੀ ਟਰਮ ਆ ਉਹ ਹਰੇਕ ਨੂੰ ਚਾਹੀਦੀ ਚਾਹੀਦੀ, ਕਿਉਂਕਿ ਅਸੀਂ ਮੁੜ ਕੇ ਜਾ ਆਪਦੀ ਕਵਰ ਕਰਨੀ ਆ, ਆਪਦਾ ਪਰਿਵਾਰ ਪ੍ਰੋਟੈਕਟ ਕਰਨਾ, ਕਿਉਂਕਿ ਸਸਤੀ ਆ ਜਿੱਦਾਂ ਲੈ ਲਈ ਉਦਾਂ ਹੀ ਸਸਤੀ, ਕਿਉਂਕਿ ਉਦੋਂ ਬਾਅਦ ਮਹਿੰਗੀ ਹੋ ਗਈ ਕਿਉਂਕਿ ਏਜ ਚੇਂਜ ਹੋ ਗਈ, ਨਾਲੇ ਸਿਹਤ ਵਧੀਆ ਤਾਂ ਰੇਟ ਵਧੀਆ ਮਿਲਣਾ। ਜੇ ਉਦੋਂ ਬਾਅਦ ਹੁਣ ਸਿਹਤ ਨਹੀਂ ਠੀਕ ਤਾਂ ਫਿਰ ਚੀਜ਼ ਨਾ ਉਨੇ ਦੀ ਆਪਾਂ ਨੂੰ ਮਿਲਣੀ ਦੁਬਾਰਾ, ਤਾਂ ਫਿਰ ਤਾਂ ਇਹ ਔਖਾ ਹੋ ਜਾਂਦਾ ਟਾਈਮ ਵੀ ਵੀ ਸਾਨੂੰ ਚੀਜ਼ ਮਿਲੇ ਕਿੱਦਾਂ। ਫਿਰ ਕਈ ਵਾਰੀ ਆਪਾਂ ਨੂੰ ਫਿਰ ਦੂਜੀਆਂ ਕੰਪਨੀਆਂ ਕੋਲ ਜਾਣਾ ਪੈਂਦਾ, ਉਹਨਾਂ ਦਾ ਰੇਟ ਹੀ ਉਦਾਂ ਹੀ ਬਹੁਤ ਵੱਧ ਹੁੰਦਾ, ਕਿਉਂਕਿ ਜੇ ਉਹ ਕਹਿੰਦੇ ਵੀ ਠੀਕ ਹੈ ਸਿਹਤ ਨਹੀਂ ਵਧੀਆ ਸਾਨੂੰ ਪੈਸੇ ਵੱਧ ਦੇ ਦਿਓ, ਇੱਦਾਂ ਵਧੀਆ ਵੀ ਜੇ ਆਪਾਂ ਟਰਮ ਲੈਣੀ ਕੁਛ ਨਾ ਕੁਛ ਆਪਾਂ ਸ਼ੁਰੂ ਜ਼ਰੂਰ ਕਰ ਦਈਏ। ਟਰਮ ਦੇ ਵੇਲੇ ਵੀ ਮੈਡੀਕਲ ਹੋਣਾ ਜੀ? ਹਾਂਜੀ ਬਿਲਕੁਲ ਜੀ, ਹੁਣ ਤਾਂ ਕਈ ਵਾਰੀ ਜਿਹੜੇ ਹੁਣ ਸੂਈ ਲਵਾਉਣ ਤੋਂ ਡਰਦੇ ਨੇ, ਬਲੱਡ ਵਰਕ ਤਾਂ ਹੁਣ ਤਾਂ ਫੋਨ ਤੇ ਵੀ ਹੋ ਜਾਂਦਾ ਜੀ, ਹੁਣ ਤਾਂ ਹਾਂਜੀ ਫੋਨ ਇੰਟਰਵਿਊ ਵੀ ਹੋਣ ਲੱਗ ਗਿਆ ਜੀ, ਹੁਣ ਇਹ ਵੀ ਫੋਨ ਇੰਟਰਵਿਊ ਦੇ ਦਿਓ ਤੇ ਤੁਹਾਡੇ ਬਲੱਡ ਵਰਕ ਦੀ ਸ਼ਾਇਦ ਲੋੜ ਨਾ ਹੀ ਪਵੇ। ਮੈਂ ਨਾ ਜੇ ਟਰਮ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਵਾਲਾ ਕੰਮ ਹੈ, ਮੈਂ ਕਹਿੰਦਾ 100-150 ਚ ਸਰਜੂ ਜਾਂ ਸਵੱਲਾ ਜਿਹਾ ਕਰਨਾ ਹੋਵੇ। ਬਿਲਕੁਲ ਜੀ, ਬਿਲਕੁਲ ਜੇ ਇਕੱਲੀ ਟਰਮ ਲੈਣੀ ਆ ਜੇ 30-35 ਸਾਲ ਦਾ, ਇਹ 100 ਡਾਲਰ ਤੱਕ ਬਿਲਕੁਲ ਈਜ਼ੀ ਆਰਾਮ ਨਾਲ ਸਾਰਾ ਕੁਝ, 50 ਕੁ ਹੋਰ ਲਾ ਲਓ। ਜੇ ਕਿਸੇ ਨੇ ਕੋਈ ਸੇਵਿੰਗ, ਦੇਖੋ ਹਮੇਸ਼ਾ ਹੀ ਮੈਂ ਇਹ ਕਹਿੰਦਾ ਹੁੰਦਾ ਵੀ ਜੇ ਤੁਹਾਡੇ ਕੋਲ 100 ਡਾਲਰ ਹੈ, 100 ਡਾਲਰ ਚ ਕੰਮ ਹੋਜੂ, ਜੇ 50 ਜਾਂ 50 ਚ ਕੰਮ ਹੋਜੂ, ਬਾਕੀ ਤੁਹਾਡੇ ਉਦੋਂ ਬਾਅਦ ਤੁਹਾਡੀ ਪਹੁੰਚ ਆ ਵੀ ਹੁਣ ਕਿਸੇ ਨੇ ਕਹੋ ਮੈਂ ਤਾਂ ਹੁਣ ਕੋਈ 10,000 ਵੀ ਮਹੀਨੇ ਦੇ ਸਕਦਾ, ਬਿਲਕੁਲ ਕੋਈ ਕਹਿੰਦਾ ਜੀ ਮੈਂ 100 ਹੀ ਮਸਾਂ ਦੇ ਸਕਦਾ, ਪਰ ਹਰੇਕ ਦੀ ਆਪਦੀ ਆਪਦੀ ਜ਼ਰੂਰਤ ਹੈ, ਜ਼ਰੂਰਤ ਦੇ ਹਿਸਾਬ ਨਾਲ ਹੀ ਪ੍ਰੋਡਕਟ ਹੈ ਆਪਣੇ, ਉੱਦਾਂ ਦੇ ਹੀ ਪ੍ਰੋਡਕਟ ਨੇ, ਉੱਦਾਂ ਦੀਆਂ ਕੰਪਨੀਆਂ ਆਪਣੇ ਕੋਲ। ਇਸ ਕਰਕੇ ਵੀ ਲੋੜ ਦੇ ਨਾਲ ਆਪਦੀ ਚੀਜ਼ ਲਓ ਜੀ, ਬਿਲਕੁਲ ਜਿਹੜੀ ਤੁਹਾਡੀ ਜ਼ਰੂਰਤ ਹੈ ਜੀ। ਅੱਛਾ ਜੀ, ਇੱਕ ਹੋਰ ਦੱਸਿਓ ਕਿ ਟਰਮ ਇੰਸ਼ੋਰੈਂਸ ਵੀ ਹੋ ਗਈ, ਕ੍ਰਿਟੀਕਲ ਇਲਨੈਸ ਤੇ ਮੋਰਗੇਜ ਤੇ ਸੁਪਰ ਵੀਜ਼ੇ ਦੀ। ਅੱਛਾ, ਸੁਪਰ ਵੀਜ਼ੇ ਦੀ ਗੱਲ ਕਰਨੀ ਹੈ ਜੀ ਮੈਂ, ਕਿਉਂਕਿ ਵਰਕ ਪਰਮਿਟ ਨਿਊ ਇਮੀਗ੍ਰੈਂਟ ਆਉਂਦੇ ਨੇ ਉਹਨਾਂ ਦੇ ਨਾਲ, ਤੇ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਬਾਰੇ ਤਿੰਨਾਂ ਨੂੰ, ਇਹਨਾਂ ਨੂੰ ਸਮਝਾਇਓ ਜੀ, ਜਿਹੜਾ ਨਵਾਂ ਆਉਂਦਾ ਵਰਕ ਪਰਮਿਟ ਵਾਲਾ ਕਿਵੇਂ ਪ੍ਰੋਟੈਕਟ ਆ, ਵਿਜ਼ਿਟ ਵਾਲੇ ਕਿਵੇਂ ਪ੍ਰੋਟੈਕਟ ਨੇ, ਸਮਝਾਓ ਉਹਨਾਂ। ਜੇ PR ਵੀ ਕੋਈ ਆਉਂਦਾ ਉਹਨੂੰ ਵੀ ਕਿਵੇਂ ਪ੍ਰੋਟੈਕਟ ਕਰਨਾ? ਹਾਂਜੀ ਬਿਲਕੁਲ, ਪਹਿਲੀ ਗੱਲ ਤਾਂ ਵੀ ਜੇ ਕੋਈ ਉਦਾਂ ਹੀ ਆਪਣੇ ਵਰਕ ਪਰਮਿਟ ਤੇ ਹੁਣ ਕਾਫੀ ਯੰਗ ਫੈਮਿਲੀਜ਼ ਆ ਰਹੀਆਂ ਜਾਂ ਸਟੂਡੈਂਟ ਆ ਰਹੇ ਨੇ, ਉਹ ਆਪਦੇ ਆਪ ਨੂੰ ਉਹ ਵੀ ਉਹ ਡਿਸੇਬਿਲਟੀ ਜਾਂ ਲਾਈਫ ਇੰਸ਼ੋਰੈਂਸ ਲੈ ਸਕਦੇ ਨੇ, ਕਿਉਂਕਿ ਇਹ ਵੀ ਜ਼ਰੂਰੀ ਨਹੀਂ ਹਾਲੇ ਉਹਨਾਂ ਦੀ ਲਾਈਫ ਸ਼ੁਰੂ ਹੋਈ, ਉਹਨਾਂ ਨੇ ਪ੍ਰੋਫੈਸ਼ਨਲ ਬਣਨਾ ਆ ਤੇ ਹੁਣੇ ਤੋਂ ਹੀ ਆਪਦੇ, ਕਿਉਂਕਿ ਰਿਸਕ, ਕਿਉਂਕਿ ਆਪਾਂ ਹਮੇਸ਼ਾ ਹੀ ਦੇਖਦੇ ਹਾਂ ਵੀ ਹੈਲਪ ਲਾਈਨ ਸ਼ੁਰੂ ਹੁੰਦੀ ਹੈ ਕੋਈ ਨਾ ਕੋਈ ਵੀ, ਜਦੋਂ ਕੁਛ ਇਹੋ ਜਿਹਾ ਹੋ ਜਾਂਦਾ ਆ ਫਿਰ ਉਹਦਾ ਨਾ ਤਾਂ ਨਾਲ ਸਪੋਰਟ ਵਾਲੇ ਵੀ ਬੰਦੇ ਘੱਟ ਹੁੰਦੇ ਨੇ, ਤੇ ਨਾਲ ਵੀ ਜੇ ਕੁਛ ਹੋ ਜਾਂਦਾ ਤਾਂ ਫਿਰ ਬਹੁਤ ਔਖਾ ਹੁੰਦਾ, ਜੇ ਕਈ ਵਾਰੀ ਤਾਂ ਬੋਡੀ ਵਾਪਸ ਪਿੱਛੇ ਭੇਜੇ ਨੇ, ਕਿੰਨੇ ਆਪਾਂ ਪੈਸੇ ਇਕੱਠੇ ਕਰਦੇ, ਕਹਿੰਦੇ ਵੀ ਆਪ ਦਾ ਇੰਤਜ਼ਾਮ ਆਪਾਂ ਆਪ ਹੀ ਕਰੀਏ, ਆਪਦੇ ਆਪ ਨੂੰ ਪ੍ਰੋਟੈਕਟ ਕਰੀਏ, 10-20-25 ਡਾਲਰ ਚ ਵੀ ਤੁਹਾਡੇ ਇੰਸ਼ੋਰੈਂਸ, ਜੇ ਤੁਸੀਂ ਵਰਕ ਪਰਮਿਟ ਤੇ ਆਏ ਹੋਏ ਹੋ 2.5 ਲੱਖ ਤੱਕ ਕਵਰੇਜ ਤੁਹਾਡੀ ਹੈਗੀ, ਤੁਸੀਂ ਕਰਾ ਸਕਦੇ ਹੋ। ਜੇ ਡਿਸੇਬਿਲਟੀ ਹੈ ਤੁਸੀਂ ਆਪਦੀ ਬੇਸਮੈਂਟ ਦਾ ਰੈਂਟ ਨਹੀਂ ਦੇ ਸਕਦੇ, ਰਹੋਗੇ ਕਿੱਥੇ, ਸੱਟ ਵੱਜ ਜਾਂਦੀ, ਕੰਮ ਕਿੱਦਾਂ ਕਰੋਗੇ, ਖਰਚਾ ਕਿੱਦਾਂ ਚੱਲੂਗਾ, ਤੁਸੀਂ ਆਪਦੀ ਡਿਸੇਬਿਲਟੀ ਲੈ ਸਕਦੇ ਹੋ। ਹੁਣ ਸੇਮ ਨੋਟ, ਜੇ ਤੁਸੀਂ ਵਿਜ਼ਟਰ ਆਏ ਹੋਏ ਹੋ, ਜੇ ਤੁਸੀਂ ਉਹਨਾਂ ਦੇ ਇੱਥੇ ਆ ਕੇ ਜਾਂ PR ਵਾਸਤੇ ਅਪਲਾਈ ਕਰਨਾ ਆ, ਉਹਨਾਂ ਚਿਰ ਤੁਸੀਂ ਆਪਦੀ ਮੈਡੀਕਲ ਇੰਸ਼ੋਰੈਂਸ ਜਿਹੜੀ ਤੁਸੀਂ ਉਹ ਤੁਸੀਂ ਕਰਾ ਸਕਦੇ ਹੋ, ਜੇ ਕੋਈ ਵੀ ਕੋਈ ਸਿਕਨੈਸ ਹੋ ਗਈ ਜਾਂ ਕੋਈ ਇਹੋ ਜਿਹਾ ਹੋ ਜਾਂਦਾ, ਤੁਹਾਨੂੰ ਬਿੱਲ ਕਿੰਨੇ ਦੇਣੇ ਹੋ, ਇਸ ਕਰਕੇ ਤੁਸੀਂ ਆਪਦੇ ਉਹਨਾਂ ਵਾਸਤੇ ਵੀ ਜਿਹੜੀ ਟਰੈਵਲ ਇੰਸ਼ੋਰੈਂਸ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੁਸੀਂ ਆਪਦੇ ਲੋੜ ਮੁਤਾਬਕ ਜੇ 50,000 ਦੀ ਕਰਾਉਣੀ ਆ, 1,00,000 ਦੀ ਕਰਾਉਣੀ ਆ, 1.5 ਲੱਖ ਦੀ ਕਰਾਉਣੀ ਆ, ਤੁਸੀਂ ਆਪਦੀ ਕਰਾ ਸਕਦੇ ਹੋ, ਜਿੰਨੇ ਮਹੀਨੇ ਰਹਿਣਾ ਤੁਸੀਂ ਮਹੀਨੇ ਦੇ ਮਹੀਨੇ ਵੀ ਕਰਾ ਸਕਦੇ ਹੋ। ਉਦੋਂ ਬਾਅਦ ਜੇ ਸੁਪਰ ਵੀਜ਼ਾ ਆ, ਸੁਪਰ ਵੀਜ਼ਾ ਦਾ ਹੁਣ ਹੈ ਵੀ ਉਹਨਾਂ ਦੀ ਵੀ ਕੰਪਨੀਆਂ 'ਚ ਬਹੁਤ ਕੰਪੀਟੀਸ਼ਨ ਚੱਲ ਰਿਹਾ, ਨਵੀਂ ਤੋਂ ਨਵੀਂ ਕੰਪਨੀ ਆਉਂਦੀ ਹੈ ਜੀ, ਰੇਟ ਤੋਂ ਰੇਟ ਥੱਲੇ ਜਾਈ ਜਾਂਦਾ, ਪਰ ਇਹ ਹੈ ਵੀ ਜਦੋਂ ਵੀ ਤੁਸੀਂ ਚੀਜ਼ ਲੈਣੀ ਹੈ ਉਹ ਸਾਰੀਆਂ ਜੀ ਆਲਮੋਸਟ ਆਪਸ਼ਨ ਸਾਰਿਆਂ 'ਚ ਸੇਮ
ਕਵਰੇਜ ਕਿੰਨੇ ਦੀ ਹੈ, ਤੁਹਾਡੀ ਪ੍ਰੀ ਐਗਜ਼ਿਸਟਿੰਗ ਕੋਈ ਹੈਲਥ ਇਸ਼ੂ ਹੈਗਾ ਜਾਂ ਨਹੀਂ ਹੈਗਾ। ਉਦੋਂ ਬਾਅਦ ਤਾਂ ਜਿਹੜੇ ਫੀਚਰ ਨੇ, ਫੀਚਰ ਤਾਂ ਜੀ ਸਾਰਿਆਂ ਦੇ ਮੋਸਟਲੀ ਵਿੱਚ ਸੇਮ ਹੀ ਹੁੰਦੇ ਨੇ, ਕੋਈ ਮਾੜਾ ਮੋਟਾ ਫਰਕ ਹੈ, ਪਰ ਆਪਦੀ ਲੋੜ ਮੁਤਾਬਕ ਜੇ ਤੁਸੀਂ ਜਿੱਦਾਂ ਦੀ ਸਿਹਤ ਦੱਸ ਕੇ ਤੁਸੀਂ ਸੁਪਰਵੀਜ਼ਰ ਦੀ ਜੇ ਕੋਟ ਲੈਣਾ ਜਾਂ ਪ੍ਰਾਈਸ ਲੈਣੀ ਹੈ ਤੁਸੀਂ ਉਸ ਹਿਸਾਬ ਨਾਲ ਕਰ ਸਕਦੇ, ਕਿਉਂਕਿ $1,00,000 ਦੀ ਕਵਰੇਜ ਚਾਹੀਦੀ ਚਾਹੀਦੀ ਹੈ। ਹੁਣ ਕੰਪਨੀਆਂ 3,00,000 ਜਾਂ 5,00,000 ਵੀ ਤੁਸੀਂ ਲੈ ਸਕਦੇ ਹੋ ਅਜੇ ਸੁਪਰਵੀਜ਼ਰ। ਕਈ ਵਾਰੀ ਹੁੰਦਾ ਆਪਾਂ ਪ੍ਰੋਟੈਕਸ਼ਨ ਕਰਨੀ ਹੀ ਕਰਨੀ, ਕਈ ਵਾਰੀ ਸਿਹਤ ਢਿੱਲ ਮੱਠਿਆ, ਇੱਕ ਵਾਰੀ ਹਸਪਤਾਲ ਗਏ ਵੀ ਉੱਥੇ 10-15 ਦਿਨ ਵੀ ਹੋਇਆ ਤਾਂ $1,00,000 ਤਾਂ ਮਿੰਟ 'ਚ ਉੱਡ ਜਾਂਦਾ ਜੀ। ਤੇ ਆਪਦੇ ਕਿਉਂਕਿ ਪਿਛਲੇ ਦਿਨ ਅਖਬਾਰ 'ਚ ਆਇਆ ਕਿ 3,00,000 ਦਾ ਬਿੱਲ ਸੀਗਾ, ਇਸ ਕਰਕੇ ਵੀ ਕੋਈ ਵੀ ਜੇ ਤੁਹਾਡੀ ਸਿਕਨੈਸ ਹੈ ਜਾਂ ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਲੋੜ ਮੁਤਾਬਕ ਲਓ। ਟਰਮ ਇੰਸ਼ੋਰੈਂਸ ਦੇ ਵਿੱਚ ਬਹੁਤ ਗੱਲਾਂ ਪਤਾ ਲੱਗਦੀਆਂ, ਪੈਸੇ ਜੋੜ ਦਿਆਂਗੇ, ਪੈਸੇ ਮੋੜ ਦਿਆਂਗੇ, 5 ਸਾਲ ਬਾਅਦ ਤੁਹਾਨੂੰ ਦਵਾਨੀ ਖਰਚਣ ਦੀ ਉਹਨੀ ਲੋੜ, ਪੈਂਤਾਂ ਸੱਤਰਾਂ ਤੱਕ ਉਈਓ ਖਿੱਚ ਦਿਆਂਗੇ, ਇਹ ਮਹੀਨੇ ਚ ਹੀ ਹੈ, ਜੇ ਹੁਣ ਨਾ ਲਿਆ ਮਿਲਣਾ ਹੀ ਨਹੀਂ, ਇਹੋ ਜਿਹਾ ਕੁਛ ਕਈ ਵਾਰ ਬਹੁਤ ਕੁਛ ਹੋਣ ਲੱਗ ਜਾਂਦਾ। ਹੁਣ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਆ, ਇਹਦੇ ਬਾਰੇ ਸਮਝਾ ਦਿਓ ਵੀ ਕਿੰਨੇ ਕੁ ਪੈਸੇ ਪਾਉਣੇ ਪੈਂਦੇ ਆ ਤੇ ਉਹ ਤੁਹਾਡੇ ਪੈਸੇ ਜਾਂਦੇ ਕਿਵੇਂ ਆ, ਆਪਸ਼ਨ ਕੀ ਨੇ। ਜਿਹੜੀ ਪਰਮਾਨੈਂਟ ਚੀਜ਼ ਹੈ ਜੀ, ਉਹ ਪਰਮਾਨੈਂਟ ਆ, ਇਸੇ ਕਰਕੇ ਉਹ ਮਹਿੰਗੀ ਆ। ਜੇ ਹੁਣ ਕੋਈ 30 ਸਾਲ ਦਾ ਬੰਦਾ $1,000,000 ਦੀ ਇੰਸ਼ੋਰੈਂਸ ਲੈਂਦਾ ਆ, ਉਹ ਵੀ $100 ਜਾ ਜਾਣੀ ਆ। ਹੁਣ ਜੇ ਕੋਈ ਬੰਦਾ $1,00,000 ਦੀ 30 ਸਾਲ ਦਾ ਬੰਦਾ ਪਰਮਾਨੈਂਟ ਇੰਸ਼ੋਰੈਂਸ ਲੈਂਦਾ ਤਾਂ ਅਪਰੋਕਸੀਮੇਟਲੀ $100 ਕਿਸ਼ਤ ਆਉਂਦੀ ਬਣ ਜਾਣੀ ਹੈ। ਹੁਣ ਇਹ ਵੀ $100 ਚ $1,000,000 ਦੀ ਕਵਰੇਜ ਵੀ ਆਉਂਦੀ ਹੈ, $1,00,000 ਦੀ ਵੀ ਆਉਂਦੀ ਹੈ। ਹੁਣ ਜਿਹੜੀ 100 ਵਾਲੀ ਉਹ ਸਿਰਫ, ਹੁਣ ਇੱਕ ਤਾਂ ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਕਿ ਸੇਵਿੰਗ ਚਾਹੀਦੀ ਹੈ। ਪਹਿਲਾਂ ਆਪਦਾ ਆਪਦੇ ਆਪ ਨੂੰ ਕੁਐਸਚਨ ਪੁੱਛਣਾ ਵੀ ਸਾਨੂੰ ਕੀ ਚਾਹੀਦਾ। ਹੁਣ ਜੇ ਅਸੀਂ ਦੋਵੇਂ ਚੀਜ਼ਾਂ ਇਕੱਠੀਆਂ ਵੀ ਕਰਾ ਸਕਦੇ ਹਾਂ ਲੋੜ ਮੁਤਾਬਕ ਜਿਹੜੀ ਚੀਜ਼, ਹਾਂ ਜੇ ਅਸੀਂ ਕੋਈ $100 ਇੱਕ ਦੇ ਸਕਦੇ ਹਾਂ, ਨਾਲ 100 ਹੋਰ ਵਾਧੂ ਦੇ ਸਕਦੇ ਹਾਂ, ਸੇਵਿੰਗ ਵੀ ਹੋ ਜਾਵੇ, ਅਸੀਂ ਉਹ ਵੀ ਕਰ ਸਕਦੇ ਹਾਂ। ਉਹਦੇ 'ਚ ਇਹ ਵੀ ਜਿੰਨੇ ਪੈਸੇ ਤੁਸੀਂ ਦੇਈ ਜਾਂਦੇ ਹੋ ਉਹ ਸੇਵ ਹੋਈ ਜਾਂਦੇ ਨੇ ਇੱਕ ਟਾਈਮ ਤੋਂ ਬਾਅਦ, ਸਾਰੀ ਉਮਰ ਦੀਆਂ ਹੁਣ ਕਿਸ਼ਤਾਂ ਨਹੀਂ ਦੇਣੀਆਂ, ਕਵਰੇਜ ਸਾਰੀ ਉਮਰ ਦੀ ਹੈ। ਹੁਣ ਕਹਿਣ ਦਾ ਭਾਵ ਇਹ $1,00,000 ਦੀ ਕਵਰੇਜ ਆ, ਉਹਦੇ ਪਿੱਛੇ ਅਸੀਂ $25,000 ਦੇ ਤਾ। ਹੁਣ ਜੇ ਆਪਾਂ ਮੈਥ ਲਾਉਂਦੇ ਹਾਂ ਕਿ ਲਾਟ ਲਈ $1,00,000 ਦੀ, ਉਹਦੇ ਪਿੱਛੇ $25,000 ਦੇ ਤਾ, ਹੁਣ ਇਹ ਵੀ $25,000 ਚ ਲਈ ਹੈ, ਲੱਖ ਚ ਵਿਕਣੀ ਹੈ ਜੇ ਆਪਾਂ ਉਦਾਂ ਦੇਖਦੇ ਹਾਂ। ਜਦੋਂ ਹਰੇਕ ਨੇ ਜਾਣਾ ਹੀ ਜਾਣਾ ਇੱਕ ਦਿਨ ਤਾਂ, ਪਰ ਜੇ ਆਪਾਂ ਜੇ ਮੈਥ ਵਾਂਗੂ ਜੇ ਉਦਾਂ ਵੀ ਦੇਖਦੇ ਹਾਂ ਵੀ ਸਾਨੂੰ ਉਸ ਚੀਜ਼ ਚ ਲੈਣ ਦਾ ਕੋਈ ਨੁਕਸਾਨ ਨਹੀਂ ਹੈਗਾ, ਪਰ ਸੇਮ ਨੋਟ ਸਾਨੂੰ $25,000 ਸਾਡਾ ਜੁੜ ਗਿਆ। ਪਰ ਹਾਂ, ਜੇ ਪੋਲਿਸੀ ਚੋਂ ਪੈਸੇ ਚੱਕਣੇ ਨੇ, ਤੁਸੀਂ ਉਹ ਪੋਲਿਸੀ ਦੇਖਣੀ ਹੈ, ਵਾਕਿਆ ਵੀ ਉਹਦਾ ਗਰੋਥ ਕਿੰਨੀ ਹੈ, ਉਹਦਾ ਇੰਟਰਸਟ ਰੇਟ ਕਿੰਨਾ ਆ, ਜਦੋਂ ਪੈਸੇ ਚੱਕੋਗੇ ਤਾਂ ਫਿਰ ਕੀ ਹੋਊਗਾ, ਆਪਸ਼ਨ ਹੋਊਗੀ, ਉਸ ਤੋਂ ਬਾਅਦ ਕੀ ਹੋਊਗਾ। ਕਈ ਪੋਲਿਸੀਆਂ ਜਾਂ ਲੱਖ ਦੀਆਂ, ਸਾਰੀ ਉਮਰ ਲੱਖ ਦੀਆਂ ਰਹਿਣਗੀਆਂ, ਕਈ ਹੈ ਵੀ ਲੱਖ ਤੋਂ ਬਾਅਦ ਆਪਦੀਆਂ ਉਹਨਾਂ ਦੀ ਜਿੱਦਾਂ ਦਾ ਕੈਸ਼ ਵੈਲਿਊ ਵਧੀ ਜਾਂਦੀ, ਜਿਹੜਾ $25,000 ਵਿੱਚ ਪਾਇਆ ਤੁਸੀਂ ਉਹ ਵਧੀ ਜਾਂਦਾ, ਉੱਦਾਂ ਹੀ ਉਹਨਾਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਵੀ, ਜੇ ਕੈਸ਼ ਵੱਧਦਾ ਤਾਂ ਲਾਈਫ ਇੰਸ਼ੋਰੈਂਸ ਵੀ ਵਧੀ ਜਾਂਦੀ, ਉਨੇ ਤੁਸੀਂ ਉਸ ਹਿਸਾਬ ਨਾਲ ਪੈਸੇ ਵੱਧ ਚੱਕ ਸਕਦੇ ਹੋ। ਕਿਉਂਕਿ ਜਿਹੜੀਆਂ ਪਰਮਾਨੈਂਟ ਪੋਲਿਸੀਆਂ ਨੇ ਆਪਦੀਆਂ, ਇਹ ਵੀ ਸੇਮ ਹੀ, ਜੇ ਤੁਸੀਂ ਆਪਦਾ ਲੌਂਗ ਟਰਮ ਪਲਾਨ ਹੈ, ਤੁਹਾਡਾ ਲੌਂਗ ਟਰਮ ਗੋਲ ਕੀ ਹੈਗਾ, ਜੇ ਤੁਹਾਡੀ ਸਟੇਟ ਪਲੈਨਿੰਗ ਹੈ, ਜਾਂ ਤੁਹਾਡਾ ਕੁਛ ਵੀ ਉਸੇ ਹਿਸਾਬ ਨਾਲ ਤੁਸੀਂ ਦੇਖਣਾ ਵੀ ਤੁਹਾਡਾ ਲੌਂਗ ਟਰਮ ਪਲਾਨ ਕੀ ਹੈ, ਉਦੋਂ ਫਿਰ ਜਿਹੜੀਆਂ ਪਰਮਾਨੈਂਟ ਪੋਲਿਸੀਆਂ ਹੀ ਕੰਮ ਕਰਨੀਆਂ। ਟਰਮ ਤਾਂ ਮੁੱਕ ਜਾਣੀ ਇੱਕ ਦਿਨ ਆ ਕੇ, ਉਦੋਂ ਫਿਰ ਜਦੋਂ ਸਾਨੂੰ ਲੋੜ ਆ ਉਦੋਂ ਫਿਰ ਟਰਮ ਹੋਣੀ ਨੀ, ਉਦੋਂ ਵੀ ਮਹਿੰਗੀ ਬਹੁਤ ਹੋ ਜਾਂਦੀ ਟਰਮ ਜਦੋਂ ਵੀ ਰਿਨਿਊਲ ਦਾ ਟਾਈਮ ਆਉਂਦਾ ਆ। ਇਸ ਕਰਕੇ ਵੀ ਜਿਹੜੀ ਪਰਮਾਨੈਂਟ ਪੋਲਿਸੀ ਜਿੰਨੀ ਛੇਤੀ ਤੁਸੀਂ ਲਾ, ਕਿਉਂਕਿ ਮਹਿੰਗੀ ਹੈ, ਪਰ ਮਹਿੰਗੀ ਇਸ ਕਰਕੇ ਆ ਵੀ ਕਿਉਂਕਿ ਉਹਦੀ ਵੈਲਿਊ ਹੈਗੀ ਹੈ। ਇੱਕ ਮਹੀਨਾ ਤੁਸੀਂ ਕਿਸ਼ਤ ਜੇ ਕੈਸ਼ ਵੈਲਿਊ ਵਿੱਚ ਹੈਗੀ ਹੈ, ਜੇ ਤੁਸੀਂ ਮਹੀਨਾ ਸਾਲ ਖੰਡ ਪੈਸੇ ਦੇ ਨਹੀਂ ਸਕਦੇ, ਵਿੱਚੋਂ ਹੀ ਕੰਮ ਚੱਲੀ ਜਾਊਗਾ। ਫਿਰ ਦੂਜੇ ਲੋੜ ਜੇ ਤੁਹਾਡੇ ਕੋਲ ਇਕੱਲੀ ਟਰਮ ਆ, ਉਹ ਤਾਂ ਜੇ 30 ਦਿਨ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਪਲਾਨ ਬੰਦ ਹੋ ਜਾਣਾ। 604-828-7213 ਜੀ ਪਰਮਿੰਦਰ ਸਿੰਘ ਥਿੰਨ ਦਾ ਨੰਬਰ ਹੈ, thinkinsurance.ca ਫੇਸਬੁੱਕ ਤੇ ਥਿੰਕ ਇੰਸ਼ੋਰੈਂਸ ਦਾ ਇਹ ਪੇਜ ਹੈ। ਅਖੀਰ ਦੇ ਵਿੱਚ ਜੀ 30 ਸੈਕਿੰਡ ਹੋਰ ਨੇ। ਹਾਂਜੀ, ਅਖੀਰ ਦੇ ਵਿੱਚ ਹੈ ਜੀ, ਹੁਣ ਵੀਕਐਂਡ ਹੈਗਾ ਜੀ, ਤੇ ਨਾਲੇ ਨਗਰ ਕੀਰਤਨ ਵੀ ਸ਼ੁਰੂ ਹੋਇਆ। ਸਾਰਾ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਅਗਲੇ ਸ਼ੋਅ ਤੋਂ ਪਹਿਲਾਂ ਜੇ ਨਾ ਹੋਇਆ ਤਾਂ ਇੱਕ ਆ ਵੀ ਹੁਣ ਆਹ ਵੀਕਐਂਡ ਤੇ ਓਕ ਨਾਗਨ ਚ ਹੋਣਾ ਜੀ। ਕਿਤੇ ਵੀ ਤੁਸੀਂ SOS ਕ੍ਰਿਸ ਅਕੈਡਮੀ, ਅਸੀਂ ਆਲ ਓਵਰ ਕਲੋਨਾ, ਕਿਤੇ ਵੀ ਤੁਸੀਂ ਮਿਲਣਾ ਚਾਹੁੰਦੇ ਹੋ ਤੇ ਆਲ ਬੀ ਦੇਰ ਉੱਥੇ, ਮੈਂ ਵੀਕਐਂਡ ਉੱਥੇ ਹੀ ਹੋਣਾ ਜੀ। ਤੇ ਸਾਰਾ ਸੈਟਰਡੇ ਤੇ ਸੰਡੇ ਕੋਈ ਵੀ ਪਰਿਵਾਰ ਅਜੇ ਮਿਲਣਾ ਚਾਹੁੰਦਾ ਮੈਨੂੰ ਫੋਨ ਕਰਕੇ, ਫਿਰ ਅਪੋਇੰਟਮੈਂਟ ਸੈੱਟ ਕਰ ਲੈਣ। ਤੇ ਵੀਕਐਂਡ ਸਾਰਾ ਐਤਕੀ ਆਲ ਓਵਰ ਕਲੋਨਾ ਤੇ ਐਤਕੀ ਕਹਿੰਦੇ ਵੀ ਬਾਗਾਂ ਚ ਹੀ ਹੋਣਾ ਜੀ, ਉੱਧਰ ਜਾਣਾ। ਹਾਂਜੀ ਬਿਲਕੁਲ ਜੀ, ਧੰਨਵਾਦ ਜੀ। ਇਹ ਸਨ ਪਰਮਿੰਦਰ ਸਿੰਘ ਥਿੰਨ, 604-828-7213। ਵਿਲਸਨ ਰੇਬੋਲ ਤੇ ਫਿਲਪੋਟ ਦੇ ਜਾਣ ਤੋਂ ਬਾਅਦ ਤੇ ਉਧਰੋਂ ਜੈਰੀ ਬਰਸ ਤੇ ਪ੍ਰੀਵੀ ਕੌਂਸਲ ਦੇ ਕਲਰਕ ਦੇ ਜਾਣ ਤੋਂ ਬਾਅਦ ਗੱਲ ਹਲੇ ਟਿਕਦੀ ਰਹੀ। ਗੱਲ ਇੱਥੇ ਆ ਕੇ ਖੜੀ ਹੈ ਕਿ ਯੂਡੀ ਵਿਲਸਨ ਰੇਬੋਲ ਦਾ ਫੇਟ ਕੀ ਹੈ, ਕੀ ਉਹ NDP ਜੁਆਇਨ ਕਰ ਜਾਏਗੀ
ਜੇ ਉਹ ਐਨਡੀਪੀ ਜੁਆਇਨ ਕਰ ਜੂਗੀ, ਅਲਬਰਟਾ ਦੇ ਵਿੱਚ ਲਿਬਰਲਸ ਨੂੰ ਕੋਈ ਪਤਾ ਹੀ ਆ ਕਿ ਕਿੱਥੇ ਗੱਲ ਖੜੀ ਆ, ਬੀਸੀ ਦੇ ਵਿੱਚ ਯੂਡੀ ਵਿਲਸਨ ਦੀ ਝੰਡੀ ਹੋ ਸਕਦੀ ਹੈ ਜੋ ਐਨਡੀਪੀ ਦੇ ਵੱਲ ਜਾਵੇ। ਅਗਲਾ ਇਸ਼ੂ ਇਹ ਹੈ ਕਿ ਜਿਹੜਾ ਦੋਨੇ ਇਹਨਾਂ ਮਿਨਿਸਟਰ ਐਕਸ ਮਿਨਿਸਟਰ ਨੇ ਕਿਹਾ ਕਿ ਜੇ ਟਰੂਡੋ ਅਪੋਲੋਜੀ ਕਰਦਾ ਤਾਂ ਗੱਲ ਨਿਬੜ ਜਾਣੀ ਸੀ। ਨੋ, ਇਸ ਤਰ੍ਹਾਂ ਨਹੀਂ ਹੈ, ਮੈਕਨਿਜ਼ਮ ਹੈ, ਲੀਡਰਸ਼ਿਪ ਹੈ। ਡਫੀ ਵਾਲੇ ਕੇਸ ਤੇ ਰਾਈਟ ਵਾਲੇ ਕੇਸ ਦੇ ਵਿੱਚ ਸਟੀਵਨ ਹਾਰਪਰ ਨੇ ਦੂਸਰੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਨੋ ਇਟਸ ਰੋਂਗ, ਮੇਰੇ ਚੀਫ ਆਫ ਸਟਾਫ ਨੇ ਗੱਲ ਕਿਉਂ ਕੀਤੀ ਤੇ ਤੁਹਾਡੇ ਸਾਹਮਣੇ। ਇੱਥੇ ਤਾਂ ਅਪੋਲੋਜੀ ਤਾਂ ਹੋਏਗੀ ਨਾ, ਮਾਫ਼ੀ ਤਾਂ ਮੰਗਾਂਗੇ ਜੇ ਐਕਸੈਪਟ ਕਰਾਂਗੇ। ਐਕਸੈਪਟ ਤਾਂ ਕੀਤਾ ਹੀ ਨਹੀਂ ਨਾ, ਪ੍ਰਾਈਮ ਮਿਨਿਸਟਰ ਦਫ਼ਤਰ ਨੇ ਕਿਹਾ ਕਿ ਅਸੀਂ ਇੰਟਰਫੀਅਰੈਂਸ ਕੀਤੀ, ਨਾ ਪ੍ਰਾਈਮ ਮਿਨਿਸਟਰ ਨੇ ਕਿਹਾ। ਤੇ ਫਿਰ ਗੱਲਾਂ ਕਾਹਦੇ ਲਈ ਚੱਲ ਪਈਆਂ ਜੇ ਗਲਤ ਨਹੀਂ? ਜੇ ਫਰਵਰੀ ਦੀ ਸਟੇਟਮੈਂਟ ਪਹਿਲੀ ਦੇਖਦੇ ਹੋ ਗਲੋਬਲ ਮੇਲ ਦੀ, ਲਿਟਰਲੀ ਆ ਕੇ ਜਸਟਿਨ ਟਰੂਡੋ ਨੇ ਕਿਹਾ ਇਹ ਫਾਲਸ ਆ, ਟੋਟਲੀ ਫਾਲਸ ਸਟੇਟਮੈਂਟ ਆ, ਤੇ ਫਿਰ ਬੰਦੇ ਕਿਉਂ ਕੱਢਣੇ ਪਏ? ਜਰਾਲ ਬਟਸੋਨੀ ਤੇ ਪ੍ਰੈਵੀ ਕੌਂਸਲ ਦਾ ਜਿਹੜਾ ਜਿਹਦੀ ਰਿਕਾਰਡਿੰਗ ਕੀਤੀ ਉਹਦੇ ਵਿੱਚ ਉਹ ਸ਼ਰੇਆਮ ਕਹਿ ਰਿਹਾ, ਠੀਕ ਹੈ ਰਿਕਾਰਡਿੰਗ ਦੀ ਐਥਿਕਸ ਦੀ ਗੱਲ ਯੂਨੀਵਰਸਿਟੀ ਚੱਲਦੀ ਆ, ਉਹ ਕਹਿੰਦੀ ਮੈਂ ਆਪਣੇ ਆਪ ਨੂੰ ਸੁਰੱਖਿਅਤ ਲੈਣ ਲਈ ਕੀਤੀ, ਤੇ ਉਹ ਇੱਕ ਸਵਾਲ ਸਿੱਧੇ ਕਰਕੇ ਸਵਾਲ ਪੁੱਛ ਰਹੀ ਹੈ ਤੇ ਉਹਨੂੰ ਪਤਾ ਰਿਕਾਰਡਿੰਗ ਕਰ ਰਹੀ। ਪਰ ਉਹ ਕਹਿੰਦਾ ਵੀ ਪ੍ਰਾਈਮ ਮਿਨਿਸਟਰ ਇਸ 'ਚ ਡਿਟਰਮਿਨ ਆ, ਪ੍ਰਾਈਮ ਮਿਨਿਸਟਰ ਨੇ ਇਹ ਕਰ ਦੇਣਾ ਦਿਸ ਵੇ ਔਰ ਦੈਟ ਵੇ, ਇਸ ਤਰ੍ਹਾਂ ਕਰ ਕੁਰਕੇ। ਜਰਾਲ ਵਟਸ ਉਹਨਾਂ ਦੇ ਜਿਹਨਾਂ ਦੇ ਕਰੂਰੇ ਬੜੇ ਤਿੱਖੇ ਨੇ, ਜਿਹੜੇ ਟੁੱਕ ਤੇ ਡੇਲਾ ਨਹੀਂ ਕਿਸੇ ਨੂੰ ਸਮਝਦੇ ਉੱਥੇ ਆਟਵਾ ਦੇ ਵਿੱਚ, ਉਹਦਾ ਜ਼ੋਰ ਤੇ ਕੇ ਟੀ ਟੈਲਫਰਡ ਦਾ ਜ਼ੋਰ ਚੀਫ ਆਫ ਸਟਾਫ ਦਾ, ਤੇ ਸਪੈਸੀਫਿਕਲੀ ਇੱਕ ਜੌਬ ਕ੍ਰੀਏਟ ਜਰਾਲ ਬਟਸ ਲਈ ਕੀਤੀ ਕਿਉਂਕਿ ਕਰਤੇ ਧਰਤੇ ਸੀ ਉਹ ਦੋਨੇ, ਕਰਤੇ ਧਰਤੇ ਨੇ ਜਸਟਿਨ ਟਰੂਡੋ ਦੇ। ਰਹਿੰਦਾ ਖੂੰਹਦਾ ਐਟ ਇਸ਼ੂ ਇੱਕ ਸੀਬੀਸੀ ਤੇ ਰੋਜ਼ਮਰੀ ਬਾਲਟਨ ਜਿਹੜੀ ਨੈਸ਼ਨਲ ਦੀ ਐਂਕਰ ਆ, ਜਿਹੜੀ ਪਾਵਰ ਐਂਡ ਪੋਲੀਟਿਕਸ ਦੀ ਐਂਕਰ ਰਹੀ ਆ, ਬਹੁਤ ਵਧੀਆ ਜਰਨਲਿਸਟ ਹੈ, ਪੀਟਰ ਮੈਨਸਬ੍ਰਿਜ ਤੋਂ ਬਾਅਦ ਇਹ ਕੁਛ ਕੁ ਉੱਪਰਲੇ ਆ ਪੌਦਿਆਂ ਤੇ ਖੜੇ ਜਰਨਲਿਸਟਾਂ ਦੇ ਵਿੱਚੋਂ ਆ ਸੀਬੀਸੀ ਚੋਂ। ਉਹਨੇ ਐਟ ਇਸ਼ੂ ਜਿਹਦੇ ਵਿੱਚ ਸ਼ੈਂਟੈਲ ਇੱਕ ਤੇ ਐਂਡਰੀ ਕੋਇਨ ਤੇ ਕ੍ਰਿਸ ਹਾਲ ਦੇ ਨਾਲ ਕੱਲ ਗੱਲ ਕਰ ਰਹੀ ਸੀ, ਜਿਹਨੇ ਤਿੰਨੇ ਜਰਨਲਿਸਟ ਨੈਸ਼ਨਲ ਲੈਵਲ ਦੇ ਜਰਨਲਿਸਟ ਨੇ। ਉਹ ਕਹਿੰਦੇ ਇਹ ਗੱਲ ਕਿਵੇਂ ਹੋ ਗਈ ਬਿਨਾਂ ਐਕਨੋਲਜ ਕੀਤੇ ਅਪੋਲੋਜੀ ਕਿਵੇਂ ਮੰਨ ਲਵੇ? ਅਕਾਊਂਟਿੰਗ ਕਿਹਨੂੰ ਮੰਨਿਆ ਜਾਵੇ? ਐਡਮਿਸ਼ਨ ਹੋਣੀ ਸੀ, ਪਹਿਲਾਂ ਮੰਨਣਾ ਸੀ, ਫਿਰ ਐਡਮਿਸ਼ਨ ਹੋਣੀ ਸੀ ਵੀ ਅਸੀਂ ਕੀਤਾ, ਤੇ ਫਿਰ ਅਪੋਲੋਜੀ ਹੋਣੀ ਸੀ। ਔਰ ਇਹ ਸਿੰਪਲੀ ਜਦ ਅਨਫੋਲਡ ਹੋਣ ਲੱਗੀ ਸੀ ਇਸ ਨੂੰ ਰੈਪ ਅਪ ਕੀਤਾ ਜਾ ਸਕਦਾ ਸੀ, ਐਂਡਰੀ ਕੋਇਨ ਨੇ ਰਾਤ ਕਿਹਾ। ਸ਼ੈਂਟਲ ਨੇ ਵੀ ਇਹ ਗੱਲ ਕੀਤੀ, ਉਹ ਕਹਿੰਦੀ ਕਿੱਥੇ ਗੱਲ ਖੜੀ ਆ ਕੇ, ਇਹ ਰੋਡ ਤਾਂ ਪੇਵ ਕਿਹਨੇ ਕਰਨੀ ਸੀ? ਉਹ ਕਹਿੰਦੀ ਅਪੋਲੋਜੀ ਕਰਨ ਲਈ। ਦੇਖੋ ਕਈ ਵਾਰ ਤੁਹਾਡੇ ਜਿਹੜੇ ਨੇੜੇ ਦੇ ਸਲਾਹਕਾਰ ਨੇ ਉਹ ਤੁਹਾਨੂੰ ਡਬੋ ਲੈਂਦੇ ਨੇ। ਉਹ ਕਹਿੰਦੀ ਜਦ ਜਸਟਿਸ ਕਮੇਟੀ ਦੇ ਮੂਹਰੇ ਬੰਦੇ ਜਾਣ ਲੱਗੇ, ਜਦ ਵਰਨਿਕ ਨੇ ਤੇ ਜਰਾਲਡ ਬਟਸ ਨੇ ਉਹਨਾਂ ਨੇ ਰੋਡ ਪੇਵ ਕਰਨੀ ਸੀ ਆਪਣੇ ਲੀਡਰ ਨੂੰ ਬਚਾਉਣ ਦੇ ਲਈ, ਵੀ ਯੈਸ ਅਸੀਂ ਕਿਸੇ ਦੇ ਬਿਹਾਫ ਤੇ, ਜਾਂ ਤੁਸੀਂ ਉਹ ਕਹਿ ਸਕਦੇ ਵੀ ਇਹ ਸਾਨੂੰ ਪਤਾ ਸੀ ਇਹ ਕਨਫਲਿਕਟ ਹੋ ਸਕਦੀ ਹੈ, 9000 ਨੌਕਰੀਆਂ ਨੇ, ਇਹ ਰਾਜਨੀਤੀ ਲਈ ਮਾੜੀ ਹੋ ਸਕਦੀ ਹੈ, ਇਹਦੇ ਲਈ ਅਸੀਂ ਪ੍ਰਾਈਮ ਮਿਨਿਸਟਰ ਨੂੰ ਦੱਸੇ ਬਿਨਾਂ ਅਸੀਂ ਇਸ ਇਸ਼ੂ ਤੇ ਕੰਮ ਕਰਨ ਲੱਗ ਗਏ। ਪ੍ਰਾਈਮ ਮਿਨਿਸਟਰ ਦੇ ਨਾਲ ਸਿੱਧੀ ਇੰਟਰਵਿਊ, ਜੂਡੀ ਵਿਲਸਨ ਨੇ ਸੁਨੇਹਾ ਸੀਬੀਸੀ ਨਾਲ ਗੱਲ ਕਰਦੇ ਕਿਹਾ, ਉਹ ਕਹਿੰਦੀ ਮੇਰੇ ਨਾਲ ਸਤੰਬਰ 'ਚ ਹੋਈਆਂ ਮੀਟਿੰਗਾਂ ਦੇ ਵਿੱਚ ਵੈਨਕੂਵਰ 'ਚ ਮੈਨੂੰ ਹਿੰਟ ਦੇ ਦਿੱਤਾ ਸੀ ਜਸਟਿਨ ਟਰੂਡੋ ਨੇ ਕਿ ਉਹ ਕੀ ਕਰਨ ਜਾ ਰਿਹਾ। ਜੂਡੀ ਵਿਲਸਨ ਹਲੇ ਵੀ ਇੱਕੋ ਹੀ ਗੱਲ ਕਹਿ ਰਹੀ ਹੈ, ਕਹਿੰਦੀ ਮੈਂ ਆਪਣੇ ਪ੍ਰਧਾਨ ਮੰਤਰੀ ਨੂੰ ਬਚਾਉਣ ਦੇ ਲਈ ਇਹ ਕੋਸ਼ਿਸ਼ ਕੀਤੀ ਕਿ ਉਹ ਇਹ ਮੈਸ ਬਹੁਤ ਵੱਡੀ ਹੈ ਜਿਹਦੇ ਤੋਂ ਬਚ ਕੇ ਜਾ ਸਕਦਾ, ਬਚ ਕੇ ਰਹਿ ਸਕਦਾ ਜੇ ਇਸ ਨੂੰ ਉਹ ਸਾਂਭ ਲਵੇ। ਪ੍ਰਧਾਨ ਮੰਤਰੀ ਲਈ ਇੱਕ ਕੰਪਨੀ ਸੀ SNC ਇੱਕ ਲੈਵਲ ਆਨ, ਜਿਹੜੀਆਂ ਬਾਕੀ ਹਜ਼ਾਰਾਂ ਹੀ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਸੀ, ਕਿਸੇ ਕੋਲ 9000 ਆ, ਕਿਸੇ ਕੋਲ 5000 ਆ, ਕਿਸੇ ਕੋਲ 10000 ਆ, ਇਹ ਕੀ ਇਹਦਾ ਕੀ ਮਤਲਬ ਹੈ? ਪ੍ਰਧਾਨ ਮੰਤਰੀ ਆਪਣਾ ਅਕਸ ਸਾਫ਼ ਰੱਖਦਾ ਵੀ ਹਾਂ ਹਾਂ ਤੁਸੀਂ ਜਾ ਕੇ ਰਿਸ਼ਵਤਾਂ ਲੈ ਕੇ ਕੰਮ ਦਿੰਦੇ ਹੋ ਤੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਦੋਸ਼ੀ ਹੋ ਤੇ ਤੁਹਾਨੂੰ ਇਸ 'ਚ ਸਜ਼ਾ ਮਿਲਣੀ ਹੈ, ਖਤਮ ਕਹਾਣੀ। ਪਰ ਇਹ ਤਾਂ ਜਦ ਬਜਟ ਦੇ ਵਿੱਚ ਹੀ ਅਜਿਹੀ ਇੱਕ ਤਰਮੀਮ ਕੀਤੀ ਗਈ ਕਿ ਇਹਨਾਂ ਤੇ ਕਦੇ ਵੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ, ਉਹ ਤਾਂ ਗੱਲ ਰਸਤਾ ਤਾਂ ਪੇਵ ਦੂਜੇ ਬੰਨੇ ਕੀਤਾ ਹੋਇਆ। ਪਰ ਜਰਨਲਿਸਟ ਜਿਹੜੇ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਗੱਲ ਜਿਹੜੀ ਕਹੀ ਜਿਹੜੀ ਤੁਹਾਡੇ ਮੈਂ ਸਨਮੁਖ ਕਰ ਰਿਹਾ, ਉਹ ਕਹਿੰਦੇ ਪੇਵ ਹੋ ਸਕਦੀ ਸੀ ਰੋਡ। ਸ਼ੈਂਟੈਲ ਕਹਿੰਦੀ, ਉਹ ਕਹਿੰਦੀ ਇਹ ਹੋ ਸਕਦੀ ਸੀ, ਇਹ ਗੱਲ ਹੋ ਸਕਦੀ ਸੀ ਕਿ ਇਹ ਦੋਨੇ ਪੇਵ ਕਰਦੇ ਰੋਡ ਤੇ ਅਪੋਲੋਜੀ ਵੱਲ ਨੂੰ ਗੱਲ ਚਲੇ ਜਾਣੀ ਸੀ, ਪਰ ਹੋਈ ਨਾ। ਅਕਾਊਂਟੇਬਿਲਟੀ ਦੀ ਗੱਲ ਤੇ
ਰਿਫਿਊਜ਼ਡ ਕਰਨ ਦੀ ਬਿਲਕੁਲ ਗੱਲ ਕਿ ਨਾ 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 ਇਹ ਤਾਂ ਗੱਲ ਹੋਈ ਨਹੀਂ। ਹੁਣ ਇਹ ਮੁਸ਼ਕਲ ਦਾ ਸਮਾਂ ਹੈ, ਉਧਰੋਂ ਤੁਹਾਡੇ ਸਾਹਮਣੇ ਹੋਰ ਕਈ ਇਸ਼ੂ ਨੇ, ਘੱਟ ਗਿਣਤੀਆਂ ਦੇ ਇਸ਼ੂ ਬਹੁਤ ਵੱਡੇ ਇਸ਼ੂ ਨੇ, ਖਾਸ ਤੌਰ ਤੇ ਸਿੱਖਾਂ ਦੇ। ਜਦ ਉਹਨਾਂ ਨੂੰ ਸਿਕਿਉਰਿਟੀ ਦੀ ਲਿਸਟ ਦੇ ਵਿੱਚ ਸਿੱਖ ਐਕਸਟ੍ਰੀਮਿਜ਼ਮ ਲਿਖ ਕੇ ਪਾਇਆ, ਖਲਾਰਾ ਪਾਤਾ, ਤੇ ਉਹਦਾ ਤੁਹਾਡੇ ਸਾਹਮਣੇ ਆ ਗਿਆ। ਇੱਕ ਤਾਂ ਉਹਦਾ ਪ੍ਰੈਸੀਡੈਂਟ ਸੈੱਟ ਹੋ ਗਿਆ, ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਜਿਹੜੀ ਦੋ ਮਿਨਿਸਟਰਾਂ ਦੇ ਬਾਪੂਆਂ ਦੇ ਆਲੇ ਦੁਆਲੇ ਘੁੰਮਦੀ ਆ, ਤੇ ਜਿਹਦੇ ਵਿੱਚ ਉਹਨਾਂ ਨੇ ਹੁਣ ਐਸਕੀ ਕੈਂਪੇਨ ਵੀ ਲੜੀ ਨਦੀਪ ਬੈਂਸ ਦੇ ਤੇ ਰੂਬੀ ਸਹੋਤਾ ਦੇ, ਜੰਡਾਲੀ ਸਾਹਿਬ ਜਿਹੜੇ ਨੇ ਬੜੇ ਪਾਵਰਫੁਲ ਨੇ, ਉਹਨਾਂ ਨੇ ਓਨਟਾਰੀਓ ਖਾਲਸਾ ਦਰਬਾਰ ਪੀਅਰਸਨ ਏਅਰਪੋਰਟ ਦੇ ਨੇੜੇ 70 acres ਜ਼ਮੀਨ ਆ, 17 ਉਹਦੇ ਵਿੱਚ ਬੈਡਿੰਗ ਹਾਲਸ ਨੇ, ਜਿਹਦੇ ਵਿੱਚ ਬਹੁਤ ਵੱਡੀ ਇੱਕ ਸਾਡੀ ਸੰਸਥਾ, ਉਹਦੇ ਵਿੱਚੋਂ ਹਾਰ ਗਏ ਪ੍ਰੋ ਲਿਬਰਲ ਜਿਹੜੇ ਬੰਦੇ ਸੀ, ਤੇ ਦੂਸਰੇ ਬੰਦੇ 11-11 ਜਿੱਤ ਗਏ ਓਨਟਾਰੀਓ ਖਾਲਸਾ ਦਰਬਾਰ ਚ। $5 million ਜਿਹੜਾ ਇਹਨਾਂ ਨੇ ਲਾਇਆ ਕੋਰਟਾਂ ਦੇ ਵਿੱਚ, 13 ਸਾਲ ਇਲੈਕਸ਼ਨ ਨਹੀਂ ਹੋਣ, ਬਹੁਤ ਜ਼ਿਆਦਾ ਪੈਸਾ ਉਸ ਗੁਰੂ ਘਰ ਚ। ਤੇ ਅੰਦਰੋਂ ਨਿਕਲ ਕੇ ਜਿਹੜਾ ਵਿਰੋਧੀ ਧਿਰ ਸੀ ਉਹਨਾਂ ਨੇ ਸਿੱਧੇ ਨਾਰੇ ਜਿਹੜੇ ਨੇ ਉਹ ਖਾਲਿਸਤਾਨ ਦੇ ਲਾਏ ਨੇ, ਜਿਹੜੇ ਉਹ ਹਿਸਾਬ ਦੇ ਨਾਲ ਜਿੱਤੇ, ਜਿਹੜਾ ਉਹ ਕਹਿ ਕੇ ਜਿੱਤੇ, ਉਹਨਾਂ ਨੂੰ ਮੈਂ ਨਹੀਂ ਜਾਣਦਾ ਕੌਣ ਨੇ, ਪਰ ਮੈਨੀਫੈਸਟੋ ਜਿਵੇਂ ਉਹਨਾਂ ਦਾ ਹੋਇਆ ਉਹ ਜਿੱਤ ਗਏ। ਤੁਹਾਡੇ ਸਾਹਮਣੇ ਇਹ ਗੱਲ, ਹਾਲਾਂਕਿ ਇਹ ਬਹੁਤ ਵਰਤਾਰਾ ਮੈਂ ਵੇਖਿਆ ਉੱਥੇ, ਮਿਨਿਸਟਰਾਂ ਦੇ ਜਿਹੜੇ ਜਾਂ ਐਮਪੀਆਂ ਦੇ ਜਿਹੜੇ ਬਾਪੂ ਚਾਚੇ ਤਾਏ ਨੇ ਉੱਥੇ, ਉਹ ਵੀ ਉੱਥੇ ਐਮਪੀ ਤੇ ਮਿਨਿਸਟਰਾਂ ਨੂੰ ਵਿਚਰਦੇ ਨੇ। ਬ੍ਰੈਂਪਟਨ 'ਚ ਮੈਂ ਦੇਖੀ ਆ ਗੱਲ, ਲੋਕ ਭੱਜ ਭੱਜ ਜਾਂਦੇ ਨੇ। ਇੱਥੇ ਵੀ ਕਹਾਣੀ ਇਹ ਆ, ਜੇ ਐਮਪੀ ਜਾਂ ਮਿਨਿਸਟਰ ਨਹੀਂ ਕਿਸੇ ਵਿਆਹ ਤੇ ਜਾਇਆ, ਟੱਬਰ ਜਾਊਗਾ ਮੇਰਾ, ਐਕਨੋਲੇਜ ਕਰਕੇ ਆਊ, ਸ਼ਗਨ ਦੇ ਕੇ ਆਊ। ਉੱਥੇ ਇਹ ਗੱਲ ਹੋਈ ਹੁੰਦੀ ਹੈ, ਲੋਕ ਉਹ ਫਲਾਣੇ ਦੇ ਬਾਪੂ ਜੀ ਆ ਗਏ, ਫਲਾਣੀ ਦੇ ਬੇਬੇ, ਲੋਕ ਗੋਡੀ ਹੱਥ ਲਾਈ ਜਾਂਦੇ ਨੇ ਜਾ ਕੇ ਰਿਸੈਪਸ਼ਨ ਤੋਂ ਉੱਠ ਕੇ। ਮੈਂ ਕਿਹਾ ਯਾਰ ਸੰਗ ਲਾਤੀ ਤੁਸੀਂ, ਇਹ ਕੀ ਕਹਾਣੀ ਹੈ, ਇਹ ਕਿਉਂ ਹੱਥ ਜੋੜੀ ਜਾਂਦੇ ਹੋ, ਕੀ ਕਰਾਉਣਾ ਤੁਸੀਂ ਇਹਨਾਂ ਤੋਂ? ਔਰ ਰਾਜਨੀਤੀ ਇੱਕ ਅਜਿਹੀ ਚੀਜ਼ ਹੈ ਜਿਹੜੀ ਬਲੱਡ ਗੇਮ ਹੈ, ਇਹ ਵੱਡ ਵੱਡ ਸਿੱਟ ਦਿੰਦੇ ਨੇ ਇੱਕ ਦੂਜੇ ਦੇ ਨਾਲ ਦੇ ਬੰਦੇ, ਡਿੱਗਿਆ ਹੋਇਆ ਪਤਾ ਲੱਗਦਾ, ਕੋਈ ਕਿਸੇ ਦਾ ਨਹੀਂ ਹੈ ਇੱਥੇ। ਜਦ ਤੁਹਾਡੇ ਪੱਤੇ ਸਿੱਧੇ ਪੈ ਗਏ, ਨਹੀਂ ਤਾਂ ਇੱਕ ਵਾਰ ਨਹੀਂ, ਨੋਮੀਨੇਸ਼ਨਾਂ ਦੇ ਵਿੱਚ ਕਿੰਨਾ ਕੁਛ ਹੋਇਆ। ਬਲਜਿੰਦਰ ਸੰਧੂ ਇੱਕ ਕਿੰਨਾ ਕਾਬਲ ਲਿਬਰਲ ਦਾ, ਪਹਿਲਾਂ ਸ਼ੁਰੂ ਚ ਕਰਨ ਵਾਲਾ, ਲਿਬਰਲ ਨੂੰ ਤੋੜਨ ਵਾਲਾ, ਆਪਣੇ ਤੁਹਾਨੂੰ ਯਾਦ ਹੈ ਉਹਨੇ ਨੋਮੀਨੇਸ਼ਨ ਲੜੀ ਸੀ ਨਾ, ਤੇ ਦੇਖ ਲਓ ਅੱਜ ਕਿੱਥੇ ਆ। ਬਲਜਿੰਦਰ ਸੰਧੂ ਨੂੰ ਅਜਿਹਾ ਹਰਾਇਆ, ਮੁੜ ਕੇ ਉਹ ਰਾਜਨੀਤੀ ਚੋਂ ਹੀ ਪਰਾਂ ਹੋ ਗਿਆ, ਇੰਜੀਨੀਅਰ ਸੀ ਬੰਦਾ, ਤੇ ਚੱਕ ਦਿੰਦੇ ਨੇ ਕੰਮ, ਫਾਰਮ ਜਦ ਭਰੇ ਜਾਣੇ ਨੇ ਫਾਰਮ, ਹੁਣ ਤਾਂ ਹਲੇ ਫੇਰ ਕਾਗਜ਼ ਪੱਤਰ ਮੂਹਰੇ ਦਿਖਦੇ ਨੇ, ਪਹਿਲਾਂ ਤਾਂ ਸਟਾਈਲ ਹੋਰ ਸੀ, ਹਲੇ ਵੀ ਇਹਦੇ ਚ ਇਹੀ ਆ, ਕਿਉਂਕਿ ਹਰੇਕ ਜਿੱਤਣਾ ਚਾਹੁੰਦਾ ਤੇ ਸਦਾ ਲਈ ਉਹ ਜਿੱਤਣਾ ਚਾਹੁੰਦਾ ਵੀ ਜਦ ਤੱਕ ਦੁਨੀਆ ਰਹੂਗੀ ਮੈਂ ਜਿੱਤਦੇ ਹੀ ਰਹਿਣਾ। ਬਸ ਹੁਣ ਇੱਕ ਵਾਰ ਜਿੱਦੜ ਸਿੰਘੀ ਹੱਥ ਚ ਆ ਗਈ, ਇਹਦੇ ਨਾਲ ਹੀ ਕਰਨਾ। ਹੁਣ ਖੀਸੇ ਦੇ ਵਿੱਚ ਹਲਦੀ ਦੀ ਗੱਠੀ ਆ ਗਈ, ਹੁਣ ਕਰਿਆਨਾ ਮਰਚੈਂਟ ਬਣ ਕੇ ਰਹਿਣਾ। ਜਿਹੜਾ ਲੋਕਾਂ ਚ ਆ ਕੇ ਅਸੀਂ ਬਣਨ ਲੱਗੇ MLA MP ਤੇ ਕੌਂਸਲਰ, ਇਹ ਲੋਕ ਇਸ ਤਰ੍ਹਾਂ ਨਹੀਂ ਕਰਦੇ। ਇੱਕ ਵਾਰ ਜਾਂ ਦੋ ਵਾਰ ਉਹਦੇ ਬਾਅਦ ਕਹਿੰਦੇ ਨੇ ਅਨਫ, ਹੁਣ ਮੈਂ ਪਰਿਵਾਰ ਨੂੰ ਸਮਾਂ ਦੇਣਾ, ਮੈਂ ਇਸ ਤਰ੍ਹਾਂ ਕਰਨਾ, ਮੈਂ ਕਮਿਊਨਿਟੀ ਲਈ ਕੰਮ ਕਰਨਾ। ਬਸ ਟੋਨੀ ਕਲੈਮੈਂਟ ਵਰਗੇ ਕਰ ਦਿੰਦੇ ਆ ਜਿਹੜੇ ਬਹੁਤ ਘਾਗ ਨੇ, ਤੇ ਤੁਸੀਂ ਦੇਖ ਲਓ ਫੈਡਰਲ ਲੈਵਲ ਦੇ ਕਿੰਨੇ ਲੋਕ ਨੇ। ਸਟੀਫਨ ਹਾਰਪਰ ਇੱਕ ਵਾਰ ਹਾਰਿਆ, ਉਹ ਕਹਿੰਦਾ ਖਤਮ। ਪਰ ਸਾਡੇ ਤਾਂ ਇਹ ਆ ਵੀ ਹੱਥ ਛੱਡਵੀ ਕੈਂਚੀ ਫੇਰ, ਕਿਉਂਕਿ ਮਾਇਆ ਲੋਕਾਂ ਨੇ ਦੇ ਦੇਣੀ ਹੈ, ਇਲੈਕਸ਼ਨ ਆਪਾਂ ਲੜ ਲੈਣੀ। ਸੋ ਇਹ ਬ੍ਰੈਂਪਟਨ ਦੇ ਵਿੱਚ ਓਨਟਾਰੀਓ ਖਾਲਸਾ ਦਰਬਾਰ ਦੀ ਇਲੈਕਸ਼ਨ ਦੇ ਵਿੱਚ ਪ੍ਰੋ ਲਿਬਰਲਸ ਦਾ ਜਾਂ ਮਿਨਿਸਟਰਾਂ ਦੇ ਬਾਪੂਆਂ ਦੀ ਬਣਾਈ ਹੋਈ ਜਿਹੜੀ ਸਲੇਟ ਆ, ਉਹਦਾ ਹਾਰ ਜਾਣਾ ਕੰਧ ਤੇ ਲਿਖਿਆ ਬਿਲਕੁਲ ਸਾਫ਼ ਹੈ ਕਿ ਲੋਕ ਲਿਬਰਲਸ ਤੋਂ ਪਾਸਾ ਵੱਟ ਰਹੇ ਨੇ। ਹਲੇ ਤਾਂ ਲੋਕਾਂ ਦੇ ਸਨਮੁਖ ਹੋਣਾ, ਜਦ ਸਿੱਖਾਂ ਦੇ ਘਰ ਜਾ ਕੇ ਨੌਕਰੋਂ ਅਗਲੇ ਪੁੱਛਣਗੇ ਦੱਸਿਓ ਤਾਂ ਸਿਕਿਉਰਿਟੀ ਕੌਂਸਲ ਚ ਸਿੱਖ ਐਕਸਟ੍ਰੀਮਿਜ਼ਮ ਸ਼ਬਦ ਕਿੱਥੋਂ ਆਇਆ, ਮੈਂ ਵੀ ਸਿੱਖ ਹਾਂ, ਮੇਰਾ ਨਾਂ ਹੈ ਫਲਾਣਾ ਸਿੰਘ, ਮੈਨੂੰ ਦੱਸ ਕਿਹੜੇ ਖਾਤੇ 'ਚ ਤੂੰ ਲਾਉਣਾ ਐਕਸਟ੍ਰੀਮਿਜ਼ਮ 'ਚ। ਮੈਂ ਦਿਹਾੜੀ ਜੋਤਾ ਕਰਕੇ ਟੱਬਰ ਪਾਲਣ ਵਾਲਾ ਬੰਦਾ, ਮੈਂ ਇਸ ਦੇਸ਼ ਨੂੰ ਟੈਕਸ ਦਿੰਦਾ, ਮੈਂ ਇਸ ਸੂਬੇ ਨੂੰ ਟੈਕਸ ਦਿੰਦਾ, ਮੈਂ $100 ਦੇ ਵਿੱਚੋਂ $70, $60 ਟੈਕਸਾਂ ਦਿੰਦਾ, ਤੇ ਮੈਨੂੰ ਕਿਹੜੀ ਤੂੰ ਅੱਤਵਾਦ ਦੇ ਵਿੱਚ ਦਿਖਾਉਣਾ।
ਦੱਸ ਕਿਹੜਾ ਸਿੱਖ ਐਕਸਟ੍ਰੀਮਿਜ਼ਮ ਆ ਜਿਹਦੇ ਕਰਕੇ ਕੈਨੇਡਾ ਨੂੰ ਖਤਰਾ? ਹੁਣ ਮੈਨੂੰ ਜਵਾਬ ਦੇ, ਨਾਲੇ ਦੱਸ ਮੈਨੂੰ ਭੰਗ 18 ਸਾਲ ਦੇ ਜਵਾਕਾਂ ਨੂੰ, 19 ਸਾਲ ਦੇ ਜਵਾਕਾਂ ਨੂੰ ਜਿਹੜੀ ਤੁਹਾਡੀ ਭੰਗ ਤੁਸੀਂ ਲੀਗਲ ਕਰਤੀ, ਇਹਦਾ ਮਤਲਬ ਤਾਂ ਤੁਰੇ ਜਾਂਦੇ ਲੋਕ ਬਸ ਜਦ ਮਰਜ਼ੀ ਭੰਗ ਖਰੀਦ ਲੈ। ਮੈਂ ਡਾਕਟਰੀ ਸਹਾਇਤਾ ਲਈ ਕਹਿ ਸਕਦਾ ਕਿ ਡਾਕਟਰੀ ਸਹਾਇਤਾ ਲਈ ਇਹ ਦਰਦ ਨਿਵਾਰਕ ਆ, ਲੋਕ ਪੀ ਲੈਣ, ਖਾ ਲੈਣ, ਮਲ ਲੈਣ, CBD THC ਦੋਨੇ ਅਪ ਤੇ ਡਾਊਨ ਵਾਲੀਆਂ ਉਹ ਦੋਨੇ ਇਹ ਮੈਰਾਵਾਨਾ ਹੈ। ਪਰ ਹੁਣ ਇਹ ਰਿਕਰੇਸ਼ਨਲ ਲੋਕ ਬੀਚ ਤੇ ਖੜੇ ਹੋ ਕੇ ਭੱਠੇ ਵਾਂਗੂ ਧੂੰਆਂ ਕੱਢਦੇ ਆ। ਆ ਪਹਿਲਾਂ ਹੀ ਵੇਪ ਵਾਲੇ ਨੀ ਜਵਾਕ ਸਾਡੇ 13-13 ਸਾਲਾਂ ਵਾਲੇ ਵੇਪ, ਲੈ ਦੱਸ ਹੁਣ ਕਿੱਥੋਂ ਵੇਪ ਨੂੰ ਕੰਟਰੋਲ ਕਰੇਗਾ? ਅਗਲਿਆਂ ਨੇ ਹਰੇ ਲਾਲ ਸ਼ੀਸ਼ੇ ਲਾ ਕੇ ਦੁਕਾਨਾਂ ਬਣਾ ਲਈਆਂ ਤੇ ਵਿੱਚ ਹੀ ਚਲੋ ਵੇਪ, ਜਵਾਕ ਬਰੋਲੇ ਛੱਡਦੇ ਆ ਖੜ ਕੇ ਐਲੀਆਂ ਚ ਵੇਪ। ਦੱਸ ਕਿੱਧਰੋਂ ਵੇਪਰ ਹੁਣ 13-14 ਸਾਲ ਦੀ ਉਮਰ ਦੇ ਵਿੱਚ ਕਿਹੜੇ ਵੇਪਰਾਂ ਦੀ ਲੋੜ ਪੈ ਗਈ? ਇਹ ਲੋਕ ਸਵਾਲ ਪੁੱਛਣਗੇ। ਓਨਟਾਰੀਓ ਖਾਲਸਾ ਦੀਵਾਨ ਦੀ ਇਲੈਕਸ਼ਨ ਤੁਹਾਡੇ ਸਾਹਮਣੇ ਆ। ਲੋਕ ਜਦ ਆਈ ਤੇ ਆਉਂਦੇ ਨੇ ਕੂਕਿਆਂ ਦੇ ਡੋ ਲੰਗੂ ਮਾਂਜ ਦਿੰਦੇ ਨੇ, ਕੂਕਿਆਂ ਦੇ ਡੋ ਲੰਗੂ। ਅਗਲੀਆਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇਹ ਕਾਲਰ ਨੇ ਜੀ, ਸਰ ਦਵਿੰਦਰ ਸਿੰਘ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਸੀਂ ਪਿਛਲੀ ਹਿਸਟਰੀ ਤੋਂ, ਤੁਸੀਂ ਆ ਜਿਹੜਾ ਹੁਣ ਦੱਸ ਕੇ ਹਟੇ, ਤੁਸੀਂ ਪਿਛਲੀ ਹਿਸਟਰੀ ਤੋਂ ਦੇਖ ਲਓ, ਦੇਅਰ ਇਜ਼ ਅ ਵਨ ਹੋਸਟ, ਆਮ ਨਾਟ ਗੋਇੰਗ ਟੂ ਸੇ ਦਾ ਨੇਮ, ਉਹ ਸ਼ਾਮ ਨੂੰ ਆਪਣੇ ਤੇ ਹੀ ਤਬਾ ਲਾ ਕੇ ਬੈਠਾ ਹੁੰਦਾ। ਆਪਣਿਆਂ ਨੇ ਜੜ੍ਹਾਂ ਆਪਣੀਆਂ ਵੱਡੀਆਂ ਆ ਸ਼ੁਰੂ ਤੋਂ। You was not here. I was couple of time I listened to his station, his on air. Oh, he was didn't take your name, but he directly attacking on you. What's this bullshit about? He talk about ਉਹਨੂੰ ਜੀਓਗ੍ਰਾਫੀ ਦਾ ਇੰਨਾ ਨੀ ਪਤਾ, ਮੈਨੂੰ ਇੱਥੇ ਰਹਿੰਦੇ ਹੋਏ ਪਤਾ ਆ ਵੀ ਇੰਡੀਆ ਦੇ ਵਿੱਚ ਪੰਜਾਬ ਕਿੱਥੇ ਤੱਕ ਸੀਗਾ ਜਦੋਂ ਸਾਡੇ ਪੁਰਾਣੇ ਸੀਗੇ। ਉਹ ਕਹਿੰਦਾ ਜੇ ਤੁਸੀਂ ਪੰਜਾਬ ਬਣਾਉਣਾ ਤੇ ਜਾ ਕੇ, ਆਮ ਨਾ ਪ੍ਰਮੋਟਿੰਗ ਹੈ, ਮੈਂ ਪ੍ਰਮੋਟ ਨਹੀਂ ਕਰਦਾ ਇਹਨੂੰ, ਪਰ ਕਹਿੰਦਾ ਉਹ ਬਾਰਡਰ ਲਾਈਨ ਤੋਂ ਪਰਲੇ ਪਾਸੇ ਲਾਹੌਰ ਦੇ ਵਿੱਚ ਲੈ ਜਾਓ। ਉਹਨੂੰ ਇਹ ਨਹੀਂ ਪਤਾ ਵੀ ਪੰਜਾਬ ਕਿੱਥੇ ਤੱਕ ਸੀਗਾ। ਉਹਨੂੰ ਆਪਣੀ ਪਹਿਲੋਂ ਤਾਂ ਨੌਲੇਜ ਵਧਾਉਣੀ ਚਾਹੀਦੀ ਆ। ਆਮ ਨਾ ਸੋਰੀ ਟੂ ਸੇ ਦੈਟ ਔਨ ਯੂਰ ਏਅਰ ਐਂਡ ਅਬਾਊਟ ਹਿਮ। ਸਾਰੇ ਠੀਕ ਨੇ, ਆਪਣਾ ਆਪਣਾ ਕੰਮ ਕਰਦੇ ਨੇ ਜੀ, ਮੈਂ ਆਪਣਾ ਕੰਮ ਕਰਦਾ, ਪਰ ਤੁਹਾਡਾ ਕੰਸਰਨ ਸੀ। ਤੁਸੀਂ ਮੇਰੇ ਖਿਆਲ ਸੰਬੰਧਿਤ ਜਦ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਉਹਨੂੰ ਜ਼ਰੂਰ ਕਿਹਾ ਕਰੋ ਕਿ ਦਿਸ ਇਜ਼ ਰੋਂਗ। ਬਾਕੀ ਅਸੀਂ ਬਹੁਤ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ ਅਸੀਂ, ਕਿਉਂਕਿ ਜੇ ਅਸੀਂ ਸਤਿਕਾਰ ਖੋਵਾਂਗੇ ਤਾਂ ਅਸੀਂ ਕਿਹੋ ਜਿਹਾ ਰੋਲ ਬਾਹਰ ਲੈ ਕੇ ਜਾਵਾਂ? ਡਿਫਰੈਂਸ ਆਫ ਓਪੀਨੀਅਨ ਸਦਾ ਰਹਿਣਾ ਜਿਹੜਾ ਅਸੀਂ ਲੈ ਕੇ ਤੁਰਦੇ ਹਾਂ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਇਹ ਸਤਿਕਾਰ ਜਿਹੜਾ ਕਾਇਮ ਰਹੇ, ਸਤਿਕਾਰ ਕਦੇ ਨਾ ਗੁਆਈਏ। ਵੱਡੀ ਖਬਰ ਅੱਜ ਇਹ ਹੈ ਕਿ ਅੱਜ ਸਾਲ ਹੋ ਗਿਆ ਹੰਬੋਲਟ ਬ੍ਰੋਂਕੋਜ਼ ਬੱਸ ਕ੍ਰੈਸ਼ ਨੂੰ। ਮੁੰਡੇ ਜਿਹੜੇ ਉਹਦੇ ਵਿੱਚ ਸੱਟਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਲੱਗੀਆਂ, ਉਹ ਅੱਜ ਦਿਨ ਇਹ ਯਾਦ ਕਰ ਰਹੇ ਨੇ। ਤੇ 13 ਨੌਜਵਾਨ ਮੁੰਡੇ, ਜੇ ਉਹਨਾਂ ਦਾ ਮੈਂ ਇਕੱਲੇ ਇਕੱਲੇ ਦਾ ਪੜ੍ਹਾਂ ਤਾਂ ਜਿਹੜੀਆਂ ਉਹਨਾਂ ਦੇ ਸੱਟਾਂ ਲੱਗੀਆਂ, ਬ੍ਰੇਨ ਇੰਜਰੀ, ਬ੍ਰੇਨ ਸਕਲ ਕਰੈਕ, ਤੇ ਉਸ ਤੋਂ ਬਾਅਦ ਇੰਨਾ ਕਿਸੇ ਦਾ ਪੱਟ, ਕਿਸੇ ਦਾ ਮੋਢਾ, ਰੀੜ ਦੀ ਹੱਡੀ, ਤੇ ਪਤਾ ਹੀ ਨਹੀਂ ਕੀ ਕੀ ਕੁਛ ਹੋਇਆ। ਤੇ ਬੋਲ ਨਹੀਂ ਸਕੇ, ਤੁਰ ਨਹੀਂ ਸਕੇ, ਫਿਜ਼ੀਓਥਰੇਪੀਆਂ ਹੋ ਰਹੀਆਂ ਨੇ, ਬੱਸਾਂ ਹੁਣ ਤੁਰ ਰਹੇ ਨੇ ਥੋੜ੍ਹਾ ਬਹੁਤਾ, ਤੇ ਕੋਈ ਕਿਤੇ ਮੂਵ ਕਰ ਰਿਹਾ, ਕੋਈ ਕਿਤੇ ਮੂਵ ਕਰ ਰਿਹਾ, ਉਹਨਾਂ ਦਾ ਸੁਪਨਾ ਸੀ, ਪਰ ਗੜਬੜ ਹੋ ਗਈ। ਮੋਰਗਨ ਗੋਬੈਲ ਆਇਆ ਜਿਹੜਾ ਹਸਪਤਾਲ ਚੋਂ ਨਿਕਲਿਆ ਵੀਲ ਚੇਅਰ ਤੇ, ਬਲੀਵ ਦੀ ਇੱਕ ਫੱਟੀ ਹੱਥ 'ਚ ਫੜੀ ਹੈ, ਤੇ ਉਸ ਤੋਂ ਬਾਅਦ ਡੈਰਕ ਪੈਟਰ ਹੈ ਐਡਮਿੰਟਨ ਦਾ ਰਹਿਣ ਵਾਲਾ, ਤੇ ਬ੍ਰੇਨ ਹੈਮਰੇਜ ਉਹਨੂੰ ਹੋ ਗਈ, ਤੇ ਉਸ ਤੋਂ ਬਾਅਦ ਬ੍ਰੇਡਨ ਕੈਮਰੋਇਡ ਹੈ, ਤੇ ਉਹਦੇ 'ਚ ਨੈਕ, ਉਹਦੀ ਗਰਦਨ ਜਿਹੜੀ, ਇੱਕ ਬਾਂਹ ਜਿਹੜੀ
ਕਨਕਸ਼ਨ ਆ, ਸਵੀਅਰ ਦਿਮਾਗ ਦਾ ਜਿਹੜੀ ਸੱਟ ਹੈ, ਅਲੱਗ ਅਲੱਗ ਨੇ, ਜ਼ੇਵੀਅਰ ਲੇਬੈਲ ਆ ਤੇ ਜਿਹਦੇ ਪੜ੍ਹਨੀ ਹੁੰਦੀਆਂ ਇੰਨੀਆਂ ਸੱਟਾਂ ਨੇ, ਮਤਲਬ ਇਹ ਬ੍ਰੇਨ ਇੰਜਰੀ, ਡੀਪ ਫੇਸ਼ੀਅਲ ਜਿਹੜੇ ਸੱਟਾਂ ਨੇ ਮੂੰਹ ਦੀਆਂ, ਤੇ ਮੂੰਹ ਬੈਡਲੀ ਇੰਜਰਡ ਹੈ ਕਿਉਂਕਿ ਖੁੱਲੇ ਬੈਠੇ ਸੀ ਬੱਸਾਂ, ਬੱਸ ਦੇ ਵਿੱਚ ਪਤਾ ਨਹੀਂ ਕਿਹਦੇ 'ਚ ਕਿੱਥੇ ਕਿੱਥੇ ਲੱਗੇ। ਟਾਇਲਰ ਸਮਿਥ ਹੈ, ਕੋਲਰ ਬੋਨ, ਸ਼ੋਲਡਰ ਬਲੇਡ, ਰਿਬਸ, ਸਟਰੋਕ ਨਾਲ ਹੀ, ਤੇ ਪਰ ਖੈਲ ਡੈਲਗਰਨ ਹੈ, ਉਹ ਡਾਇਬਟੀਜ਼ ਵਨ ਪਹਿਲਾਂ ਹੀ ਸੀ, ਡਾਇਬਟੀਜ਼ ਟਾਈਪ ਵਨ ਉਹਨੂੰ ਸੀ, ਤੇ ਉਸ ਤੋਂ ਬਾਅਦ ਫਿਰ ਉਹਦੇ ਸੱਟਾਂ, ਫ੍ਰੈਕਚਰਡ ਸਕਲ, ਪੰਕਚਰ ਵੂਡ ਇਨ ਇਜ ਹੈਡ, ਬ੍ਰੇਨ ਇੰਜਰੀ, ਬਰੋਕਨ ਨੈਕ, ਬੈਕ, ਬਹੁਤ ਜ਼ਿਆਦਾ ਭੈੜਾ ਜਿਹੜਾ ਐਕਸੀਡੈਂਟ ਹੋਇਆ। ਪ੍ਰਾਈਸ ਮੁੰਡਾ ਜਿਹਨੇ ਜਿਹਦੀ ਨੈਕ, ਸਕਲ, ਪੈਲਬਸ ਅਤੇ ਲੈਫਟ ਸ਼ੋਲਡਰ, ਮੈਥਿਊ ਗਮਰੈਕ ਅਤੇ ਜਿਹਦਾ ਸ਼ੋਲਡਰ ਬਿਲਕੁਲ ਹੀ ਸੈਪਰੇਟ ਹੋ ਗਿਆ ਨਿਊਬਰਸ, ਅਤੇ ਪਤਾ ਹੀ ਨਹੀਂ ਕਿਹੜੀਆਂ ਕਿੰਨੀਆਂ ਕਿੰਨੀਆਂ ਸੱਟਾਂ। ਪਰ ਚੜ੍ਹਦੀ ਕਲਾ 'ਚ ਰਹੇ ਮੁੰਡੇ। ਨਿਕ ਸ਼ੁਮਲੈਂਸਕੀ ਹੈ, ਉਹ ਉਹਦੇ ਬਰੋਕਨ ਬੋਨ, ਬੈਕ ਦੀ ਫ੍ਰੈਕਚਰ ਬਿਹਾਇੰਡ ਇਜ ਈਅਰ, ਅਤੇ ਕਿੰਨਾ ਇਹਨਾਂ ਨੇ ਬਹੁਤਿਆਂ ਨੇ ਮਾਫ਼ ਕੀਤਾ, ਉਹ ਕਹਿੰਦੇ ਕੋਈ ਨਾ, ਇਹਨੇ ਕਿਹੜਾ ਜਾਣ ਕੇ ਟਰੱਕ ਲੰਘਾਇਆ, ਦਰਖਤ ਆ ਗਏ ਮੂਹਰੇ, ਆਪਣੇ ਮੁੰਡੇ ਨੂੰ ਸਜ਼ਾ ਹੋਈ ਆ ਉਹਦੇ 8 ਸਾਲ ਦੀ। ਜੇਸਨ ਕੈਮਰਨ, ਫ੍ਰੈਕਚਰਡ ਬੈਕ, ਕਰੈਕਟਰ ਓਰਬਿਟਲ ਬੋਨ, ਕੰਕਸ਼ਨ, ਅਤੇ ਤਕੜੇ ਮੁੰਡੇ ਸੀ ਸਾਰੇ, 6-6 ਫੁੱਟ ਦੇ ਗਾਡਰਾਂ ਵਰਗੇ ਮੁੰਡੇ। ਪਰ ਹੁਣ ਕੀ ਕਹਿ ਸਕਦੇ, ਪਲੇਨ ਮੈਟਰਕ ਹੈ, ਉਹ 'ਚ ਬ੍ਰੇਨ ਇੰਜਰੀ ਹੈ, ਸਕਲ ਫ੍ਰੈਕਚਰ ਆ, ਅਤੇ ਦੋਨੇ ਲੰਗਸ ਕਲੈਪਸ ਹੋ ਗਏ, 2 ਮਹੀਨੇ ਕੋਮਾ। ਛੋਟਿਆਂ ਤੋਂ ਵੱਡਿਆਂ ਦੀਆਂ ਫੋਟੋਆਂ ਨੇ, ਅਤੇ ਰਾਇਨ ਪੈਰਾਲਾਈਜ਼ ਹੋ ਗਿਆ ਚੈਸਟ ਤੋਂ ਥੱਲੇ, ਅਤੇ ਉਹਨੂੰ 1 ਮਹੀਨੇ ਹੋ ਗਏ, ਅਤੇ ਹੋਟਲ 'ਚ ਰਹਿੰਦੇ ਹਾਂ, ਅਤੇ ਏਅਰ ਡਰਾਈ ਅਲਬਰਟਾ ਦੇ ਵਿੱਚ, ਅਤੇ ਹੁਣ ਉਹਨਾਂ ਨੇ ਆਪਣੀ ਬੇਸਮੈਂਟ ਅਕੋਮੋਡੇਟ ਕੀਤੀ ਆ, ਅਤੇ ਜਿਹਦੇ ਵਿੱਚ ਇਹਨੂੰ ਮੁੰਡੇ ਨੂੰ ਲੈ ਕੇ ਆਉਣਾ, ਫਿਜ਼ੀਓਥਰੈਪੀ ਚੱਲ ਰਹੀ ਹੈ। ਜੈਕਬ ਬੈਜ਼ਰਮੈਨ ਹੈ, ਅਤੇ ਦੋਨੇ ਲੰਗ ਕਲੈਪਸ ਹੋ ਗਏ, ਬ੍ਰੇਨ ਇੰਜਰੀ ਹੋ ਗਈ ਅਤੇ ਸਪਾਈਨਲ ਕੋਰਡ ਦੀ ਇੰਜਰੀ ਹੋ ਗਈ, ਲੀਗਲੀ ਜਿਹੜਾ ਪੈਰਾਲਾਈਜ਼ ਕਰਤਾ, ਲਾਰਜਲੀ ਪੈਰਾਲਾਈਜ਼ ਆ ਸੋਰੀ। ਸੋ ਇਹ ਸੱਟਾਂ ਬਹੁਤ ਲੱਗੀਆਂ, ਸਾਲ ਹੋ ਗਿਆ, ਸਾਰੀ ਨੇਸ਼ਨ ਨੂੰ, ਸਾਰਾ ਦੇਸ਼ ਇਹਨਾਂ ਜਵਾਕਾਂ ਦੇ ਨਾਲ ਖੜ ਗਿਆ, ਅਤੇ ਸਜ਼ਾ ਵੀ ਹੋਈ, ਸਜ਼ਾ ਦੀ ਵੀ ਗੱਲ ਚੱਲੀ ਕਿ ਬਾਹਲੀ ਸਜ਼ਾ ਬੋਲਤੀ, 8 ਸਾਲ ਦੀ ਸਜ਼ਾ ਬਹੁਤ ਸਜ਼ਾ ਹੁੰਦੀ ਹੈ, ਅਤੇ ਪਰ ਇਹਨਾਂ ਜਵਾਕਾਂ ਨੂੰ ਹੁਣ ਵੇਖ ਕੇ, ਅੱਜ ਫੋਟੋਆਂ ਵੇਖ ਕੇ ਬਹੁਤ ਮਨ ਦੁਖਦਾ ਯਾਰ, ਚੜ੍ਹਦੀ ਵਰੇਸ ਆ, ਲਗਰ ਵਰਗੇ ਮੁੰਡੇ ਨੇ 25 ਸਾਲਾਂ ਤੋਂ ਛੋਟੇ ਕਿੱਥੇ ਖੜ੍ਹੇ ਨੇ ਅੱਜ ਜਾ। ਅਖੀਰ ਇਹੀ ਗੱਲ ਕਹਿਣੀ ਪੈਣੀ ਆ ਕਿ ਜੋ ਤਾਂ ਹੋਣਾ, ਜਿਹੜਾ ਮਾਲਕ ਨੇ ਜਿਹੜਾ ਕੁਛ ਕਰਨਾ ਉਹੀ ਹੋਣਾ, ਕਿਵੇਂ ਗਏ, ਕਿਸ ਤਰ੍ਹਾਂ ਸੱਟ, ਕਿੱਧਰ ਨੂੰ ਜਾ ਰਹੇ, ਹੱਸਦੇ ਖੇਡਦੇ ਖੇਲਣ ਜਾ ਰਹੇ, ਅਤੇ ਕਿੱਥੋਂ ਆ ਕੇ ਟਰੱਕ, ਕਿੱਧਰੋਂ ਤੁਰਿਆ ਟਰੱਕ, ਆ ਕੇ ਵਿੱਚ ਲੱਗਣਾ ਸੀ ਅਤੇ ਉਹੀ ਇੰਟਰਸੈਕਸ਼ਨ 'ਤੇ ਲੱਗ। ਸਾਹ ਅਵਤਾਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਹਾਂਜੀ, ਸਤਿ ਸ਼੍ਰੀ ਅਕਾਲ ਮਿਸਟਰ ਗਿੱਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂ ਦੇਖੋ ਸਰ, ਮੈਂ ਤਾਂ ਥੋੜ੍ਹਾ ਨਾ ਕਰੰਸੀ ਲੈਵਲਾਂ ਬਾਰੇ ਗੱਲ ਕੀਤੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਕਰ ਸਕਦਾ ਜੀ? ਜੀ ਜੀ, ਜ਼ਰੂਰ ਜ਼ਰੂਰ। ਹਾਂ ਦੇਖੋ ਸਰ, ਨਾ ਇਹਦੇ ਵਿੱਚ ਨਾ ਜਿਹੜਾ ਜਿਸ ਤਰ੍ਹਾਂ ਇਹਨਾਂ ਨੇ ਪਿਕਚਰ ਕੀਤਾ ਇਸ ਕੇਸ ਨੂੰ, ਤੇ ਜਸਟਿਨ ਟੂਡੋ ਵਰਸਿਸ ਨਾ ਜੋੜੀ ਵਿਲਸਨ ਕੇਸ ਨੂੰ ਬਣਾਤਾ, ਔਰ ਇਸੇ ਤਰੀਕੇ ਨਾਲ ਅਸੀਂ ਡਿਸਕਸ ਕਰ ਰਹੇ ਹਾਂ। ਬਟ ਕੋਈ ਬੰਦਾ ਇਹ ਨਹੀਂ ਸੋਚ ਰਿਹਾ ਕਿ ਇੱਕ ਕਰਪਟ ਕੰਪਨੀ ਆ ਜਿਹਨੂੰ ਕਿ 2015 ਦੇ ਵਿੱਚ RCMP ਇਨਵੈਸਟੀਗੇਟ ਕਰਦੀ ਹੈ। ਸਰ ਦੇਖੋ, ਫੈਕਟ ਦੇਖੋ ਕਿੰਨੇ ਵਧੀਆ ਆ ਰਹੇ ਹੋ। ਉਹ ਇਨਵੈਸਟੀਗੇਟ ਕਰਦੀ ਆ, ਉਹਨੂੰ ਇੰਨੇ ਐਵੀਡੈਂਸ ਮਿਲਦੇ ਆ ਕਿ ਉਹ ਚਾਰਜਿਸ ਲੇਟ ਕਰਦੀ ਆ ਕੰਪਨੀ ਦੇ ਖਿਲਾਫ। ਦੇਖੋ ਹੋਰ ਇੰਟਰਸਟਿੰਗ ਫੈਕਟ ਆ ਵੀ ਕੰਪਨੀ ਦੇ ਖਿਲਾਫ, ਕਿਸੇ ਬੰਦੇ ਦੇ ਖਿਲਾਫ ਨਹੀਂ, ਕਿਸੇ ਡਾਇਰੈਕਟਰ ਦੇ ਜਾਂ ਕਿਸੇ ਪ੍ਰੈਜ਼ੀਡੈਂਟ ਦੇ ਵਾਈਸ ਪ੍ਰੈਜ਼ੀਡੈਂਟ, ਉਹ ਪੂਰੀ ਕੰਪਨੀ ਦੇ ਖਿਲਾਫ ਚਾਰਜ ਲੇਟ ਡਾਊਨ ਕੀਤੇ ਜਾਂਦੇ ਆ, ਤੇ ਉਹ ਆਪਣੇ ਸਾਰੇ ਐਵੀਡੈਂਸ ਜਿਹੜੇ ਆ ਪਬਲਿਕ ਪ੍ਰੋਸੀਕਿਊਟਰ ਆਫ ਕੈਨੇਡਾ ਨੂੰ ਸਬਮਿਟ ਕਰ ਦਿੰਦੀ ਆ। ਉਸ ਤੋਂ ਬਾਅਦ ਕੀ ਹੁੰਦਾ, ਪਬਲਿਕ ਇਨ ਦਾ ਮੀਨ ਟਾਈਮ, ਕਿਉਂਕਿ ਲੋਬੀਜ਼ ਹੋਣੀ ਸ਼ੁਰੂ ਹੋਣਗੇ, DPA ਜਿਹੜਾ ਪਾਸ ਕੀਤਾ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ, ਕਿਉਂਕਿ ਕੰਪਨੀ ਨੂੰ ਬੜਾ ਭਰੋਸਾ ਹੁੰਦਾ ਕਿ ਹੁਣ DPA ਪਾਸ ਹੋ ਗਿਆ, ਪਬਲਿਕ ਪ੍ਰੋਸੀਕਿਊਟਰ ਆਫ ਕੈਨੇਡਾ ਨੇ ਸਾਨੂੰ ਉਹ ਗ੍ਰਾਂਟ ਕਰ ਦੇਣਾ। ਬਟ ਪਬਲਿਕ ਪ੍ਰੋਸੀਕਿਊਟਰ ਕੈਨੇਡਾ ਜਦੋਂ ਐਵੀਡੈਂਸਿਸ ਨੂੰ ਦੇਖਦੀ ਆ, ਸਾਰਾ ਕੁਝ ਦੇਖਦੀ ਆ, ਉਹ ਇਸ ਨਤੀਜੇ ਤੇ ਪਹੁੰਚਦੀ ਆ ਵੀ ਅਸੀਂ ਇਸ ਕੰਪਨੀ ਨੂੰ DPA ਨਹੀਂ ਕਰਨਾ, ਅਸੀਂ ਪ੍ਰੋਸੀਕਿਊਸ਼ਨ ਲਈ ਫਾਈਲ ਜਿਹੜੀ ਆ ਅਟਾਰਨੀ ਜਨਰਲ ਦੇ ਆਫਿਸ ਭੇਜ ਦੇਣੀ ਆ।
ਇਸ ਜਿਹੜੀ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਟਰ ਆਫ ਸਰਵਿਸਿਸ ਆ ਉਹ ਇਹ ਫਾਈਲ ਜਿਹੜੀ ਆ ਅਟਾਰਨੀ ਜਨਰਲ ਜੋੜੀ ਵਿਲਸਨ ਬੋਰਡ ਦੇ ਆਫਿਸ ਚ ਭੇਜ ਦਿੱਤੀ ਆ ਤੇ ਇਸ ਚੀਜ਼ ਦਾ ਨੋਟਿਸ ਜਿਹੜਾ ਉਹ ਕੰਪਨੀ ਨੂੰ ਭੇਜ ਦਿੱਤਾ 4 ਸਤੰਬਰ 2018 ਨੂੰ ਤੇ ਕੰਪਨੀ ਪਬਲਿਕਲੀ ਇਹ ਅਨਾਊਂਸ ਵੀ ਕਰਦੀ ਆ 10 ਅਕਤੂਬਰ 2018 ਨੂੰ ਕਿ ਯੈਸ ਸਾਡੀ ਜਿਹੜੀ ਪ੍ਰੋਸੀਕਿਊਟ ਡੀਪੀ ਉਹਨੇ ਐਪਲੀਕੇਸ਼ਨ ਆ ਮਾਫ਼ ਨਹੀਂ ਮਨਜ਼ੂਰ ਕੀਤੀ ਤੇ ਫਾਈਲ ਜਿਹੜੀ ਇੱਥੋਂ ਸਰ ਡਟੀ ਗੇਮ ਸ਼ੁਰੂ ਹੁੰਦੀ ਆ ਇੱਥੋਂ ਉਹ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਵੜਦੇ ਆ ਕਿਉਂਕਿ ਦੇਖੋ ਜਦੋਂ ਤੁਹਾਡੇ ਪਬਲਿਕ ਪ੍ਰੋਸੀਕਿਊਟਰ ਜਿਹੜੀ ਇੰਡੀਪੈਂਡੈਂਟ ਬਾਡੀ ਆ ਇੱਕ ਜੁਡੀਸ਼ਰੀ ਬਾਡੀ ਆ ਉਹਨੇ ਮਨਾ ਕਰਤਾ ਤੇ ਉਹਨੇ ਫਾਈਲ ਰਿਵਿਊ ਲਈ ਭੇਜ ਕੇ ਜੋੜੀ ਵਿਲਸਨ ਰਿਵਿਊ ਨੇ ਹੁਣ ਉਹ ਰਿਵਿਊ ਕੀਤੀ ਆ ਸ਼ੀ ਡਿਡਨ ਸਟੱਡੀ ਨਹੀਂ ਕੀਤਾ ਉਹਨੇ ਰਿਵਿਊ ਕੀਤਾ ਰਿਵਿਊ ਕਰਕੇ ਉਹਨੇ ਦੇਖਿਆ ਵੀ ਕੋਈ ਲੀਗਲ ਰੀਜ਼ਨ ਜਾਂ ਲੀਗਲ ਕੋਈ ਗਰਾਊਂਡ ਹੈ ਹੀ ਨਹੀਂ ਜਿੱਥੇ ਮੈਨੂੰ ਡੀਪੀ ਅਨਾਊਂਸ ਕਰ ਸਕਦੀ ਆ ਸੋ ਉਹਨੇ ਕੀ ਕੀਤਾ ਕਿ ਮੈਂ ਜਿਹੜਾ ਪਬਲਿਕ ਪ੍ਰੋਸੀਕਿਊਟਰ ਨੇ ਜਿਹੜਾ ਮੈਨੂੰ ਇਹ ਫਾਈਲ ਭੇਜੀ ਆ ਮੈਂ ਉਹਨਾਂ ਦੇ ਡਿਸੀਜਨ ਨੂੰ ਅਪਰੂਵ ਕਰਦੀ ਹਾਂ ਇਹਨੂੰ ਪ੍ਰੋਸੀਕਿਊਸ਼ਨ ਲਈ ਇੱਥੇ ਸਰ ਵਰਨਿਕ ਹੁਣੀ ਆ ਕੇ ਪੰਗਾ ਪਾਉਣਾ ਸ਼ੁਰੂ ਕੀਤਾ ਬਿਕੋਜ਼ ਵਰਨਿਕ ਤਾਂ ਇੱਕ ਸੈਕਰੀਫਾਈਸ ਹੋਇਆ 37 ਸਾਲ ਦੀ ਪਬਲਿਕ ਸਰਵਿਸ ਆ ਸਰ ਉਹਦੀ ਕਿੰਨੇ ਕੰਜ਼ਰਵੇਟਿਵ ਪਾਰਟੀ ਦੇ ਨਾਲ ਕੰਮ ਕੀਤਾ ਹੋਣਾ ਕਿੰਨੀਆਂ ਗਵਰਨਮੈਂਟ ਪ੍ਰਾਈਮ ਮਿਨਿਸਟਰ ਦੇ ਨਾਲ ਉਹਨੇ ਕੰਮ ਕੀਤਾ ਹੋਊਗਾ ਉਹਨੇ ਪ੍ਰਾਈਮ ਮਿਨਿਸਟਰ ਦੀ ਖਾਤਰ ਜਿੱਥੇ ਜੋ ਇਹ ਸਾਹਮਣੇ ਤਦੇ ਰਿਜ਼ਾਈਨ ਕਰਕੇ ਗਏ ਆ ਸਾਡਾ ਪ੍ਰਾਈਮ ਮਿਨਿਸਟਰ ਮੈਨੂੰ ਸਮਝ ਨਹੀਂ ਆਉਂਦੀ ਸਰ ਕਿ ਕਰਪਟ ਕੰਪਨੀ ਨੂੰ ਬਚਾਉਣ ਦੀ ਇੰਨੀ ਵੱਡੀ ਲੈਵਲ ਤੇ ਕੋਸ਼ਿਸ਼ ਕਿਉਂ ਕਰ ਰਹੇ ਆ ਐਡੀ ਕਰਪਟ ਕੰਪਨੀ ਜਿਹਨੂੰ ਕਿ ਵਰਲਡ ਬੈਂਕ ਨੇ ਬੈਨ ਕੀਤਾ ਆ ਔਰ ਇਹ ਸਾਡੇ ਲਈ ਕੋਈ ਮਾਣ ਵਾਲੀ ਗੱਲ ਆ ਕਿ ਹੁਣ ਕੈਨੇਡਾ ਨੰਬਰ 1 ਰੈਂਕ ਕਰਦਾ ਇਨ ਟਰਮਸ ਆਫ ਕਰਪਟ ਬਲੈਕ ਲਿਸਟਡ ਕੰਪਨੀ ਵਰਲਡ ਬੈਂਕ ਦੀ ਲਿਸਟ ਦੇ ਵਿੱਚ 250 ਤੋਂ ਵਿੱਚੋਂ 119 ਕੰਪਨੀ ਯਾਰ ਮੈਂ ਕਹਿੰਦਾ ਪਾਰਟੀ ਵਾਲੀ ਤੋਂ ਉੱਪਰ ਉੱਠੋ ਯਾਰ ਲਿਬਰਲ ਵਾ ਠੀਕ ਆ ਤੁਸੀਂ ਟੈਕਸ ਲਾਉਣਾ ਕੁਛ ਕੰਜ਼ਰਵੇਟਿਵ ਗੱਲ ਕਹਿੰਦੇ ਕਹਿੰਦੇ ਨਹੀਂ ਲਾਉਣਾ ਤੁਸੀਂ ਆਹ ਪਾਲਿਸੀ ਲਿਆਉਣੀ ਉਹ ਗੱਲ ਵੱਖਰੀ ਆ ਪਰ ਯਾਰ ਜੁਡੀਸ਼ਰੀ ਤੇ ਅਟੈਕ ਆਪਣਾ ਪਿੱਛਾ ਭੁੱਲ ਗਏ ਬਫਰ ਸੋਪ ਤੋਂ ਸ਼ੁਰੂ ਹੋਣੇ ਦੇ 2G 3G ਕਿੰਨੇ ਕਿੰਨੇ ਕਪਲੇ ਹੋ ਗਏ ਆ ਡੀਮੋਨੀਟਾਈਜੇਸ਼ਨ ਦਾ ਕਪਲਾ ਹੋ ਗਿਆ ਇਹ ਕਿੱਥੋਂ ਸ਼ੁਰੂ ਹੁੰਦੇ ਇਹ ਕਾਰਪੋਰੇਸ਼ਨ ਨੂੰ ਰੋਕਣਾ ਪੈਣਾ ਸਰ ਆਪਣੇ ਪਰਸਨਲ ਓਪੀਨੀਅਨ ਜਿਹੜੇ ਹੁੰਦੇ ਆ ਵੱਖਰੇ ਹੁੰਦੇ ਆ ਪਰ ਜੁਡੀਸ਼ਰੀ ਚ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਹੋਈ ਆ ਐਂਡ ਇਟ ਇਜ਼ ਦ ਡਾਇਰੈਕਟ ਕੇਸ ਤੁਸੀਂ ਕਿਸੇ ਲਾਇਰ ਨੂੰ ਸਰ ਲਿਆ ਕੇ ਆਨਲਾਈਨ ਗੱਲ ਕਰੋ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਪੋਲੀਟੀਕਲ ਇੰਟਰਫੇਰੈਂਸ ਹੈਗੀ ਜੁਡੀਸ਼ਰੀ ਦੇ ਵਿੱਚ ਉਹ ਕੋਈ ਵਕੀਲ ਨਹੀਂ ਕਹੂਗਾ ਸਰ ਵੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਲਾਇਰ ਜੋੜੀ ਵਿਲਸਨ ਹਰ ਸੈਲ ਸ਼ੀ ਇਜ਼ ਅ ਲਾਇਰ ਉਹਨੇ ਸਟੱਡੀ ਕੀਤਾ ਪਤਾ ਨਹੀਂ ਹੁਣ ਬਹੁਤ ਸਰ ਬਹੁਤ ਦੁੱਖ ਹੁੰਦਾ ਕਿ ਜਦੋਂ ਸਾਡੇ ਪੀਐਮਓ ਤੱਕ ਕੰਪਨੀ ਅਪਰੋਚ ਕਰ ਰਹੀ ਕਰਪਟ ਕੰਪਨੀ ਐਡੀ ਐਡੀ ਪਾਵਰਫੁਲ ਕੰਪਨੀ ਹੈ ਕਰਪਟ ਕੰਪਨੀ ਤੇ ਪੀਐਮਓ ਤੋਂ ਪ੍ਰੈਸ਼ਰ ਪਾ ਰਹੀ ਅਟਾਰਨੀ ਜਨਰਲ ਤੇ ਜਿਹੜਾ ਕਿ ਲੀਗਲ ਐਡਵਾਈਜ਼ਰ ਟੂ ਪ੍ਰਾਈਮ ਮਿਨਿਸਟਰ ਵਾ ਪ੍ਰਾਈਮ ਮਿਨਿਸਟਰ ਇਜ਼ ਨਾਟ ਲੀਗਲ ਐਡਵਾਈਜ਼ਰ ਟੂ ਅਟਾਰਨੀ ਜਨਰਲ ਉਹ ਪੁੱਠਾ ਇਹਦੇ ਸਾਰਾ ਕੰਮ ਚੋ ਮਤਲਬ ਪੀਐਮਓ ਤੋਂ ਲੀਗਲ ਐਡਵਾਈਜ਼ ਜਾ ਰਹੀ ਹੈ ਅਟਾਰਨੀ ਜਨਰਲ ਨੂੰ ਮੋਰ ਲੀਗਲ ਗਰਾਊਂਡ ਹੈਗੀਆਂ ਤੁਸੀਂ ਇਸ ਕੰਪਨੀ ਨੂੰ ਡੀਪੀ ਦੇ ਸਕਦੇ ਡੀ ਅਟਾਰਨੀ ਜਨਰਲ ਨੂੰ ਐਡਵਾਈਜ਼ ਕਰ ਰਿਹਾ ਵੀ ਹੈ ਹੀ ਨਹੀਂ ਕੋਈ ਰੀਜ਼ਨ ਹੀ ਹੈ ਨਹੀਂ ਕੋਈ ਲੀਗਲ ਗਰਾਊਂਡ ਜੇ ਤੁਸੀਂ ਦੇ ਸਕਦੇ ਨਾ ਥੈਂਕ ਯੂ ਸਰ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਜੀ ਥੈਂਕ ਯੂ ਰੁਪਿੰਦਰ ਜੀ ਲਾਈਨ ਨੰਬਰ 3 ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਐਕਸੀਡੈਂਟ ਬਾਰੇ ਗੱਲ ਕਰਨੀ ਸਰ ਜੀ ਥੋੜੀ ਜੀ ਹਾਂਜੀ ਕਰੋ ਜੀ ਸਰ ਜੀ ਜੀ ਮੈਂ ਨਾ ਲਾਸਟ ਈਅਰ ਮੇਰਾ ਐਕਸੀਡੈਂਟ ਹੋਇਆ ਹੋਪ ਜਿਹੜਾ ਜਦੋਂ ਆਪਾਂ ਕੋਕਾ ਹੱਲਾ ਉਤਰਦੇ ਹਨਾ ਲੰਬਰ ਦਾ ਲੋਡ ਸੀ ਜੀ ਮੇਰੇ ਕੋਲ ਦੇਖੋ ਉਹ ਆਪਣੇ ਜਦੋਂ ਜਿਹਦੇ ਵਿੱਚ 2 ਗ੍ਰੇਹਾਉਂਡ ਬੱਸਾਂ ਇਨਵੋਲਵ ਸੀ 7-8 ਟਰੱਕ ਸੀਗੇ ਹੁਣ ਮੈਂ ਡਾਊਨ ਹਿੱਲ ਉਤਰਨਾ ਕੋਈ ਉੱਥੇ ਰੋਡ ਨੀ ਜੀ ਕਲੀਨ ਕਰਿਆ ਉੱਥੇ ਘੱਟੋ ਘੱਟ 3-4 ਕਹਿ ਲੋ ਇੰਚ ਥਿੱਕ ਆਈ ਸੀਗੀ ਮੋਟੀ ਬਣੀ ਵੀ ਹਨਾ ਮੇਰੇ ਮੂਹਰੇ ਗ੍ਰੇਹਾਉਂਡ ਬੱਸ ਰੁਕੀ ਵੀ ਆ ਜੇ ਮੈਂ ਗ੍ਰੇਹਾਉਂਡ ਬੱਸ ਪਿੱਛੋਂ ਆ ਕੇ ਹਿੱਟ ਕਰਦਾ ਮੈਂ ਉਹ ਲਗਭਗ ਵੀ ਲੰਬਰ ਦਾ ਲੋਡ ਹੁਣ 70-80 ਤੇ ਟਰੱਕ ਆਉਂਦਾ ਤੁਹਾਨੂੰ ਪਤਾ ਵੀ ਉਹਨੇ ਕਿੰਨਾ ਡੈਮੇਜ ਕਰਨਾ ਸੀ ਜੀ 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 ਤੇ ਮੈਂ ਉਹਨਾਂ ਨੂੰ ਸੇਵ ਕਰਦੇ ਨੇ ਆਪਦਾ ਟਰੱਕ ਸਿੱਟ ਕੇ ਮੇਰੀਆਂ ਸਾਰੀਆਂ ਰਿਬਸ ਟੁੱਟ ਗਈਆਂ ਮੇਰਾ ਸਾਰਾ ਜਾਣੀ ਬਾਡੀ ਮੇਰੀ ਇੱਕ ਹਿਸਾਬ ਦੀ ਵੀ ਕੰਪਰੈਸ ਹੋ ਗਈ ਖਤਮ ਹੋ ਗਿਆ ਸੀਗਾ ਹਨਾ ਤੇ ਨਾਟ ਈਵਨ 1 ਪੈਨੀ ਮੈਨੂੰ ਕੋਈ ਕੰਪਨਸੇਟ ਨੀ ਨਥਿੰਗ ਵੀ ਕੋਈ ਇਹਨਾਂ ਦਾ ਢਾਂਚਾ ਨੀ ਹੈ ਕਹਿ ਸਕਦੇ ਆ ਦੇਖੋ ਵੀ ਹੁਣ ਮੇਰੀ ਪੋਜੀਸ਼ਨ ਮੈਂ ਤਾਂ 1.5 ਸਾਲ ਹੋ ਗਿਆ ਘਰੇ ਬੈਠੇ ਨੂੰ ਨਾ ਮੇਰੀ ਵੇਜ ਕਵਰ ਨਾ ਮੇਰਾ ਕੁਛ ਵੀ ਨੀ ਹੋਇਆ ਜੀ ਮੇਰੀ ਅਲਬਰਟਾ ਬੇਸਡ ਕੰਪਨੀ ਸੀ ਉਹ WCB ਨੇ ਵੀ ਕਵਰ ਨੀ ਕਰਿਆ ਗਾ ਨਾਲੇ ਹੁਣ ਭਲਾ ਕਰਦੇ ਕਰਦੇ ਬਚਾਉਂਦੇ ਬਚਾਉਂਦੇ ਦੇਖੋ ਖੈਰ ਐਕਸੀਡੈਂਟ ਤਾਂ ਤੁਹਾਡਾ ਸੇਮ ਹੀ ਹੋਣਾ ਜਿਹੜਾ ਕੁਛ ਹੁਣ ਹੋ ਰਿਹਾ ਲੋਕ ਤੁਸੀਂ ਬਚਾ ਲੇ ਕਵਰੇਜ ਤਾਂ ਜਿਹੜੀ ਉਹਦੇ ਚ ਮਾਰੇ ਚ ਕਿਹੜਾ ਆਪਾਂ ਨੀ ਕਵਰ ਹੋਇਓ ਕਵਰ ਹੋ ਜਾਣਾ ਸੀ ਪਰ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ ਕਿ ਉਹਦੇ ਵਿੱਚ ਪਤਾ ਹੀ ਨੀ ਕਿੰਨੇ ਮੁਸਾਫਰ ਬੈਠੇ ਹੋਣਗੇ ਜਿਹੜੇ ਬਚਾਏ ਬਰਾੜ ਸਾਹਿਬ ਤੁਸੀਂ ਕੋਈ ਗੱਲ ਨੀ ਇਹ ਬਹੁਤ ਵਧੀਆ ਥੈਂਕ ਯੂ ਬਰਾੜ ਸਾਹਿਬ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਵਪਾਰਕ ਸੰਦੇਸ਼ਾਂ ਤੋਂ ਬਾਅਦ ਮੈਂ ਸਰੀ ਸ਼ਹਿਰ ਦੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਫਰਕ ਕੀ ਪਿਆ ਇਸ ਨਵੀਂ ਕੌਂਸਲ ਦੇ ਸਮੇਂ ਤੁਸੀਂ ਕੀ ਹੁਣ ਮਹਿਸੂਸ ਕਰ ਰਹੇ ਹੋ ਕੰਮਾਂ ਕਾਰਾਂ ਦਾ ਬਾਹਰ ਕਿਹੋ ਜਿਹਾ ਫਰਕ ਪਿਆ ਕੀ ਤੁਹਾਡਾ ਸ਼ਹਿਰ ਠੀਕ ਚੱਲ ਰਿਹਾ ਕੀ ਮਹਿਸੂਸ ਕਰ ਰਹੇ ਹੋ
ਨਵੀਂ ਕੌਂਸਲ ਤੇ ਮੇਅਰ ਵਧੀਆ ਸਰਵ ਕਰ ਰਹੇ ਨੇ ਤੁਹਾਨੂੰ, ਇਸ਼ੂ ਕੀ ਨੇ ਤੁਹਾਡੇ ਦਿਮਾਗ ਚ, ਨਵੀਂ ਚੀਜ਼ ਕੋਈ ਦਿਮਾਗ ਚ ਆਈ, ਉਹਦੇ ਬਾਰੇ ਸਾਰਿਆਂ ਬਾਰੇ ਦੱਸੋ ਤੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਉਹ ਗੱਲਬਾਤ ਕਰ। ਸਰੀ ਸ਼ਹਿਰ ਦੀਆਂ ਮੁਸ਼ਕਲਾਂ ਤੇ ਸਰੀ ਸ਼ਹਿਰ ਤੋਂ ਦੇ ਵਿੱਚ ਕੀ ਤੰਗੀਆਂ, ਜਿਹੜੀ ਗੈਂਗ ਹਿੰਸਾ ਨਾ ਉਹਨੇ ਜਿੱਥੇ ਸਾਨੂੰ ਕੁਚਲਿਆ, ਉਹ ਕੈਲਗਰੀ ਦੇ ਵਿੱਚ ਵੀ ਜਿਹੜੀਆਂ ਦੋ ਜਣੇ ਮਾਰੇ ਗਏ ਸੀ ਰਾਤ ਨੂੰ 2 ਵਜੇ ਇੱਕ ਪਲਾਜੇ ਦੇ ਵਿੱਚ, ਉਹ ਦੋਨੇ ਆਪਣੇ ਮੁੰਡੇ। ਇਹ ਬਹੁਤ ਦੁੱਖ ਦੀ ਖਬਰ ਹੈ, ਅਸੀਂ ਕਿੱਧਰ ਨੂੰ ਚੱਲੇ ਹਾਂ, ਕਮਿਊਨਿਟੀ ਕਿੱਧਰ ਨੂੰ ਚੱਲੀ ਹੈ। ਤੇ ਸ਼ਹਿਰ ਦੇ ਵਿੱਚ CKNW ਨਾਲ ਮੇਅਰ ਡਗ ਮੁਕੱਲਮ ਨੇ ਗੱਲ ਕਰਦੇ ਕਿਹਾ, ਕਹਿੰਦੇ ਮੇਰੇ ਰਾਤ ਦੀ ਮੇਰੀ ਨੀਂਦ ਹਰਾਮ ਹੋਈ ਪਈ ਆ ਵੀ ਜਦ ਮੈਂ ਸ਼ਹਿਰ ਚ ਗੋਲੀ ਚੱਲਣ ਦੀ ਘਟਨਾ ਸੁਣਦਾ। ਤੇ ਉਧਰੋਂ RCMP ਵਰਸਸ ਸਿਟੀ ਪੁਲਿਸ, ਉਹ ਤੁਹਾਨੂੰ ਪਤਾ ਹੈ ਕਿ ਉਹ ਗੱਲ ਕਿੱਡੀ ਚੱਲ ਰਹੀ ਹੈ, ਰੇੜਕਾ ਚੱਲ ਰਿਹਾ ਕਿ ਉਹ ਲੱਗੇਗੀ ਜਾਂ ਨਹੀਂ ਲੱਗੇਗੀ। ਕੁਛ ਗਰੁੱਪ ਵਿਰੋਧ ਕਰ ਰਹੇ ਨੇ, ਕੁਛ ਕੌਂਸਲਰ ਕਹਿ ਰਹੇ ਨੇ ਲੋਕਾਂ ਦੇ ਨਾਲ ਦੁਆਰਾ ਗੱਲਬਾਤ ਕਰੋ। ਤੇ ਇਹ ਇਸ਼ੂ ਨੇ ਜਿਹੜੇ ਸ਼ਹਿਰ ਦੇ ਵਿੱਚ ਨੇ, ਸਾਹਮਣੇ ਦਿਖਦੇ ਨੇ। ਬਾਕੀ ਤੁਸੀਂ ਕੀ ਮਹਿਸੂਸ ਕਰਦੇ ਹੋ ਵੋਟਾਂ ਤੋਂ ਬਾਅਦ ਨਵੀਂ ਕੌਂਸਲ ਦੇ ਰਹਿੰਦੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਠੀਕ ਹੋ ਰਹੀਆਂ ਨੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਕੰਸਰਨ ਆ ਹਲੇ? ਡੈਨ ਸਿੱਧੂ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 4। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਐਕਚੁਅਲੀ ਤੁਸੀਂ ਬ੍ਰਾਂਕੋ ਦੀ ਗੱਲ ਕਰ ਰਹੇ ਸੀ ਜੀ, ਉਹਦੇ ਤੇ ਗੱਲ ਕਰਨੀ ਸੀ ਜੀ, ਇਜਾਜ਼ਤ ਹੋਵੇ ਤਾਂ। ਹਾਂ ਸ਼ੋਰ ਜੀ, ਸ਼ੋਰ ਸ਼ੋਰ। ਸਾਲ ਹੋ ਗਿਆ ਤੇ ਮੈਂ ਜਦੋਂ ਇਹਨਾਂ ਦੀ ਵਿਕਟਿਮ ਸਟੇਟਮੈਂਟਾਂ ਪੜ੍ਹੀਆਂ ਗਈਆਂ ਸੀ ਜੀ, ਉਸ ਵਕਤ ਪ੍ਰੋਗਰਾਮ ਕੀਤਾ ਸੀ ਕੈਲਗਰੀ ਲੋਕ ਸੱਥ ਵਿੱਚ ਜੀ। ਮੈਂ ਸੱਚੀ ਜਾਣਾ, ਤੁਸੀਂ ਵੀ ਇਹ ਜ਼ਾਹਰ ਕੀਤਾ, ਜਿਹੜਾ ਸਬਰ ਸੰਤੋਖ ਤੇ ਜਾਂ ਭਾਣਾ ਮੰਨਣਾ ਨਾ, ਮੇਰੇ ਖਿਆਲ ਸਾਨੂੰ ਇਸ ਕੌਮ ਤੋਂ ਸਿੱਖਣਾ ਚਾਹੀਦਾ ਜੀ। ਬਿਲਕੁਲ। ਜਿਨ੍ਹਾਂ ਦੇ 16 ਮੌਤਾਂ ਹੋਈਆਂ, ਜਿਹਦੇ ਵਿੱਚੋਂ 10 ਬੱਚੇ ਉਹ ਸੀ ਜਿਹੜੇ ਕਿਤੇ NHL ਦੇ ਪਲੇਅਰ ਬਣਨੇ ਸੀ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਮਾਂ ਪਿਓ ਦੀ ਪ੍ਰੋਫੈਸ਼ਨਲ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਇਸ ਤੱਕ ਲਿਆਉਣ ਲਈ। ਬਿਲਕੁਲ ਜੀ। ਤੇ 13 ਅਪਾਹਜ ਹੋ ਗਏ। ਉਦੋਂ ਮੈਂ ਵਿਕਟਿਮ ਸਟੇਟਮੈਂਟਾਂ ਪੜ੍ਹੀਆਂ ਸੀ ਸਾਡੇ ਮੇਰੇ ਆਪਣੇ ਲੋਕ ਸੱਥ 'ਚ, ਉਦੋਂ ਇੱਕ ਮਾਂ ਇਹ ਕਹਿ ਰਹੀ ਸੀ ਜਸਕੀਰਤ ਨੂੰ, ਜਦੋਂ ਕਟਹਿਰੇ 'ਚੋਂ ਖੜਾ ਸੀਗਾ, ਤਾਂ ਕਹਿੰਦੀ ਤੈਨੂੰ ਪਤਾ ਹਾਊ ਯੂ ਫੀਲ ਵੈਨ ਯੂ ਕਿਸ ਏ ਡੈਡ ਬੋਡੀ। ਇੱਕ ਫਾਦਰ ਨੇ ਇਹ ਕਿਹਾ, ਕਹਿੰਦਾ ਮੈਂ ਆਪਣੇ ਬੇਟੇ ਦੇ ਮਰੇ ਪਏ ਦੇ ਹੋਸਪਿਟਲ 'ਚੋਂ ਪੈਰਾਂ ਤੋਂ ਸੌਕਸ ਲਾਈਆਂ ਤੇ ਮੈਂ ਆਪਣੀ ਜੇਬ 'ਚ ਰੱਖਦਾ। ਉਹਨੇ ਉੱਥੇ ਵੀ ਦਿਖਾਈਆਂ ਕੋਰਟ ਦੇ ਵਿੱਚ ਵੀ। ਤੇ ਇੱਕ ਫਾਦਰ ਉਹ ਸੀ ਜਿਹਨੇ ਮਾਫ਼ ਨਹੀਂ ਸੀ ਕੀਤਾ, ਕਹਿੰਦਾ ਮੈਂ ਮਾਫ਼ ਨਹੀਂ ਕਰ ਸਕਦਾ। ਉਹ ਫਾਰਮਰ ਹੈ ਉਹ ਸਸਕੈਚਵਨ ਦੇ ਵਿੱਚ, ਕਹਿੰਦਾ ਮੇਰਾ ਇੱਕੋ ਹੀ ਇੱਕ ਬੇਟਾ ਸੀ, ਉਹਨੇ ਸਾਡਾ ਫਾਰਮ ਸਾਂਭਣਾ ਸੀ, ਤੂੰ ਸਾਡਾ ਨਾਂ ਹੀ ਖਤਮ ਕਰਤਾ। ਇਦੋਂ ਬਾਅਦ ਸਾਡੇ ਕੋਈ ਫਾਰਮ ਨੂੰ ਸਾਂਭਣ ਵਾਲਾ ਨਹੀਂ ਰਹਿ ਗਿਆ। ਜਾਣੀ ਮੈਂ 60-70 ਵਿਕਟਮ ਸਟੇਟਮੈਂਟਾਂ ਪੜ੍ਹੀਆਂ ਸੀ ਜੀ, ਉਹ ਮੈਂ ਪਰਪਜ਼ਲੀ ਫੇਸਬੁੱਕ 'ਤੇ ਲਾਈਵ ਵੀ ਕੀਤਾ ਸੀ, ਤਾਂ ਕਿ ਸਾਡੇ ਜਿਹੜੇ ਅਲਬਰਟਾ ਦੇ, ਖਾਸ ਕਰਕੇ ਮਾਫ਼ ਕਰਨਾ ਕਹਿਣਾ ਪਊਗਾ, ਹਲਕੇ ਹੋਏ ਡਰਾਈਵਿੰਗ ਕੁਛ ਲਾਇਸੈਂਸ ਦੇਣ ਵਾਲੇ ਆ ਨਾ, ਉਹ March 1 ਨੂੰ ਅਲਬਰਟਾ ਗੌਰਮੈਂਟ ਨੇ ਚੇਂਜ ਕਰਤਾ ਸੀਗਾ ਲਾਇਸੈਂਸਿੰਗ ਦਾ ਜਿਹੜਾ ਪ੍ਰੋਸੈਸ ਸੀ, ਕਿ ਐਗਜ਼ਾਮਿਨਰ ਜਿਹੜੇ ਹੋਣਗੇ ਉਹ ਗੌਰਮੈਂਟ ਦੇ ਹੋਣਗੇ ਜੀ। ਔਰ ਉਸ ਤੋਂ ਪਹਿਲਾਂ ਮਹੀਨਾ ਜਿਹੜਾ ਇੱਥੇ ਹਨੇਰੀ ਲਿਆਂਦੀ, ਇੱਥੇ ਸਾਡੇ ਐਗਜ਼ਾਮਿਨਰਾਂ ਨੇ, ਇੱਥੇ ਉਹਨਾਂ ਕੁਛ ਸਕੂਲਾਂ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਸੀ, ਕਿ ਕਿਵੇਂ ਇੱਕ ਲੋਕਾਂ ਦੇ ਜੇਬਾਂ 'ਚ ਲਾਇਸੈਂਸ ਪਾ ਦੇ ਕਿ ਇਸ ਤੋਂ ਪਹਿਲਾਂ ਕਿ ਲਾਅ ਚੇਂਜ ਹੋ ਜਾਣ। ਜਾਣੀ ਇੱਕ ਪਾਸੇ ਉਹ ਸੁਸਾਇਟੀ ਹੈ ਜਿਨ੍ਹਾਂ ਨੇ ਆਪਣੇ ਬੱਚੇ ਮਰਵਾ ਲਏ ਪਰ ਫਿਰ ਵੀ ਸਬਰ ਨਾਲ ਬੈਠੇ ਉੱਥੇ ਦੇਖਦੇ ਰਹੇ, ਉਹਨਾਂ ਨੇ ਕੋਈ ਰੌਲਾ ਨਹੀਂ ਪਾਇਆ, ਬਹੁਤਿਆਂ ਨੇ ਮਾਫ਼ ਵੀ ਕਰ ਦਿੱਤਾ, ਪਰ ਦੂਜੇ ਪਾਸੇ ਅਸੀਂ ਹੈ ਕਿ ਅਸੀਂ ਕਹਿੰਦੇ ਹਾਂ ਯਾਰ ਕੋਈ ਗੱਲ ਨਹੀਂ, ਮਾਰਚ ਤੋਂ ਪਹਿਲਾਂ ਲਾਇਸੈਂਸ ਦੇ ਦਿਓ ਤਾਂ ਕਿ ਹੋਰ ਮਰਨ ਲੋਕ। ਜਾਣੀ ਬਿਨਾਂ ਟ੍ਰੇਨਿੰਗ, ਬਿਨਾਂ ਕਿਸੇ ਉਹਨਾਂ ਨੂੰ ਪ੍ਰੋਪਰ ਦਿਖਾਏ, ਤੇ ਮੈਂ ਬਹੁਤ ਸਾਰੇ ਸਕੂਲਾਂ ਨਾਲ ਇੱਥੇ ਟਰੱਕਿੰਗ ਕੰਪਨੀ ਵਾਲਿਆਂ ਨੂੰ ਜਾਣਦਾ, ਉਹ ਕਹਿੰਦੇ ਬਾਈ ਜਦੋਂ ਡਰਾਈਵਰ ਆਉਂਦਾ ਨਾ, ਜੇ ਉਹਨੂੰ ਅਸੀਂ ਕਹੀਏ ਨਾ ਟਰੱਕ ਦਾ ਹੁੱਡ ਖੋਲ ਕੇ ਦੱਸ ਇੱਥੇ ਵਿੱਚ ਥੱਲੇ ਸਮਾਨ ਕੀ ਹੈ, ਕਹਿੰਦੇ ਕੱਖ ਵੀ ਨਹੀਂ ਪਤਾ ਹੁੰਦਾ ਵੀ ਵਿੱਚ ਕੀ ਆ ਉਹਦੇ ਹੁੱਡ ਥੱਲੇ। ਸੋ ਇੱਦਾਂ ਦਾ ਸਾਡੇ ਕੰਮ ਲੋਕ ਜਿਹੜੇ ਕੁਛ ਡਰਾਈਵਿੰਗ ਸਕੂਲ ਕਰਦੇ ਆ, ਕੁਛ ਇਹੋ ਜਿਹੇ ਵੀ ਹੈਗੇ, ਮੈਨੂੰ ਟਰੱਕਿੰਗ ਇੰਡਸਟਰੀ ਨੇ ਦੱਸਿਆ, ਕਹਿੰਦੇ ਕੁਛ ਸਕੂਲ ਸਾਡੇ ਪੰਜਾਬੀਆਂ ਦੇ ਇਹੋ ਜਿਹੇ ਵੀ ਹੈ, ਜਦੋਂ ਉੱਥੋਂ ਟ੍ਰੇਨਿੰਗ ਲੈ ਕੇ ਆਉਂਦਾ ਤਾਂ ਸਾਨੂੰ ਤਸੱਲੀ ਹੁੰਦੀ ਹੈ ਵੀ ਇਸ ਸਕੂਲ 'ਚੋਂ ਲੈ ਕੇ ਆਇਆ, ਸਾਨੂੰ ਕੋਈ ਚਿੰਤਾ ਦੀ ਲੋੜ ਨਹੀਂ। ਪਰ ਸਾਡੇ
ਸਾਡੇ ਡਰਾਈਵਿੰਗ ਸਕੂਲਾਂ ਵਾਲਿਆਂ ਨੂੰ ਜ਼ਰੂਰ ਇਹ ਸਮਝਣ ਦੀ ਲੋੜ ਹੈ ਵੀ ਦੇਖੋ ਇੱਕ ਪਾਸੇ 16 ਬੱਚੇ ਮਰ ਗਏ, 13 ਜ਼ਖਮੀ ਹੋ ਗਏ, ਵੀਲ ਚੇਅਰ 'ਤੇ ਪਏ ਆ, ਕਿਸੇ ਟਾਈਮ 'ਤੇ ਪਲੇਅਰ ਬਣਨਾ ਸੀ, ਭਾਵੇਂ ਚਲੋ ਨਾ ਵੀ ਬਣਦੇ ਬੱਚੇ ਤਾਂ ਬੱਚੇ ਹੀ ਨੇ ਜੀ, ਚਾਹੇ ਉਹ ਪਲੇਅਰ ਹੈ ਜਾਂ ਦੂਸਰੇ ਆ, ਪਰ ਪਲੀਜ਼ ਕਮ ਸੇ ਕਮ ਇੱਥੋਂ ਦੇ ਸਿਸਟਮ 'ਚ ਰਹਿੰਦਿਆਂ ਲਾਅ ਐਂਡ ਆਰਡਰ ਨੂੰ ਫੋਲੋ ਕਰਦਿਆਂ, ਬਾਇਲਾਜ਼ ਨੂੰ ਫੋਲੋ ਕਰਦਿਆਂ ਟ੍ਰੇਨਿੰਗ ਪ੍ਰੋਪਰ ਦੇ ਕੇ ਬੱਚਿਆਂ ਨੂੰ ਲਾਇਸੈਂਸ ਦਿਓ, ਟਰੱਕ ਡਰਾਈਵਰਾਂ ਨੂੰ, ਠੀਕ ਹੈ? ਸਾਡੇ ਇੱਥੇ ਸ਼ੋਰਟੇਜ ਬਹੁਤ ਆ ਟਰੱਕ ਡਰਾਈਵਰਾਂ ਦੀ, ਲੋੜ ਹੈ, ਪਰ ਇਹ ਤਾਂ ਥੋੜ੍ਹੀ ਕਿ ਅਸੀਂ ਮੌਤ ਦੇ ਲਾਇਸੈਂਸ ਦੇਣੇ ਆ ਜੀ। ਬਿਲਕੁਲ, ਇਹ ਜ਼ਰੂਰ ਤੁਸੀਂ ਵੀ ਹਮੇਸ਼ਾ ਕਰਦੇ ਰਹਿੰਦੇ ਹੋ, ਬੇਨਤੀ ਕਰਦੇ ਰਿਹਾ ਕਰੋ ਡਰਾਈਵਿੰਗ ਲਾਇਸੈਂਸ ਵਾਲਿਆਂ ਨੂੰ, ਸਕੂਲਾਂ ਵਾਲਿਆਂ ਨੂੰ ਕਿ ਪਲੀਜ਼ ਥੋੜ੍ਹੇ ਬਣ ਜਾਣਗੇ ਕੋਈ ਗੱਲ ਨਹੀਂ, ਪਰ ਇੱਥੇ ਹੀ ਰਹਿਣਾ, ਬਣਾ ਹੀ ਜਾਣੇ ਆ, ਇਹ ਇੱਥੇ ਛੱਡ ਕੇ ਵੀ ਚੱਲੇ ਗਏ ਬਹੁਤ ਲੋਕ ਬਣਾ ਬਣਾ ਕੇ। ਬਿਲਕੁਲ ਜੀ, ਗੱਲ ਠੀਕ ਹੈ ਸਿੱਧੂ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਦੈਨ ਸਿੱਧੂ ਲੋਕ ਸਭਾ ਚਾਲਕ ਨੇ ਕੈਲਗਰੀ ਦੇ ਵਿੱਚ, ਬਹੁਤ ਨਿੱਘੇ ਦੋਸਤ ਨੇ ਅਤੇ ਬਹੁਤ ਕਾਮਯਾਬ ਰੀਅਲਟਰ ਨੇ ਉੱਥੇ, ਉਹ ਗੱਲਬਾਤ ਕਰ ਰਹੇ ਸੀ ਕਿਉਂਕਿ ਬ੍ਰੌਂਕੋਸ ਦੀ ਗੱਲ ਚੱਲ ਰਹੀ ਹੈ। ਸੋ ਸਰ, ਸ਼ਹਿਰ ਦੀ ਗੱਲ, ਸਰੀ ਦੇ ਵਿੱਚ ਕਿਹੜੀ ਮੁਸ਼ਕਲ ਆ ਜਿਹੜੀ ਤੁਹਾਨੂੰ ਦਿਖਦੀ ਹੈ ਹੁਣ, ਉਹਦੇ ਬਾਰੇ ਗੱਲਬਾਤ, ਜਾਂ ਜਿਹੜਾ ਪਹਿਲਾ ਵਿਸ਼ਾ ਚੱਲ ਰਿਹਾ ਇਹਨੂੰ ਵੀ ਆਪਾਂ ਤੋੜ ਸਕਦੇ ਨਾਲ, ਤੁਹਾਡੇ ਕਈ ਵਾਰ ਮਨ ਦੇ ਵਿੱਚ ਕੋਈ ਗੱਲ ਨਾਲ ਗੱਲ ਹੁੰਦੀ ਹੈ। ਸੈਮ ਜੀ, ਲਾਈਨ ਨੰਬਰ 4। ਪਿਛਲੇ ਕਾਲਰ ਨੇ ਜੇ ਗੱਲ ਕਹੀ ਨਾ, ਬਿਲਕੁਲ ਦਿਲ ਨੂੰ ਹਲੂਣਾ ਜਿਹਾ ਦਿੱਤਾ ਵੀ ਸੁੱਖਾਂ ਲਾਈਆਂ ਪੈਰ ਨੂੰ, ਜਿਹਨਾਂ ਦੇ ਬੱਚੇ ਆ ਉਹ ਬਖੋ ਕੀ ਸਮਝ ਸਕਦੇ। ਇਹ ਚੀਜ਼ਾਂ ਸਭ, ਜਿਹੜਾ ਐਕਸੀਡੈਂਟ ਹੈ, ਮੈਂ ਫਿਰ ਜਸਕੀਰ ਨੂੰ ਉਹਨਾਂ ਨੂੰ ਤਾਂ ਮਾਫ ਕਰਨਾ ਕਿ ਨਹੀਂ ਕਰਨਾ, ਅਸੀਂ ਇਹ ਕਹਾਂਗੇ ਵੀ ਗਲਤੀ ਤਾਂ ਹੈ, ਗਲਤੀ ਨਾਲ ਐਕਸੀਡੈਂਟ ਹੁੰਦੇ, ਮੈਂ ਸਦਾ ਜਸਕੀਰ ਦੇ ਹੱਕ 'ਚ ਹੀ ਰਿਹਾ ਕਿਉਂਕਿ ਇਟਸ ਜਸਟ ਐਕਸੀਡੈਂਟ, ਜ਼ਿਆਦਾ ਬੱਚੇ ਮਰ ਗਏ ਇਹਦੇ ਵਿੱਚ, ਬਿਲਕੁਲ ਦੁੱਖ ਤਾਂ ਹੈ, ਬਿਲਕੁਲ ਇੰਨਾ ਕੁਛ ਹੁੰਦਾ। ਜਦੋਂ ਸਭ ਰੋਡ ਤੇ ਰਹਿੰਦੇ ਅਸੀਂ ਨਾ, ਮੇਰਾ ਇੱਦਾਂ ਦੇ ਕਈ ਚਾਂਸ ਹੋਏ ਆ, ਕਈ ਵਾਰ ਭੁੱਲਿਆ ਬੰਦਾ, ਇੱਕ ਵਾਰੀ ਇੱਕ ਫੈਮਲੀ ਭੁੱਲੀ, ਮੈਨੂੰ ਯਾਦ ਹੈ ਵੀ ਉਹ ਰੋਡ ਦੇ ਸਾਈਡ ਤੇ ਖੜੀ ਆ, ਉਹਨੇ ਪਿੱਛੇ ਦੇਖਿਆ ਨੀ, ਮੈਂ ਆਉਂਦਾ ਉਹਦੇ ਪਾਤੀ ਗੱਡੀ ਇੱਕਦਮ, ਔਰ ਮੈਂ ਪੂਰਾ ਜੋਰ ਲਾਤਾ ਆਪਣਾ ਟਰੱਕ ਰੋਕਣ ਨੂੰ, ਚਲੇ ਗਿਆ, ਉਹਨਾਂ ਨੂੰ ਕੋਈ ਪਤਾ ਨੀ ਵੀ ਟਰੱਕ ਦੇ ਕੀ ਧੂੰਆਂ ਕੱਢਿਆ ਟਾਇਰਾਂ ਦਾ। ਪਰ ਉਸ ਤੋਂ ਬਾਅਦ ਮੈਂ ਇਹ ਚੀਜ਼ ਵੀ ਇੱਕ ਆਹ ਫੈਮਲੀ ਜਿਹੜੀ ਆ, ਜੇ ਘਰ ਜਾ ਕੇ ਸੁੱਤੀ, ਮੈਂ ਚਾਹੇ ਔਖਾ ਹੀ ਹੋਇਆ, ਬਹੁਤ ਕੁਛ ਸਹਿਣਾ ਪੈਂਦਾ। ਇਹ ਗੱਡੀਆਂ ਵੱਡੀਆਂ ਆ, ਇਹ ਚ ਕੋਈ ਸ਼ੱਕ ਨੀ, ਔਖੀਆਂ ਰੁਕਦੀਆਂ ਆ, ਕਰ ਕੀ ਸਕਦੇ ਆ, ਪਰ ਇਹ ਭਾਣਾ ਮੰਨਣ ਵਾਲਾ ਚੱਕਰ ਆ। ਬਹੁਤ ਬਹੁਤ ਜੇ ਕੋਈ ਟਰੱਕ ਚਲਾਉਂਦਾ ਹੋਏ ਦੇਖੇ ਵੀ ਕਿਸੇ ਨੂੰ ਬਚਾਓ, ਜੇ ਵੱਧ ਤੋਂ ਵੱਧ ਬਚਾਅ ਹੁੰਦਾ ਘਰ ਜਾ ਕੇ ਕਿਸੇ ਫੈਮਲੀ ਦੇ ਵਿੱਚ, ਕਿਸੇ ਨੂੰ ਕੋਈ ਨਾ ਕੋਈ ਉਡੀਕ ਰਿਹਾ ਹੋਣਾ। ਥੈਂਕ ਯੂ ਵੀਰ ਜੀ। ਗੁਰਿੰਦਰ ਸਿੰਘ ਜੀ, ਲਾਈਨ ਨੰਬਰ 5। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਹਾਂਜੀ, ਮੈਂ ਵੀ ਟਰੱਕ ਡਰਾਈਵਰ ਨਾ, ਪਰ ਮੈਂ ਜਿਹੜੀ ਆਮ ਜਦੋਂ ਰੋਜ਼ ਟਰੱਕ ਡਰਾਈਵਰਾਂ ਨਾਲ ਜਾਂ ਗੱਲਬਾਤ ਚੱਲਦੀ, ਜਿਹੜੀ ਮੈਂ ਸਭ ਤੋਂ ਵੱਡੀ ਪ੍ਰੋਬਲਮ ਆਪਣੇ ਟਰੱਕ ਡਰਾਈਵਰਾਂ ਚ ਮਹਿਸੂਸ ਕਰਦਾ, ਇਹ ਜਿੱਦਾਂ ਅਣੀਂਦੇ ਰਹਿ ਕੇ ਚਲਾਉਣਾ ਮਾਣ ਮਹਿਸੂਸ ਕਰਦੇ, ਸਾਡੇ ਕਲਚਰ ਬਣਿਆ ਆ, ਜੇ ਕੋਈ ਡਰਾਈਵਰ ਕਹੇ ਮੈਨੂੰ ਯਾਰ ਨੀਂਦ ਆਉਂਦੀ ਮੈਂ ਸੌਂ ਜਾ, ਬਾਕੀ ਉਹਨੂੰ ਜਿੱਦਾਂ, ਪਰ ਜਿੱਦਾਂ ਕਹਿ ਲਓ ਵੀ ਬਾਕੀ ਨੂੰ ਟਿਚਰਾਂ ਕਰਦੇ ਵੀ ਬੰਦਾ ਰਾਹ ਚ ਸੌਂ ਗਿਆ, ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਅਣੀਂਦੇ ਰਹਿ ਕੇ ਬੰਦਾ ਨਾ, ਮੈਂ ਸ਼ਰਾਬੀ ਬੰਦਾ ਉਹਨੂੰ ਹਲੇ ਫੇਰ ਵੀ ਪਤਾ ਹੁੰਦਾ ਵੀ ਮੈਂ ਇੱਕ ਟਰੱਕ ਸਾਂਭ ਲਊਗਾ, ਜਦੋਂ ਨੀਂਦ ਆਉਂਦੀ ਤਾਂ ਇੱਕ ਦਮੇ ਜਿੱਦਾਂ ਸਿਗਨਲ ਹੀ ਆਫ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਇੱਕ ਰੱਬ ਬਚਾ ਜਾਵੇ ਤਾਂ ਬਚਾ ਜਾਵੇ ਬੰਦੇ, ਮੈਂ ਦੇਖਿਆ ਬਹੁਤ ਮਾਣ ਕਰਦੇ ਆ, ਪਰ ਬਹੁਤ ਬੰਦਿਆਂ ਨੇ ਐਕਸੀਡੈਂਟ ਕੀਤੇ ਆ ਫੇਰ ਨਹੀਂ ਹਟਦੇ ਮੁੜ ਕੇ, ਅਣੀਂਦਾ ਰਹਿਣਾ ਸਾਡਾ ਕਲਚਰ ਬਣ ਗਿਆ, ਅਸੀਂ ਮਾਣ ਮਹਿਸੂਸ ਕਰਦੇ ਆ ਵੀ ਕਿੰਨਾ ਬੰਦਾ ਨੀਂਦ ਰਹਿ ਗਿਆ, ਕਿੰਨਾ ਕੁ ਟਰੱਕ ਚਲਾਈ ਜਾਂਦਾ, ਇੰਨੇ ਕੁ ਵਿਚਾਰ ਸੀ। ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ ਸਰ, ਗੁਰਿੰਦਰ ਸਿੰਘ ਜੀ, ਲਾਈਨ ਨੰਬਰ 5। ਸਰ ਸੁਖਵਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਗੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਭਾਈ ਜੀ। ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਜੇ ਸਬਰ ਸੰਤੋਖ ਦੀ ਪਹਿਲੇ ਕਾਲਰ ਕਹਿ ਕੇ ਗਏ, ਉਹ ਤਾਂ 100% ਲਾਗੂ ਹੈ ਜੀ। ਦੂਜੀ ਗੱਲ ਹੈ ਇਕੱਲੇ ਟਰੱਕਾਂ ਵਾਲਿਆਂ ਨੂੰ ਨੀ, ਜਿਹੜੇ ਹੁਣ ਸਮਰ ਚ ਵੇਖ ਲਿਓ ਤੁਸੀਂ ਆਰਵੀ ਜਾਂ ਦੂਜੇ ਡਰਾਈਵਰ ਆ, ਉਹਨਾਂ ਨੂੰ ਵੀ ਪ੍ਰੋਪਰ ਥੋੜੀ ਜਿਹੀ ਟ੍ਰੇਨਿੰਗ ਐਕਸਟਰਾ ਦੇਣ ਦੀ ਲੋੜ ਆ। ਤੇ ਦੂਜੀ ਗੱਲ ਆ, ਖੁੰਬਾਂ ਘੁੱਗੀਆਂ ਕੰਪਨੀਆਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ ਜੀ। ਜਿਹੜਾ ਡਰਾਈਵਰ ਸਬਰ ਨੂੰ ਸੰਤੋਖ ਨਾਲ ਚੱਲਣਾ ਚਾਹੁੰਦਾ, ਉਹਨੂੰ ਕਹਿੰਦੇ ਬਾਈ ਜੀ ਜੇ ਚੱਲਣਾ ਤੇ ਹਨੇਰਾ ਸਵੇਰਾ ਤੈਨੂੰ ਖਿੱਚਣਾ ਪੈਣਾ, ਨਹੀਂ ਤੇ ਫਿਰ ਉਹਨੂੰ ਕੰਮ ਨੀ ਦਿੰਦੇ ਖੱਜਲ ਖੁਜਲ ਕਰਕੇ, ਉਹ ਵਿਚਾਰਾ ਕੰਪਨੀ ਬਦਲਦਾ ਰਹਿ ਜਾਂਦਾ। ਇਹ ਵੀ ਕੰਪਨੀਆਂ ਦੇ ਜੇ ਵਾਇਲੇਸ਼ਨ ਆਉਂਦੀ ਆ ਡਰਾਈਵਰ ਦੀ, ਕੰਪਨੀ ਦਾ ਓਨਰ ਬਰਾਬਰ ਰਿਸਪੋਂਸੀਬਲ ਹੋਣਾ ਚਾਹੀਦਾ, ਇਹ ਫੇਰ ਇਹ ਕੰਮ ਘਟਣਾ ਜੀ। ਬਿਲਕੁਲ ਠੀਕ ਹੈ ਜੀ। ਸਰ ਮਨਦੀਪ ਸਿੰਘ ਜੀ, ਲਾਈਨ ਨੰਬਰ 3। ਗੱਲ ਸਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਗੱਲ ਸਰ, ਦੇਖੋ
ਦੁੱਖ ਦੀ ਗੱਲ ਇਹ ਆ ਵੀ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜੋ ਕੁਛ ਹੋਇਆ ਮੰਨ ਲਓ ਉਹ ਆਪਾਂ ਤੋਂ ਸੁਣ ਵੀ ਨੀ ਹੁੰਦਾ ਜਿਹੜੀ ਉਹ ਮੰਨ ਲਓ ਜਿਹਦੇ ਜਿਹੜੇ ਉਹਦੇ ਸੀਨ ਆ ਜੇ ਅਸੀਂ ਦੇਖੀਏ ਜਾਂ ਸਟੇਟਮੈਂਟ ਆ ਜਿਹੜੀਆਂ ਪਿੱਛੇ ਆਪਣੇ ਬਾਈ ਜੀ ਨੇ ਪੜ੍ਹੀਆਂ ਗੱਚ ਭਰ ਆਉਂਦਾ ਤੁਹਾਡਾ ਉਹ ਸੁਣ ਕੇ ਹਨਾ ਕਸੂਰ ਤਾਂ ਕਸੂਰ ਆ ਅਚਾਨਕ ਹੋ ਗਿਆ ਅਚਾਨਕ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਸਾਈਨ ਕਿਵੇਂ ਨੀ ਦਿਸਿਆ ਤੁਸੀਂ ਇੱਕ ਟਰੱਕ ਡਰਾਈਵਰ ਹੋ ਤੁਹਾਡੇ ਕੋਲ ਕਮਰਸ਼ੀਅਲ ਵਹੀਕਲ ਦਾ ਲਾਇਸੈਂਸ ਆ ਪ੍ਰੋਪਰ ਟ੍ਰੇਨਿੰਗ ਲਈ ਹੋਈ ਆ ਫਿਰ ਕਿਵੇਂ ਗਲਤੀ ਹੋ ਗਈ ਕੋਈ ਰੋਡ ਕੰਡੀਸ਼ਨ ਬੈਡ ਹੋਵੇ ਕੋਈ ਹੋਰ ਗੱਲਬਾਤ ਹੋਵੇ ਤੁਸੀਂ ਮੰਨ ਸਕਦੇ ਹੋ ਪਰ ਇਸ ਤਰ੍ਹਾਂ ਕਿਵੇਂ ਗਲਤੀ ਹੋ ਗਈ ਇਹਦੇ ਪਿੱਛੇ ਕਾਰਨ ਕੀ ਕਾਰਨ ਜਿੰਨੇ ਕਾਲਰ ਪਿੱਛੇ ਆਇਆ ਸਾਰਿਆਂ ਨੇ ਦੱਸੇ ਆ ਹਲਕੇ ਹੋਏ ਟਰੱਕ ਡਰਾਈਵਰ ਨੀਂਦਰੇ ਚਲਾਉਂਦੇ ਆ ਕੰਪਨੀਆਂ ਜਿਹੜੀਆਂ ਜਿਵੇਂ ਬਾਈ ਜੀ ਕਹਿ ਕੇ ਖੁੰਭਾਂ ਵਾਂਗੂ ਕੰਪਨੀਆਂ ਨਿਕਲੀਆਂ ਹੋਈਆਂ ਫੋਰਸ ਕਰਦੀਆਂ ਆਪਣੇ ਡਰਾਈਵਰਾਂ ਨੂੰ ਕਈ ਕੰਪਨੀਆਂ ਬਾਈ ਜੀ ਬਹੁਤ ਧੜੱਲੇ ਦੇ ਨਾਲ ਉਹਨਾਂ ਦੀਆਂ ਐਡਾਂ ਚੱਲਦੀਆਂ ਨਾਂ ਚੱਲਦੇ ਆ ਉਹਨਾਂ ਦੇ ਲਿਆ ਕੇ ਡਰਾਈਵਰ ਬਾਹਰੋਂ ਐਲ ਐਮ ਆਈਆਂ ਦੇ ਕੇ ਬਿਨਾਂ ਟ੍ਰੇਨਿੰਗ ਤੋਂ ਉੱਤੇ ਚੜੇ ਹੋਏ ਆ ਉਹ ਟਰੱਕਾਂ ਦੇ ਉੱਤੇ ਉਹ ਸਾਰੇ ਮੌਤ ਦਾ ਸਮਾਨ ਲਈ ਫਿਰਦੇ ਆ ਨਾਲ ਕਿਸੇ ਨੂੰ ਹੈ ਪ੍ਰੋਪਰ ਟ੍ਰੇਨਿੰਗ ਇਹੋ ਜਿਹੇ ਡਰਾਈਵਰ ਵੀ ਅੰਟਾਰੀਓ ਤੋਂ ਟੋਰਾਂਟੋ ਤੋਂ ਅਸੀਂ ਬੀ ਸੀ ਆਉਂਦੇ ਦੇਖਿਆ ਜੀ ਜਿਨ੍ਹਾਂ ਨੂੰ ਇਹ ਨੀ ਪਤਾ ਹੈਗਾ ਵੀ ਇੱਥੋਂ ਹਾਈਵੇ ਬੰਨ ਕਿਵੇਂ ਪੈਣਾ ਜਾਣ ਲਈ ਤੁਸੀਂ ਦੱਸੋ ਵੀ ਉਹ ਕਿਵੇਂ ਜਾਣਗੇ ਹੁਣ ਕਈ ਲੋਕ ਤਸਵੀਰ ਦਿੰਦੇ ਆ ਕਿ ਉੱਥੇ ਇੱਕ ਮਿੰਟ ਹੋਲਡ ਕਰਿਓ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ ਹੋਲਡ ਕਰਿਓ You're listening to 1550 AM KRPI Ferndale. The views expressed are not necessarily those of the staff, management, or ownership of this station. ਹਾਂਜੀ ਸਰ ਸਾਹਿਬ ਮਨਦੀਪ ਸਿੰਘ ਜੀ ਜੀ ਗੱਲ ਸਾਹਿਬ ਜੀ ਕਹਿ ਰਹੇ ਸੀ ਵੀ ਕਈ ਤਸ਼ਵੀਰ ਦੇ ਦਿੰਦੇ ਆ ਵੀ ਅਲਬਰਟਾ ਦੇ ਵਿੱਚੋਂ ਲਾਇਸੈਂਸ ਔਖਾ ਮਿਲਦਾ ਇੱਥੇ ਮੰਨ ਲਓ ਜਿਹੜਾ ਲਾਇਸੈਂਸ ਔਖਾ ਮਿਲਦਾ ਇਹਦੇ ਵਿੱਚ ਫਰਕ ਕੀ ਹੈ ਡਰਾਈਵਿੰਗ ਤਾਂ ਸੇਮ ਹੀ ਆ ਉਹੀ ਸਾਰਾ ਕੁਛ ਆ ਬਾਈ ਜੀ ਇਹ ਸਮਝਣ ਵਾਲੀ ਲੋੜ ਆ ਕਿ ਸਾਡਾ ਜਿਹੜਾ ਬੀ ਸੀ ਆ ਇਹ ਮਾਊਂਟੇਨ ਏਰੀਆ ਟੋਟਲੀ ਤੁਹਾਡੇ ਕੋਲ ਮਾਊਂਟੇਨ ਐਕਸਪੀਰੀਅੰਸ ਹੋਣਾ ਲਾਜ਼ਮੀ ਅਲਬਰਟਾ ਦੇ ਵਿੱਚ ਮਾਊਂਟੇਨ ਕਿਤੇ ਨੀ ਹੈ ਹੁਣ ਇੱਕ ਪਾਸੇ ਅਲਬਰਟਾ ਦਾ ਲਾਇਸੈਂਸ ਲਿਆ ਤੇ ਇੱਕ ਪਾਸੇ ਬੀਸੀ ਦਾ ਲਾਇਸੈਂਸ ਲਿਆ ਤੁਸੀਂ ਇੱਕੋ ਰੋਡ ਤੇ ਕ੍ਰੋਸ ਕਰਦੇ ਹੋ ਕੋਕਾਲ ਹਾਈਵੇ ਤੇ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਵਿੱਚ ਫਰਕ ਨੀਗਾ ਜੀ ਬਾਈ ਜਦੋਂ ਕੋਕ ਤੋਂ ਟਰੱਕ ਥੱਲੇ ਲਾਉਣਾ ਟਰਾਈ ਐਕਸਲ ਇੰਨਾ ਲੋਡ ਉਹਦੇ ਵਿੱਚ ਤੇ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਕਿ ਨਹੀਂ ਜੇ ਤੁਹਾਡੇ ਕੋਲ ਪ੍ਰੋਪਰ ਟ੍ਰੇਨਿੰਗ ਆ ਤਾਂ ਹੀ ਲਾ ਸਕਦੇ ਹੋ ਤੁਸੀਂ ਨਹੀਂ ਤੁਸੀਂ ਖੁਦ ਵੀ ਆਪਦੀ ਜਾਨ ਖਤਰੇ ਚ ਪਾਉਣੇ ਹੋ ਤੇ ਜਿਹੜੇ ਆਲੇ ਦੁਆਲੇ ਆ ਤੁਹਾਡੇ ਉਹਨਾਂ ਦੀ ਤਾਂ ਪਾਉਣੀ ਪਾਉਣੀ ਆ ਕਿੰਨੀਆਂ ਕੰਪਨੀਆਂ ਤੁਸੀਂ ਮੰਨ ਲਓ ਇਹ ਚੀਜ਼ ਦੀ ਇਨਵੈਸਟੀਗੇਸ਼ਨ ਹੋਣ ਲੱਗ ਜਾਵੇ ਉਹਨਾਂ ਦੇ ਉੱਤੇ ਉਹ ਕਿਹੜੇ ਡਰਾਈਵਰ ਕੰਮ ਕਰਦੇ ਜਿਨ੍ਹਾਂ ਦੇ ਕੋਲੇ ਪ੍ਰੋਪਰ ਟ੍ਰੇਨਿੰਗ ਸੀ ਜਾਂ ਉਹ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਉਹਨਾਂ ਕੋਲੇ ਰੈਜੀਡੈਂਸੀ ਕਿੰਨੇ ਟਾਈਮ ਤੋਂ ਆ ਸਾਰੇ ਕੋਈ ਵਰਕ ਪਰਮਿਟ ਵਾਲਾ ਕਿਸੇ ਕੋਲੇ ਐਲ ਐਮ ਆਈ ਆ ਕਿਸੇ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਜਿਹੜੀਆਂ ਵੱਡੀਆਂ ਕੰਪਨੀਆਂ ਜੀ ਜਿਨ੍ਹਾਂ ਕੋਲੇ ਹਜ਼ਾਰਾਂ ਹਜ਼ਾਰਾਂ ਟਰੱਕ ਆ ਇੱਥੇ ਸਾਡੇ ਸੌ ਸੌ ਡੇਢ ਸੌ ਟਰੱਕ ਕਰਕੇ ਲੋਕ ਆ ਜਿਹੜੇ ਉਹ ਮੁੱਛਾਂ ਦੇ ਹੱਥ ਫੇਰ ਕੇ ਲੰਘਦੇ ਉਹ ਕਹਿੰਦੇ ਸਾਡੀ ਟਰੱਕਿੰਗ ਕੰਪਨੀ ਖੋਲੀ ਹੋਈ ਆ ਲੈ ਕੇ ਦੇ ਕੇ ਐਲ ਐਮ ਆਈਆਂ ਪੈਸੇ ਤੇ ਉਹਨਾਂ ਨੂੰ ਟਰੱਕ ਚੁਕਾ ਕੇ ਉੱਤੇ ਚੜੇ ਹੋਏ ਦੇਈ ਚਲੋ ਪੇਮੈਂਟਾਂ ਚਾਰ ਸਾਲ ਬਾਈ ਜੀ ਹਜ਼ਾਰਾਂ ਹਜ਼ਾਰਾਂ ਟਰੱਕ ਆ ਜਿਨ੍ਹਾਂ ਕੰਪਨੀਆਂ ਕੋਲੇ ਉਹਨਾਂ ਦੇ ਐਕਸੀਡੈਂਟ ਕਿਉਂ ਨੀ ਹੁੰਦੇ ਇਹਨਾਂ ਨੂੰ ਇਹ ਪੁੱਛੋ ਉਹਨਾਂ ਦਾ ਕਿਉਂ ਨੀ ਗਲਤੀ ਕਰਦਾ ਉਹ ਸਪੈਸ਼ਲ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਚਾਰ ਪੰਜ ਦਿਨ ਦੀ ਤੁਹਾਨੂੰ ਪੇ ਵੀ ਕਰਦੇ ਆ ਬਕਾਇਦਾ ਤੁਹਾਨੂੰ ਟਿਕਟਾਂ ਦੇ ਕੇ ਹੋਟਲ ਦੀਆਂ ਮੋਟਲ ਦੀਆਂ ਬਾਈ ਏਅਰ ਆਪਣੇ ਟਰਮੀਨਲ ਤੇ ਪਹੁੰਚਦੇ ਕਰਦੇ ਜਿੱਥੇ ਤੁਹਾਨੂੰ ਟ੍ਰੇਨਿੰਗ ਦੇਣੀ ਆ ਉਹਨਾਂ ਨੇ ਤੁਹਾਨੂੰ ਉਹ ਟਰੱਕ ਤੇ ਚਾੜਦੇ ਬੇਸ਼ੱਕ ਤੁਸੀਂ ਓਨਰ ਆਪਰੇਟਰ ਹੋ ਡਜ਼ਨ ਮੈਟਰ ਤੁਸੀਂ ਡਰਾਈਵਰ ਹੋ ਕੋਈ ਫਰਕ ਨੀ ਪੈਂਦਾ ਹੈਗਾ ਮਤਲਬ ਕੱਚ ਘਰਡ ਬੰਦੇ ਬਿਨਾਂ ਪ੍ਰੋਪਰ ਟ੍ਰੇਨਿੰਗ ਤੋਂ ਘਰੇ ਆਉਣਾ ਲੰਚ ਚੱਕਣਾ ਕਈ ਤਾਂ ਇਹੋ ਜਿਹੇ ਬੰਦੇ ਨੇ ਘਰੇ ਨੀ ਜਾਂਦੇ ਜਾਣਾ ਫੜ ਕੇ ਲੰਚ ਦਿੱਤੇ ਮਤਲਬ ਘਰਦਿਆਂ ਤੋਂ ਉੱਥੇ ਬੈਕ ਤੁਰ ਪੈਂਦੇ ਨੇ ਉਹ ਕੁਛ ਤੁਸੀਂ ਜੇ ਆਪਦੇ ਪਰਿਵਾਰ ਬਾਰੇ ਆਪਦੇ ਟੱਬਰ ਬਾਰੇ ਸੋਚੋ ਥੋੜਾ ਬਹੁਤ ਤੁਹਾਡੇ ਬੱਚੇ ਰੋਲ ਜਾਣੇ ਆ ਤੁਹਾਡੇ ਤੁਸੀਂ ਉਹ ਪੈਸੇ ਤੋਂ ਕੀ ਕਰਨਾ ਜਦੋਂ ਤੁਹਾਡੇ ਜਵਾਕ ਹੀ ਯਤੀਮ ਹੋ ਗਏ ਤੁਸੀਂ ਰਹਿਣਾ ਹੀ ਨੀ ਇਸ ਦੁਨੀਆਂ ਤੋਂ ਕੀ ਕਰੋਗੇ ਉਸ ਪੈਸੇ ਨੂੰ ਬੇਸ਼ੱਕ ਸਾਡੇ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਅੱਜ ਡਰਾਈਵਰਾਂ ਦੀ ਬਹੁਤ ਲੋੜ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਬਾਹਰੋਂ ਇਹੋ ਜਿਹੇ ਡਰਾਈਵਰ ਲਿਆ ਕੇ ਟਰੱਕਾਂ ਤੇ ਚਾੜੋ ਜਿਨ੍ਹਾਂ ਨੂੰ ਤੁਸੀਂ ਪ੍ਰੋਪਰ ਟ੍ਰੇਨਿੰਗ ਨਹੀਂ ਦੇਣੀ ਸਿਰਫ ਆਪਣੇ ਪੈਸੇ ਦੇ ਮਕਸਦ ਵਾਸਤੇ ਐਲ ਐਮ ਆਈਆਂ ਦੇ ਕੇ ਤੁਸੀਂ ਆਪਣੇ ਬੈਂਕ ਅਕਾਊਂਟ ਭਰ ਲਏ ਆ ਟਰੱਕ ਨਵੇਂ ਉਹਨਾਂ ਕੋਲੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਕੰਪਨੀਆਂ ਗੱਲ ਸਾਹਿਬ ਤੁਹਾਨੂੰ ਵੀ ਪਤਾ ਕਿ ਕੁਛ ਕੁ ਸਾਲਾਂ ਦੇ ਵਿੱਚ ਹੀ ਟੌਪ ਤੇ ਚਲੇ ਗਈਆਂ ਕਿਵੇਂ ਚਲੇ ਗਈ ਇਸੇ ਕਰਕੇ ਗਈਆਂ ਉਹਨਾਂ ਦੀ ਪੈਸੇ ਔਰ ਉਸੇ ਪੈਸੇ ਦੇ ਨਵੇਂ ਟਰੱਕ ਚੁਕਾ ਕੇ ਉਹਨਾਂ ਨੂੰ ਚਾਰ ਸਾਲ ਪੰਜ ਸਾਲ ਪੇਮੈਂਟਾਂ ਦੇਣੀਆਂ ਉਹਨਾਂ ਸੋ ਇਹ ਇੱਕ ਬਹੁਤ ਵੱਡਾ ਵਿਸ਼ਾ ਵਾ ਇਹ ਜਿਹਦੇ ਬਾਰੇ ਸਾਨੂੰ ਸੋਚਣ ਦੀ ਲੋੜ ਆ ਇਹ ਜਿਹੜੇ ਪੁਰਾਣੇ ਟਰੱਕਰ ਸਿਰੇ ਜਿਨ੍ਹਾਂ ਨੂੰ ਵੀਹ ਵੀਹ ਪੱਚੀ ਪੱਚੀ ਸਾਲ ਹੋ ਗਏ ਚਲਾਉਂਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ
ਉਹ ਤਾਂ ਅੱਜ ਵੀ ਸਿੱਖ ਰਹੇ ਨੇ, ਉਹਨਾਂ ਨੂੰ ਅੱਜ ਪੁੱਛੋ ਵੀ ਤੁਸੀਂ ਡਰਾਈਵਰ ਹੋ, ਕਹਿੰਦੇ ਬਿਲਕੁਲ ਨੀ। ਸਾਨੂੰ ਅੱਜ ਵੀ ਕਈ ਚੀਜ਼ਾਂ ਦਾ ਪਤਾ ਨੀ ਲੱਗਦਾ, ਸਾਨੂੰ ਪੁੱਛਣਾ ਪੈਂਦਾ, ਜਿਹੜੇ ਨਵੇਂ ਉਹਨਾਂ ਨੂੰ ਵੀ ਪੁੱਛਣਾ ਪੈਂਦਾ, ਪੁਰਾਣਿਆਂ ਨੂੰ ਵੀ ਪੁੱਛਣਾ ਪੈਂਦਾ, ਕੋਈ ਡਰਾਈਵਰ ਨੀ ਇਹਦੇ ਵਿੱਚ। ਸੋ ਪ੍ਰੋਪਰ ਟ੍ਰੇਨਿੰਗ ਹੋਣੀ ਤੁਹਾਡੇ ਕੋਲ ਲਾਜ਼ਮੀ ਆ। ਔਰ ਮੈਂ ਇੱਥੇ ਦੋ ਚੀਜ਼ਾਂ ਜਿਹੜੀਆਂ ਉਹ ਕਹਿਣੀਆਂ ਚਾਹੁੰਦਾ ਜੀ, ਇੱਕ ਤਾਂ ਈ ਲੌਗ ਆ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਵੱਧ ਸਮਾਂ ਟਰੱਕ ਨਾ। ਦੇਖੋ ਪਹਿਲਾਂ ਸਾਡੀ ਸੋਚ ਕੁਛ ਹੋਰ ਸੀ, ਪਹਿਲਾਂ ਸ਼ਾਇਦ ਮੈਂ ਵੀ ਇਸ ਹੱਕ ਦੇ ਵਿੱਚ ਸੀਗਾ ਕਿ ਈ ਲੌਗ ਨਹੀਂ ਲੱਗਣੀ ਚਾਹੀਦੀ, ਮੇਰੀ ਸੋਚ ਸੀਗੀ। ਪਰ ਜਦੋਂ ਦਾ ਆਹ ਹੈਪਨ ਹੋਇਆ, ਉਦੋਂ ਬਾਅਦ ਜਦੋਂ ਕਿਤੇ ਵੀ ਪਟੀਸ਼ਨ ਹੋਵੇ ਚਾਹੇ ਕੁਛ ਹੋਵੇ, ਅਸੀਂ ਈ ਲੌਗ ਦੇ ਹੱਕ ਦੇ ਵਿੱਚ ਵੋਟਾਂ ਪਾਵਾਂਗੇ, ਔਰ ਅਸੀਂ ਹਮੇਸ਼ਾ ਹੀ ਈ ਲੌਗ ਦੇ ਹੱਕ 'ਚ ਖੜਾਂਗੇ। ਔਰ ਦੂਜਾ ਇਹ ਹੈਗਾ ਜੀ, ਜਿਹੜੇ ਬਾਹਰੋਂ ਡਰਾਈਵਰ ਲਿਆ ਕਿਤੇ ਟਰੱਕਾਂ ਤੇ ਚਾੜੇ ਹੋਇਆ, ਇਹ ਬੰਦ ਹੋਣੇ ਚਾਹੀਦੇ ਆ, ਵਿਦਆਊਟ ਟ੍ਰੇਨਿੰਗ ਇਹ ਨਹੀਂ ਹੋਣਾ ਚਾਹੀਦਾ। ਥੈਂਕ ਯੂ ਵੀਰ ਜੀ, ਥੈਂਕ ਯੂ। ਸਾਹ ਗੁਰਦੀਪ ਸਿੰਘ ਲਾਈਨ ਨੰਬਰ 5 ਸੀਗਾ ਭਾਜੀ। ਸਤਿ ਸ੍ਰੀ ਅਕਾਲ ਵੀਰ ਜੀ। ਵੈਸੇ ਤਾਂ ਭਾਜੀ ਹੁਣਾਂ ਨੇ ਸਾਰਾ ਕੁਝ ਕਹਿ ਹੀ ਦਿੱਤਾ ਜੀ, ਹੁਣ ਮੈਂ ਕਹਿਣਾ ਸੀਗਾ, ਪਰ ਫਿਰ ਵੀ ਹਨਾ, ਆਪਣੇ ਡਰਾਈਵਰ ਜਦੋਂ ਮੇਰੇ ਨਾਲ ਮੁੰਡਾ ਜਾਂਦਾ ਸੀ, ਇਹ ਅਣੀਂਦੇ ਆ ਕਿ ਵਾਕਿਆ ਹੀ ਬਹੁਤ ਚਲਾਉਂਦੇ, ਉਹਦਾ ਸਟੇਅਰਿੰਗ ਤੇ ਬੈਠ ਕੇ ਕੀ ਕਰਨਗੇ, ਮਹਾਰਾਜ ਭਲੀ ਕਰੀ। ਬਾਅਦ ਚ ਉਹ ਭਰਾਵਾ ਤੈਨੂੰ ਨੀਂਦ ਆਈ, ਤੂੰ ਸੌਂ ਜਾ। ਨਹੀਂ ਨਹੀਂ, ਜੇ ਕੁਛ ਹੋਣਾ ਉਹ ਤਾਂ ਹੋ ਹੀ ਜਾਣਾ, ਆਪਾਂ ਚੱਲਦੇ ਹਾਂ, ਕੁਛ ਨੀ ਹੁੰਦਾ ਹੈ, ਮੈਂ ਚਲਾ ਲੈਣਾ। ਮੂਹਰੇ ਸਨੋ ਬੈਗ ਤਾਂ ਰਹਿੰਦੀ ਨੀ ਦੇਖਣਾ, ਖਿੱਚੀ ਤੁਰੇ ਆਉਂਦੇ ਆ। ਬਾਕੀ ਜਿਹੜੇ ਵਿਚਾਰਿਆਂ ਦੇ ਉਹ ਨਿਆਣੇ ਬੱਚੇ ਸਟੂਡੈਂਟ ਜਾਂ ਉਹ ਫਲੇਰ ਗਏ ਆ ਦੁਨੀਆਂ ਤੋਂ, ਉਹਨਾਂ ਨੂੰ ਸ਼ਾਂਤੀ ਰੱਬ ਬਖਸ਼ੇ। ਤੇ ਜਿਹੜੇ ਤਾਂ ਚੱਲ ਗਏ ਜੀ, ਉਹਨਾਂ ਦੇ ਪਰਿਵਾਰ ਤਾਂ ਭਾਣਾ ਮੰਨ ਕੇ ਬਹਿ ਗਏ, ਜਿਹੜੇ 24 ਘੰਟੇ ਅੱਖਾਂ ਮੂਹਰੇ ਉਹਨਾਂ ਦੇ ਘੁੰਮਦੇ ਬੱਚੇ, ਜਿੱਦਾਂ ਤੁਸੀਂ ਆ ਸੁਣਾਇਆ ਕਿਸੇ ਦੀ ਰੀੜ ਦੀ ਹੱਡੀ, ਕਿਸੇ ਦਾ ਬ੍ਰੇਨ ਡੈਮੇਜ ਹੋ ਗਿਆ, ਉਹਨਾਂ ਨੂੰ ਹਰ ਵਕਤ ਰਹਿ ਰਹਿ ਕੇ ਗੁੱਸਾ ਆਉਣਾ, ਕਿਉਂਕਿ ਇੱਕ ਹਿਊਮਨ ਬਾਡੀ ਦੇ ਨੇਚਰ ਵਾ। ਕਹਿਣਾ ਡਰਾਈਵਰ ਕੌਣ ਸੀ, ਕਹਿਣਾ ਏਸ਼ੀਅਨ ਸੀਗਾ, ਪੰਜਾਬੀ ਸੀਗਾ, ਜਿਹੜੇ ਡਰਾਈਵਰ ਟਰੱਕ ਚਲਾਉਂਦੇ ਆ, ਜਿਹਨਾਂ ਦੇ ਬੜੇ ਬੜੇ ਨਗਰ ਕੀਰਤਨ ਆ। ਇਹ ਮਤਲਬ ਆਪਾਂ ਨੂੰ ਹੁਣ ਥੋੜਾ ਜਿਹਾ ਹਿਸਾਬ ਨਾਲ ਉਹਨਾਂ ਦੇ ਪਰਿਵਾਰਾਂ ਚ ਰੱਬ ਸ਼ਾਂਤੀ ਬਖਸ਼ੇ, ਮੈਂ ਉਹ ਗੱਲ ਨੀ ਕਹਿੰਦਾ, ਠੀਕ ਠਾਕ ਜਿਹਾ ਚੱਲਣਾ ਚਾਹੀਦਾ ਕੰਮ, ਸਭ ਕੁਝ ਠੀਕ ਠਾਕ ਚੱਲੀ ਜਾਵੇ। ਬਾਕੀ ਡਰਾਈਵਰਾਂ ਨੂੰ ਬਿਲਕੁਲ, ਕੰਪਨੀ ਵਾਲਿਆਂ ਨੂੰ, ਸਾਰਿਆਂ ਨੂੰ ਸੋਚ ਕੇ ਚੱਲਣਾ ਚਾਹੀਦਾ ਵੀ ਕਿੱਦਾਂ ਦਾ ਬੰਦਾ ਸੀ, ਚੜਾਉਣ ਲੱਗੇ ਆ ਕਿ ਪ੍ਰੋਪਰ ਟ੍ਰੇਨਿੰਗ ਵੀ ਹੈ ਇਹਨੂੰ, ਕਿ ਇਹ ਕਾਨੂੰਨ ਆ ਈ ਲੌਗ ਬੁੱਕ ਬਹੁਤ ਵਧੀਆ ਆ ਜਿਹੜੀ ਇਹਨੇ ਲਵਾਈ ਆ। ਇਹ ਵਾਕਿਆ ਗੌਰਮੈਂਟਾਂ ਜਿਹੜੀਆਂ ਸਭ ਕੁਝ ਜੋ ਕਰਦੀਆਂ ਸੋਚ ਸਮਝ ਕੇ ਕਰਦੀਆਂ, ਮਿੰਟ ਮਿੰਟ ਤੇ ਗੌਰ। ਥੈਂਕ ਯੂ ਵੀਰ ਜੀ। ਸਰ ਜਸਵੀਰ ਸਿੰਘ ਲਾਈਨ ਨੰਬਰ ਜੀ। ਹੈਲੋ, ਹਾਂਜੀ ਗਿੱਲ ਸਾਹਿਬ, ਜੋ ਕਾਲਰ ਦੋਵੇਂ ਪਿਛਲੇ ਕਹਿ ਕੇ ਗਏ ਆ, ਸਿਰਫ ਮੈਂ ਦੋ ਕਾਲਰ ਪਿਛਲੇ ਸੁਣੇ ਆ, ਮੈਂ ਬਿਲਕੁਲ ਦੋਵਾਂ ਨਾਲ ਸਹਿਮਤ ਹਾਂ। ਇੱਕ ਚੀਜ਼ ਮੈਂ ਇਹ ਵੀ ਕਹਿਣੀ ਚਾਹੁੰਦਾ ਹਾਂ ਕਿ ਇੱਕ ਪਾਸੇ ਤਾਂ ਟਰੈਕਿੰਗ ਕੰਪਨੀ ਨੂੰ ਡਰਾਈਵਰਾਂ ਦੀ ਬੜੀ ਲੋੜ ਆ, ਦੂਸਰੇ ਪਾਸੇ ਉਹ ਫੇਰ ਵੀ LMI ਜਿਹੜੀ ਆ 20-25-25-30 ਹਜ਼ਾਰ ਦੀ ਵੇਚਣ ਲੱਗੇ ਹੋਏ ਆ। ਇੱਕ ਤਾਂ ਇਹ ਲੁੱਟ ਬੰਦ ਹੋਣੀ ਚਾਹੀਦੀ ਆ, ਦੂਸਰੀ ਗੱਲ ਆ ਕਿ ਟ੍ਰੇਨਿੰਗ ਕਿੱਥੇ ਹੋਵੇ ਡਰਾਈਵਰ ਦੀ। ਮੇਰਾ ਖਿਆਲ ਉਹਦੇ ਚ ਜਿਹੜਾ ਡਰਾਈਵਰ ਵਰਕ ਪਰਮਿਟ ਤੇ ਆ, ਉਹ ਜੇ ਜਿਸ ਪ੍ਰੋਵਿੰਸ ਦਾ ਉਹਦੇ ਕੋਲ ਲਾਇਸੈਂਸ ਆ, ਉਸ ਪ੍ਰੋਵਿੰਸ ਦੀ ਕੰਪਨੀ ਦੇ ਵਿੱਚ ਹੀ ਉਹਨੂੰ ਡਰਾਈਵ ਕਰਨ ਦੀ ਪਰਮਿਸ਼ਨ ਚਾਹੀਦੀ ਆ, ਭਾਵੇਂ ਲੋਕਲ ਡਰਾਈਵ ਕਰ ਲਵੇ। ਪਰ ਇਹ ਮੇਰੇ ਖਿਆਲ ਮੁਸ਼ਕਿਲ ਹੋਊਗਾ, ਕਿਉਂਕਿ ਲੌਂਗ ਹਾਲ ਹੀ ਚੱਲਣਗੇ ਟਰੈਵ, ਇਹ ਨੀ ਮੈਨੂੰ ਸਮਝ ਲੱਗਦੀ ਇਹਦਾ ਕੀ ਹੱਲ ਕੱਢਿਆ ਜਾਵੇ। ਪਰ ਜੇ ਕੰਪਨੀ BC ਬੇਸਡ ਆ, ਘੱਟੋ ਘੱਟ ਉਹਨਾਂ ਦਾ ਤਾਂ ਟ੍ਰੇਨਿੰਗ ਅਰੁਣ ਦਾ ਲਾਇਸੈਂਸ ਤਾਂ BC ਦਾ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਿਹੜੀ ਆਹ ਪਹਾੜਾਂ ਦੀ ਉੱਚੇ ਨੀਵੇਂ ਥਾਵਾਂ ਦੀ ਜਿਹੜੀ ਡਰਾਈਵਿੰਗ ਹੈ ਨਾ, ਇਹ ਬੜੀ ਖਤਰਨਾਕ ਹੈ, ਜਿਵੇਂ ਪਿਛਲੇ ਤੋਂ ਪਿਛਲੇ ਕਾਲਰ ਨੇ ਕਿਹਾ ਸੀਗਾ। ਮੈਂ ਬਿਲਕੁਲ ਸਹਿਮਤ ਹਾਂ, ਔਰ ਮੈਨੂੰ ਨੀ ਪਤਾ ਲੱਗਦਾ ਇਹ ਲੁੱਟ ਕਿਵੇਂ ਬੰਦ ਹੋਊਗੀ, ਬਹੁਤ ਲੁੱਟ ਹੋ ਰਹੀ ਆ, ਟਰੱਕਿੰਗ ਕੰਪਨੀਆਂ ਕਰ ਰਹੀਆਂ। ਥੈਂਕ ਯੂ। ਪੰਜਾਬ ਤੋਂ ਜਦ ਆਉਂਦੇ ਹਾਂ ਅਸੀਂ, ਉਹ ਕਹਿੰਦੇ ਟਰਾਲੀ ਬੈਗ ਲਾ ਲਈ, ਉਹਨੇ ਟਰਾਲਾ ਚਲਾ ਲੈਣਾ, ਇੱਥੇ ਵਰਕ ਪਰਮਿਟ ਮਿਲਿਆ ਨਹੀਂ। ਮਿਸਟਰ ਚੌਹਾਨ ਨੇ ਮਿਨੀਐਪਲਿਸ ਦੇ ਵਿੱਚ, ਉਹਨਾਂ ਦਾ ਬਿਜ਼ਨਸ ਆ, ਉਹ ਮੈਂ 6-7 ਮੁੰਡਿਆਂ ਨੂੰ ਜਾਣਦਾ ਜੀ, ਵਰਕ ਪਰਮਿਟ ਜਿੱਦਣ ਮਿਲਿਆ ਤੇ ਸਿੱਧੇ ਟਰੱਕ, ਕਦੇ ਉਹਨਾਂ ਨੇ ਟਰੱਕ ਨਹੀਂ ਚਲਾਇਆ, ਮੋਟਰਸਾਈਕਲ ਪੰਜਾਬ ਚਲਾਉਂਦੇ ਆਏ ਨੇ, ਤੇ ਬਸ ਸ਼ੁਰੂਆਤ ਆ। ਕਹਿੰਦੇ ਸਿੱਖ ਲੈਣਾ ਆਪੇ ਅਸੀਂ, ਕੋਈ ਪ੍ਰੋਬਲਮ ਨਹੀਂ। ਔਰ ਇਹ ਨਹੀਂ ਹੈ, ਆਪਾਂ ਸੁਰੱਖਿਅਤ ਚਲਾਉਂਦੇ ਹਾਂ ਬਹੁਤ, ਇਹੋ ਜਿਹੀ ਨਹੀਂ ਹੈ ਕਿ ਐਕਸੀਡੈਂਟ ਹੁੰਦੇ ਆ, ਤੇ ਐਕਸੀਡੈਂਟ ਹੋ ਸਕਦਾ, ਇਹਦੇ ਵਿੱਚ ਵੀ ਨਹੀਂ ਮੈਂ ਦੋ ਰਾਏ ਨਹੀਂ। ਪਰ ਟ੍ਰੇਨਿੰਗ ਪ੍ਰੋਪਰ ਟੈਸਟ ਸਿੱਖਣ ਦਾ ਢੰਗ, ਹੁਣ 10-10 ਹਜ਼ਾਰ 5-5 ਹਜ਼ਾਰ ਟਰੱਕ ਸ਼ਨਾਈਡਰ ਤੇ JB ਹੰਟ ਵਰਗਿਆਂ ਕੋਲ, ਇੰਗਲੈਂਡ ਵਾਲਿਆਂ ਕੋਲ ਹੁੰਦੇ ਨੇ ਐਕਸੀਡੈਂਟ, ਮੈਂ ਨਹੀਂ ਕਹਿੰਦਾ ਹੁੰਦੇ ਨੇ, ਪਰ ਇਉਂ ਨਹੀਂ ਹੁੰਦੇ। ਮੈਨੂੰ ਯਾਦ ਆ ਸਲੀਨਸ, ਇੱਕ ਨਵੇਂ ਮੁੰਡੇ ਤੋਂ ਟਰੱਕ ਬੈਕ ਨਾ ਲੱਗੇ, $50 ਦੇ ਕੇ ਇੱਕ ਗੋਰੇ ਤੋਂ ਉਹਨੇ ਲਵਾਇਆ, ਤੇ ਗੋਰਾ ਬੁੜਬੁੜ ਕਰੇ, ਨਾਲੇ $50 ਉਹਨੇ ਜੇਬ ਚ ਪਾਏ। ਇਹ 97 ਦੀ ਗੱਲ ਹੈ। ਇਸ ਤਰ੍ਹਾਂ ਨਹੀਂ, ਮੈਂ ਹੁਣ ਜੇ ਮੈਂ ਕਹਾਂ ਵੀ ਮੈਂ ਚਲਾਉਂਦਾ ਆਇਆ ਸੀ ਟਰੱਕ ਕਿਤੋਂ, ਨਹੀਂ, ਉੱਥੋਂ ਤੁਸੀਂ ਕਾਰਾਂ ਗੱਡੀਆਂ ਚਲਾਉਂਦੇ ਆਏ ਸੀ, ਪਰ ਤੁਸੀਂ ਕਿਸੇ ਨਾਲ ਸਿੱਖੋ ਨਾ।
ਕੋਈ ਤੁਹਾਡੇ ਨਾਲ ਫਸਟ ਡਰਾਈਵਰ ਹੋਵੇ, ਫਿਰ ਉਹਨੂੰ ਸਿਖਾਵੇ, ਤਿੰਨ ਚਾਰ ਮਹੀਨੇ ਸਿੱਖਣਾ ਤਾਂ ਟਰੱਕ 'ਤੇ ਹੀ ਪੈਣਾ, ਪਰ ਸਿੱਖੋਗੇ ਨਾ। ਜੇ ਤੁਸੀਂ ਕਹੋ ਵੀ ਮੈਂ ਅਣਸਿੱਖ ਹੈ ਤੇ ਬਿਲਕੁਲ ਉਹਨੂੰ ਨਵਾਂ ਹੀ ਤੁਸੀਂ ਰਿਗ ਦੇ ਕੇ ਭੇਜ ਦਿਓ, ਕਿੱਧਰ ਨੂੰ ਜਾਊ ਉਹ, ਤਾਂ ਇੱਕ ਹੋਰ ਚੱਕਰ ਹੋ ਗਿਆ ਹੁਣ। ਅਖੇ ਆਟੋਮੈਟਿਕ ਨੇ ਹੁਣ ਗੇਅਰ ਅਪ ਡਾਊਨ ਕਰਨਾ ਹੀ ਔਖਾ ਸੀ, ਹੁਣ ਤਾਂ ਗੱਲ ਨਿਬੜ ਗਈ, ਇਹ ਵੀ ਗੱਲ ਹੈ। ਹਰਪਾਲ ਕੰਗ ਜੀ ਲਾਈਨ ਨੰਬਰ 2, ਬੜਾ ਕੁਛ ਵਧੀਆ ਹੋ ਸਕਦਾ। ਦੇਖੋ ਸਾਡੇ ਹਨਾ ਕਲਾਕਾਰਾਂ ਲਵਾ ਲਿਆ ਪੰਜਾਬੀਆਂ ਨੇ, ਆਪਣੇ ਬੰਦਿਆਂ ਨੇ ਲਵਾਇਆ, ਆਪਣੇ ਬੰਦੇ ਨਹੀਂ, ਇਹ ਧੋਣਾ ਧੋ ਨਹੀਂ ਹੋਣਾ। ਇਹ ਬਾਕੀ ਗੱਲ ਸਹੀ ਹੈ ਜੀ, ਇਹਨੂੰ ਸੁਹਾਗਾ ਹੀ ਸਮਝਿਆ ਲੋਕਾਂ ਚ, ਕੱਕਾਂ ਨੂੰ ਸੁਹਾਗਾ ਇਹਦਾ, ਚੱਕਾ ਗਿਰਦਾ ਜੀ, ਕੋਈ ਦੇਖਦਾ ਨੀ ਕੀ ਇਹਦੇ ਚ ਬਚਦਾ ਕੀ ਨਹੀਂ ਬਚਦਾ। ਮੈਂ ਤਾਂ ਹੈਰਾਨ ਹਾਂ ਵੀ ਸਾਡੀ ਹਿੰਮਤ ਨੀ ਪਈ, ਸਾਡੇ ਤੋਂ ਬੜੇ ਮਗਰ ਆਏ। ਉਹ ਇੱਕ ਜਿਹੜਾ ਲਾਇਆ ਉਹਨਾਂ ਨੇ ਚੱਲ ਕੰਪਨੀ ਖੋਲ ਲਈ, ਜਿੱਥੋਂ ਲੋਡ ਚੱਕਣ ਗਏ ਚੱਕ ਬਾਈ ਪਾ ਦੋ ਕੱਟ। ਮੇਰੀ ਹਿੰਮਤ ਨੀ ਪਈ, ਮੈਨੂੰ 22 ਸਾਲ ਹੋ ਗਏ ਇਸ ਲਾਈਨ 'ਚ, ਕੱਟ ਲੈ ਚੱਕ ਲੋ, ਮੈਂ ਖੜੇ ਰੱਖੇ, ਕਿਉਂ ਲੋਕਾਂ ਦੀਆਂ ਗਾਲਾਂ ਨੀ ਸੁਣਾਉਂਦੀਆਂ। ਪਰ ਮੈਂ ਗਿੱਲ ਸਾਹਿਬ ਇਸ ਗੱਲੋਂ ਹੈਰਾਨ ਆ ਕਿ ਜੋਬ ਬੜੀ ਹਾਰਡ ਆ ਪਰ ਆਪਣੇ ਲੋਕੀ ਸਮਝ ਨਹੀਂ ਗਏ। ਇੱਕ ਵਾਰੀ ਮੈਂ ਪਹਿਲੀ ਗੱਲ ਟੀਮ ਮੈਂ ਚਲਾਇਆ, ਜੇ ਮੈਂ ਇੱਕ ਵਾਰੀ ਗਿਆ ਹੈ ਨਾ ਕੈਲੀਫੋਰਨੀਆ ਨੂੰ, ਮੈਨੂੰ 5 ਦਿਨ ਉੱਥੇ ਲੋਡ ਹੀ ਨੀ ਮਿਲਿਆ। ਹਾਂਜੀ, ਦੇਖੋ ਗੋਰੇ ਘੱਲਦੇ ਆ, ਉਹ ਕਹਿੰਦੇ ਤੁਹਾਡਾ ਲੋਡ ਆਈ ਸੀ ਨੂੰ ਉੱਥੇ ਰੈਡੀ ਆ ਮੁੜ ਕੇ ਆਉਣ ਨੂੰ। ਸਾਡੇ ਬੰਦੇ ਕਹਿੰਦੇ ਜਾ ਤਾਂ ਸਹੀ ਕਰ ਲਾਂਗੇ, ਮੈਂ ਹਾਰ ਕੇ ਤੁਸੀਂ ਬਲੀਵ ਕਰਿਓ। ਮੈਂ ਕੈਲੀਫੋਰਨੀਆ ਤੋਂ ਖਾਲੀ ਟਰੱਕ ਭਜਾ ਲਿਆ 5ਵੇਂ ਦਿਨ, ਮੈਂ ਕਿਹਾ ਫੜੋ ਟਰੱਕ, ਮੈਂ ਨੀ ਮੁੜ ਕੇ ਜਾਣਾ। ਪਤਾ ਨੀ ਲੋਕੀ ਕਿੱਦਾਂ ਸਰਵਾਈਵ ਕਰ ਰਹੇ, ਓਨਰ ਆਪਰੇਟਰ ਕੋਪੜੀਆਂ ਧੜਾ ਧੜ ਖੁੱਲੀ ਜਾਂਦੀਆਂ, ਕੋਈ ਪੰਜਾਬੀ ਟ੍ਰੇਨਿੰਗ ਨੀ ਦੇ ਰਿਹਾ ਕਿਸੇ ਨੂੰ। ਤੇ ਬਾਕੀ ਭਾਈ ਸਾਹਿਬ ਨੇ ਗੱਲ ਬੜੀ ਵਧੀਆ ਕੀਤਾ ਸੀ, ਆਪਾਂ ਸੋਚ ਸਕਦੇ ਹਾਂ ਇਹ ਤਾਂ ਇੱਡੀ ਬਿਗ ਜੋਬ ਆ ਟਰੱਕਾਂ ਵਾਲੀ। ਮੈਂ ਕਹਿੰਦਾ ਪਲੇਨ ਚਲਾਉਣਾ ਸੌਖਾ, ਉਹ ਹਾਰਡ ਜੋਬ ਹੈ, ਲੋਕਾਂ ਨੂੰ ਸਮਝਣਾ ਚਾਹੀਦਾ। ਏਦਾਂ ਜ਼ਿੰਦਗੀਆਂ ਦਾ ਨੁਕਸਾਨ ਹੋਇਆ, ਚਲੋ ਐਕਸੀਡੈਂਟ ਤਾਂ ਹੋਇਆ ਪਰ ਉਹਦੇ ਵਿੱਚ ਬਹੁਤ ਅਣਗਹਿਲੀ ਸੀ ਬੰਦੇ ਦੀ। ਧੰਨਵਾਦ ਜੀ, ਤੁਸੀਂ ਲੋਕਾਂ ਨੂੰ ਜਾਗਰਤ ਕਰਦੇ। ਥੈਂਕ ਯੂ ਵੀਰ ਜੀ। ਮਾਗੜ ਸਾਹਿਬ ਲਾਈਨ ਆਏ ਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ, ਆਪਣਾ ਮੈਂ ਤੁਹਾਡੇ ਦੇ 3-4 ਕਾਲਰ ਸੁਣੇ ਨੇ ਲਾਸਟ, ਬਹੁਤ ਵਧੀਆ ਗੱਲਾਂ ਉਹਨਾਂ ਨੇ ਕੀਤੀਆਂ। ਐਲ ਐਮ ਆਈ ਬਾਰੇ ਗੱਲ ਵੀ ਹੋਈ, ਟ੍ਰੇਨਿੰਗ ਦੀ ਗੱਲ ਵੀ ਹੋਈ। ਮੈਨੂੰ ਵੀ 2 ਸਾਲ ਹੋਏ ਨੇ ਜੀ, ਮੈਨੂੰ ਇੱਥੇ ਆਪਣਾ ਕੈਨੇਡਾ 'ਚ 2.5 ਹੋ ਗਏ ਹੁਣ ਲੱਗਦਾ, ਵੀ ਐਲ ਐਮ ਆਈ 'ਤੇ ਸਟਿਲ ਮੈਂ ਐਲ ਐਮ ਆਈ 'ਤੇ ਹਾਂ ਅਤੇ ਬੀ ਏ ਸੀ ਦੇ ਵਿੱਚ ਮੈਂ ਲਾਇਸੈਂਸ ਲਿਆ। ਕਹਿੰਦੇ ਬੀ ਏ ਸੀ ਦੇ ਵਿੱਚ ਬਹੁਤ ਹਾਰਡ ਲਾਇਸੈਂਸ ਬਣਦਾ ਅਤੇ ਪਹਿਲੀ ਵਾਰ ਮੈਂ ਟੈਸਟ ਪਾਸ ਕੀਤਾ। ਚਲੋ ਮੈਂ ਮੇਰਾ ਉੱਥੇ ਟੈਕਸੀ ਵੀ ਚਲਾਈ ਆ, 5-6 ਸਾਲ ਟਰੱਕ ਵੀ ਚਲਾਇਆ। ਜਿਹੜੀ ਗੱਲ ਆ ਐਕਸਪੀਰੀਅੰਸ ਮੈਟਰ ਕਰਦਾ ਵਾ, ਉੱਥੋਂ ਅਸੀਂ ਇੰਡੀਆ ਤੋਂ ਟਰੈਕਟਰ ਟਰਾਲੀਆਂ ਚਲਾਉਂਦੇ ਆਏ ਹਾਂ, ਕੋਈ ਇਹ ਨਹੀਂ ਹੈਗਾ ਵੀ ਉੱਥੋਂ ਸਿੱਧਾ ਸਾਈਕਲ ਚਲਾ ਕੇ ਅਸੀਂ ਰਿਕਸ਼ੇ ਚਲਾ ਕੇ ਹਨਾ ਟਰੱਕਾਂ ਦੇ ਚੜ੍ਹ ਗਏ। ਸਹੀ ਗੱਲ ਆ ਪੇਸ਼ੈਂਸ ਦੀ, ਜਿੱਦਾਂ ਰੰਡਿਆਲੇ ਵਾਲਾ ਵੀ ਉਹ ਕਹਿੰਦਾ ਹੁੰਦਾ ਵੀ ਪੇਸ਼ੈਂਸ ਦਾ ਧੰਦਾ ਹਨਾ, ਇਹ ਵੀ ਈਜ਼ੀ ਲੈ ਜਾਂਦੇ ਨੇ। ਇਹਦੇ ਵਿੱਚ ਕਾਹਲੀ, ਜਿੱਦਾਂ ਕਹਿ ਲਓ ਵੀ ਨਾ ਰੇਸ, ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਸੀ, ਕਾਹਲੀ ਉਹ ਮਾਰਦੀ ਆ, ਕਾਹਲੀ ਮਾਰਦੀ ਆ। ਜਿੱਦਾਂ ਉੱਥੇ ਕਹਿ ਲਓ ਵੀ ਕੋਈ ਗੱਡੀ ਵਾਲਾ ਪਾਸ ਮਾਰ ਜਾਵੇ ਉੱਥੇ, ਜਾਂ ਬੱਸ ਵਾਲਾ ਪਾਸ ਮਾਰ ਜਾਵੇ, ਮੁੱਛਾਂ ਨੂੰ ਵੱਟ ਦੇ ਗਏ ਹਨਾ, ਮੇਰੇ ਵਰਗਾ ਚੌੜ ਚੜੀ ਇਹਨੂੰ ਪਿੱਛੇ ਛੱਡਾਂ ਮੈਂ, ਚੱਕਰ ਉੱਥੇ ਚੱਲਦਾ। ਹੁਣ ਫੋਨ ਤੇ ਕਾਨਫਰੰਸ, ਅਨਲਿਮਿਟਡ ਫੋਨ ਨੇ, ਫੋਨ ਤੇ ਲੱਗੇ ਹੋਏ ਨੇ, ਬਾਈ ਕਿੱਥੇ ਆ ਤੂੰ, ਆ ਬ੍ਰੇਕ ਚੱਕ ਤੇ ਲੈ ਆ ਗਿਆ, ਮੈਂ ਤੇਰੇ ਪਿੱਛੇ ਹੀ ਆ ਗਿਆ, ਖੜ ਸਹੀ ਤੂੰ ਇੱਥੇ ਹਨਾ। ਇਹ ਸਾਰੀ ਇਹ ਗੱਲਬਾਤ ਆ ਜੀ। ਬਾਕੀ ਐਲ ਐਮ ਆਈ ਆ ਦੀ ਜਿਹੜੀ ਗੱਲਬਾਤ ਆ, ਉਹ ਵੀ ਕਿਸੇ ਹੱਦ ਤੱਕ ਬਾਈ ਉਹਨਾਂ ਦੀ ਸਹੀ ਆ ਹਨਾ। ਅਨਟ੍ਰੇਨਡ ਮੁੰਡੇ ਨੇ ਟਰੱਕਾਂ ਦੇ ਚੜੇ ਹੋਏ, ਉਹਨਾਂ ਨੂੰ ਪਤਾ ਨੀ ਹਨਾ, ਤੇ ਟ੍ਰੇਲਰ ਭੰਨਦੇ ਨੇ, ਬੈਕ ਲਾਉਂਦੇ, ਨੁਕਸਾਨ ਕਰਦੇ ਨੇ ਕੰਪਨੀਆਂ ਦਾ ਵੀ। ਥੋੜਾ ਜਿਹਾ ਕੰਪਨੀ ਵਾਲਿਆਂ ਨੂੰ ਵੀ ਚਾਹੀਦਾ ਵੀ ਹਨਾ ਟ੍ਰੇਨਿੰਗ ਦੇਣ, 2-3 ਮਹੀਨੇ ਕਿਸੇ ਪ੍ਰੋਫੈਸ਼ਨਲ ਡਰਾਈਵਰ ਨਾਲ ਚਾੜਨ ਟੀਮ 'ਚ। ਤੇ ਬਾਕੀ ਹੁਣ ਇਹ ਆ ਜੀ, ਮੁੰਡੇ ਜਿਹੜੇ ਚਲੋ ਬਾਕੀ ਕੰਟਰੀਆਂ ਤੋਂ, ਦੁਬਈ ਤੋਂ ਆਉਂਦੇ ਨੇ ਜਾਂ ਹੋਰ ਕੰਟਰੀਆਂ ਤੋਂ, ਉਹਨਾਂ ਨਾਲ ਧੱਕਾ ਵੀ ਵਿਚਾਰਿਆਂ ਨਾਲ ਬਹੁਤ ਹੁੰਦਾ ਹਨਾ। ਕਈ ਕੰਪਨੀਆਂ ਕਰਦੇ ਬਿਲਕੁਲ ਵੀ ਚੱਲ ਮਿੱਤਰਾ ਯਾਰ ਵੀ ਚੱਕ, ਕਹਿੰਦੇ ਹੁੰਦੇ ਨੇ ਟਿਫਨ ਵਾਪਸ, ਚੱਲ ਨਹੀਂ ਤੇਰੀ ਐਲ ਐਮ ਆਈ ਹੋ ਗਈ ਕੈਂਸਲ। ਉਹ ਵਿਚਾਰਾ ਮਾਤੜ ਬੰਦਾ ਜਿਹੜਾ 15-20 ਲੱਖ ਰੁਪਇਆ ਲਾ ਗਿਆ, ਕਿੱਥੋਂ ਪੂਰਾ ਕਰੂਗਾ ਜੀ। ਜਗਦੀਪ ਸਿੰਘ ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਥੋੜੀ ਜਿਹੀ ਨਾ ਦੂਸਰੇ ਐਂਗਲ ਤੋਂ ਵੀ ਇੱਕ ਗੱਲ ਕਰਨੀ ਚਾਹੁੰਦਾ ਵੀ ਤੁਸੀਂ ਕਿੰਨੇ ਟਾਕ ਸ਼ੋ ਕਰੇ ਹੋਣੇ, ਵੀ ਆਪਣਾ ਨਾ ਦੇਖ ਕੇ ਪੰਗਾ ਲਓ, ਚਾਦਰ ਦੇਖ ਕੇ ਪੈਰ ਪਸਾਰੋ ਹਨਾ। ਜੇ ਹੁਣ ਪੰਗੇ ਵੱਡੇ ਲੈਂਦੇ ਆ ਫਿਰ ਆਪਾਂ ਨੂੰ ਡਿਸਪੈਚਰਾਂ ਦੀਆਂ ਮਿੰਨਤਾਂ ਵੀ ਕਰਨੀਆਂ ਪੈਂਦੀਆਂ, ਕੰਪਨੀ ਦੀਆਂ ਮਿੰਨਤਾਂ ਵੀ ਕਰਨੀਆਂ ਪੈਂਦੀਆਂ। ਜੇ ਆਪਣਾ ਪੰਗਾ ਹੀ ਉਹਨਾਂ ਲਿਆ ਹੋਵੇ ਵੀ ਡਿਸਪੈਚਰ ਦੀ ਐਸੀ ਤੇ ਐਸੀ, ਨਾਲੇ ਕੰਪਨੀ ਦੀ, ਤੋਤਿਆਂ ਨੂੰ ਵਾਗ ਬਥੇਰੇ ਹੁੰਦੇ ਆ ਜੀ,
ਜਦੋਂ ਹੁਣ ਤੁਸੀਂ ਆਪਣਾ ਪੰਗਾ ਜ਼ਿਆਦਾ ਲੈ ਕੇ ਕਈ ਵਾਰ ਆਪਾਂ ਇੰਨਾ ਥੱਲੇ ਗਿਰ ਜਾਂਦੇ ਹਾਂ, ਯਕੀਨ ਮੰਨਿਓ ਮੇਰੇ ਸਾਹਮਣੇ ਮੈਂ ਬਹੁਤ ਬੰਦੇ ਮਿੰਨਤਾਂ ਕਰਦੇ ਦੇਖੇ ਆ ਵੀ ਮੇਰੇ ਫਲਾਣੇ ਘਰ ਦੀ ਪੇਮੈਂਟ ਉੱਡ ਜਾਣੀ ਆ, ਮੇਰਾ ਐਂ ਹੋ ਜਾਣਾ, ਮਤਲਬ ਇਹ ਨੀ ਹੈਗਾ ਵੀ ਕੰਮ ਨੀ ਮਿਲਦਾ ਹੁੰਦਾ ਉਹਨਾਂ ਨੂੰ, ਕੰਮ ਸਕੈਡਿਊਲ ਦੇ ਹਿਸਾਬ ਨਾਲ ਸਭ ਨੂੰ ਮਿਲਦਾ ਹੁੰਦਾ, ਕੰਪਨੀ ਚ ਪ੍ਰੋਬਲਮ ਹੈਗੀ ਹੋਏਗੀ ਵੀ ਧੱਕਾ ਕਰਦੀਆਂ ਚ ਕੋਈ ਦੋ ਰਾਵਾਂ ਨੀ ਹੈਗੀਆਂ, ਪਰ ਜੇ ਤੁਸੀਂ ਆਪਣਾ ਇੰਡੀਵਿਜੁਅਲ ਵੀ ਸੋਚੋਗੇ ਤਾਂ ਬੰਦਿਆਂ ਦੀਆਂ ਆਪਣੀਆਂ ਵੀ ਬਹੁਤ ਵੱਡੀਆਂ ਆਪਣੀ ਪ੍ਰੋਬਲਮ ਕਿਸੇ ਨੀ ਦੱਸਣੀ, ਮਤਲਬ ਦੂਜੇ ਇੱਕ ਦੂਜੇ ਕਹਿੰਦੀ ਉਂਗਲੀ ਕਰਨੀ ਹੈ ਜੀ ਵੀ ਆਹ ਹੁੰਦਾ ਫਲਾਣਾ ਕਰਦਾ, ਆਪਣੇ ਪੰਗਿਆਂ ਕਰਕੇ ਮਿੰਨਤਾਂ ਕਰਨੀਆਂ ਪੈਂਦੀਆਂ, ਆਪਾਂ ਨੂੰ ਮਿੰਨਤਾਂ ਕਰਨ ਦੀ ਲੋੜ ਨਾ ਹੋਵੇ, ਜਦ ਆਪਾਂ ਇਹ ਚੀਜ਼ ਗੱਲ ਕਰ ਰਹੇ ਹਾਂ ਭਾਈ ਚਾਦਰ ਦੇਖ ਕੇ ਪੈਰ ਪਸਾਰੋ, ਕੋਈ ਚੱਕਰ ਨੀ, ਇੱਕ ਕੰਪਨੀ ਹੋਊਗੀ ਦੂਜੀ, ਆਪਾਂ ਤਾਂ ਕੰਪਨੀ ਦਾ ਆਪਣਾ ਬੇੜਾ ਗਰਕ ਕਰਿਆ ਵਾ ਆਪਣੇ ਦੇਸੀਆਂ ਨੇ, ਕੋਈ ਦੋ ਰਾਮਾਂ ਨੇ, ਸਭ ਨੂੰ ਪਤਾ ਵੀ ਗੋਰਿਆਂ ਦੀਆਂ ਕੰਪਨੀਆਂ ਵਧੀਆ, ਜਿਹੜਾ ਗੋਰੇ ਦੀ ਕੰਪਨੀ ਕੰਮ ਕਰਦਾ ਫਿਰ ਵੀ ਖੁਸ਼ਹਾਲ ਆ, ਸਾਰਾ ਲੁੱਟ ਮਚਾ ਜਿੰਨਾ ਵੀ ਆਪਣੀ ਕੰਪਨੀ ਚ ਹੋਵੇ, ਪਰ ਹੁਣ ਜੇ ਮੈਂ ਹੀ ਹਟੂੰਗਾ ਨੀ ਪੰਗਾ ਲੈਣ ਤੇ, ਮੇਰੇ ਫਲਾਣੇ ਦੀ ਪੇਮੈਂਟ ਟੁੱਟ ਗਈ, ਫਲਾਣਾ ਮੈਡਾ ਟਰੱਕ 60,000 ਦਾ ਘਰ ਵਾਸਤੇ ਲੈ ਲਿਆ, ਘਰ ਵਾਲੀ ਨੂੰ ਨਵੀਂ ਗੱਡੀ ਦੇਤੀ, ਨਿਆਣੇ ਨੂੰ ਦੇਤਾ ਲੈ ਕੇ ਦੇਤਾ, ਫਿਰ ਤਾਂ ਮੈਂ ਹੀ ਭੁਗਤਣਾ ਜੀ, ਫਿਰ ਆਪਾਂ ਦੂਜਾ ਕਹਿੰਦੇ ਉਂਗਲੀ ਨੀ ਚੱਕ ਸਕਦੇ ਗਿੱਲ ਸਾਹਿਬ, ਬਿਲਕੁਲ ਆਹੀ ਕਹਿਣਾ ਸੀਗਾ ਜੀ, ਥੈਂਕ ਯੂ, ਧੰਨਵਾਦ ਵੀਰ ਜੀ। 1:24 ਹੋਏ, ਪਿੰਡਾਂ ਦੀਆਂ ਸਾਦਗੀ ਭਰੀਆਂ ਸੱਚੀਆਂ ਜਿਹੜੀਆਂ ਗੱਲਾਂ ਹੁੰਦੀਆਂ ਪਿੰਡ ਦੀਆਂ, ਮੇਰਾ ਪਿੰਡ ਮੇਰੇ ਖੇਤ ਚ ਅੱਜ ਮੈਂ ਵਿਚਾਰਨੀਆਂ ਨੇ, ਬਹੁਤ ਗੱਲ ਵਧੀਆ ਕਰਦੇ ਪਰ ਉਹਨਾਂ ਚ ਬਹਿਣਾ ਪੈਂਦਾ, ਦੋ ਤਿੰਨ ਠੀਹੇ ਹੁੰਦੇ ਨੇ ਬਾਹਰ ਟੋਭੇ ਦੇ ਕੰਢੇ, ਉੱਪਰ ਟੀਨ ਦੀਆਂ ਛੱਤਾਂ ਪਾਈ ਬੈਠੇ ਹੁੰਦੇ ਨੇ, ਦਰਵਾਜੇ ਬੈਠੇ ਆ ਇੱਕ ਸਾਡੇ, ਇੱਕ ਅੱਧ ਚ ਥੜਾ ਬਣਾਇਆ ਜਿੱਥੇ ਸੀਫ ਚੱਲਦੀ ਆ ਫੱਫੇ ਵਾਲੀ, ਉਹਨਾਂ ਕੋਲ ਬਹਿਣਾ ਪੈਂਦਾ, ਕਈ ਵਾਰ ਆਥਣੇ ਆਉਂਦੇ ਹੋਏ ਗੱਡੀ ਚੋਂ ਉੱਤਰ ਕੇ ਉੱਥੇ ਹੀ ਬਹਿ ਜਾਣਾ ਬਈ ਇਹਨਾਂ ਕੋਲੇ ਬਹਿਣਾ, ਮੈਂ ਉਹਨਾਂ ਤੋਂ ਚਲੋ ਨਾਲ ਦੇ ਨੂੰ ਕਹਿਣਾ ਘਰੇ ਕਿਵੇਂ ਆ ਹੁਣ ਸਾਡੇ ਚ ਬਹਿੰਦਾ ਨੀ ਤੂੰ, ਨਾ ਵੀ ਤੇਰੀ ਨਾਲੇ ਆਹ ਪੈਂਟ ਹੈ ਜਿਹੜੀ ਇਹਦੇ ਨਾਲ ਤੇਤੇ ਚ ਆਪਣੀ ਮਾਰ ਹੋਣੀ, ਇੱਕ ਮੈਨੂੰ ਕਹਿੰਦਾ, ਫਿਰ ਕੁੜਤੇ ਪਜਾਮੇ ਚ ਕਹਿੰਦਾ ਲੈ ਬਾਈ ਬਹਿ ਕੇ ਥੱਲੇ ਧੋਣਾ ਹੀ ਆ ਕੱਲ ਨੂੰ, ਉਹ ਕਹਿੰਦਾ ਨਾਲ ਬਹਿ ਸਾਡੇ, ਫਿਰ ਸੁਣਾਉਣਾ ਹੋਰ ਸੁਣਾ ਤੇਰੇ ਦੇਸ਼ ਦਾ ਕਿਵੇਂ ਆ। ਅੱਛਾ ਉੱਥੇ ਇਹ ਗੱਲ ਠੀਕ ਆ ਵੀ ਮੱਲੀ ਤਾਏ ਦੀ ਵੀ ਮੇਮਾ ਆਮ ਨੇ ਬਈ ਉੱਥੇ, ਉਹ ਕਹਿੰਦਾ ਯਾਰ ਉਹ ਦੇਸ਼ ਮੇਮਾ ਦਾ ਆਮ ਦਾ ਕੀ ਮਤਲਬ, ਉਹ ਦੇਸ਼ ਉਸ ਰੱਖੇ ਲੋਕਾਂ ਦਾ, ਆਮ ਕਿਵੇਂ ਕਹਿੰਦੇ ਹੋ, ਜਿਵੇਂ ਇੱਥੇ ਕਹਿ ਦਈਏ ਆਪਣੇ ਪਿੰਡਾਂ ਚ, ਜੇ ਕੋਈ ਕਹਿ ਦੇਵੇ ਅੰਗਰੇਜ਼ ਬਾਹਰਲਾ ਬੈਠਾ ਵੀ ਉੱਥੇ ਪੰਜਾਬਣਾ ਆਮ ਨੇ, ਕੀ ਕਹੋਗੇ ਤੁਸੀਂ, ਹੁਣ ਆਮ ਹੀ ਨੇ ਆਹ ਬੀਬੀ ਚਾਚੀ ਤਾਈ ਹੋਣੀਆਂ ਤੁਰੀਆਂ ਫਿਰਦੀਆਂ ਭਰਜਾਈ ਉਹ ਆਉਂਦੀ ਆ, ਉਹ ਕਹਿੰਦਾ ਇਹਦਾ ਛੱਡ ਤੂੰ ਭਰਜਾਈ ਦੀ ਗੱਲ ਨਾ ਕਰ, ਇਹ ਤਾਂ ਬਹੁਤ ਕਸਮੀ ਹੈ, ਕੱਲ ਇੰਨਾ ਲੜੀ ਲੈ ਸੁਣ ਲੈ, ਕਹਿੰਦਾ ਪਰਸਿੰਨੀ ਦਾ ਬਾਲਾ ਤੱਤਾ ਸਵਾ ਸੀਪ ਖੜਦਾ ਤਾਇਆ, ਕਹਿੰਦਾ ਕਹਿੰਦਾ ਦੇਖੀ ਹੁਣ ਸੈਂਪਲ ਭਤੀਜ ਕਿਵੇਂ ਸਕਾਈ ਲੈ ਵਾਂਗੂ ਆਉਂਦੀ ਆ ਮੱਛੀ ਹੋਈ, ਨਾਲੇ ਉੱਚੀ ਹੋ ਕੇ ਕਹੀ ਗਿਆ, ਆਪਾਂ ਤਾਂ ਸ਼ੇਰਾ ਉਈ ਅੱਡੀਆਂ ਚੱਕ ਕੇ ਫਾਹਾ ਲੈਂਦੇ ਆ, ਜਿਹੜੇ ਕੀਲਿਆਂ ਦੇ ਜ਼ੋਰ ਤੇ ਸਿਹਰੇ ਬੰਨ ਬੰਨ ਟੁੱਕੀ ਜਾਂਦੇ ਆ, ਆਹ ਪਾਂਡੂ ਸਿਆਣੇ ਦੀ ਜਿਹਨਾਂ ਨੇ ਪੰਜਾਂ ਨੇ ਇੱਕ ਨਾਲੇ ਵਿਆਹ ਕਰਾਇਆ ਸੀ, ਜੇ ਕਿਸੇ ਨੇ ਪੁੱਛਣਾ ਵੀ ਤਾਇਆ ਮਤਲਬ ਜਾਣੀ ਕੀ, ਤਾਏ ਨੇ ਕਹਿਣਾ ਉਹ ਕਿਤੇ ਭਤੀਜ ਇਕੱਲੇ ਕਹਿ ਰਹੇ ਤੇ ਵੱਸਦਾ ਰੋਗ ਥੋੜਾ, ਇਹ ਮੇਰੇ ਸਰ ਦਾ ਕੱਟੂ ਬਛਰੂ ਨੀ ਲੋਟ ਆਉਂਦੇ, ਉੱਪਰੋਂ ਆਂਢ ਗੁਆਂਢ ਦੀਆਂ ਬੁੜੀਆਂ ਚ ਤੇਰੀ ਤਾਈ ਵਰਗੀ ਜੱਕੜਾ ਮਾਰ ਮਾਰ ਕਹੀ ਜਾਊ, ਆਖੇ ਸਾਡੇ ਵਾਲਾ ਗਿਆਨੀ ਤਾਂ ਪਤਾ ਹੀ ਨੀ, ਉਹਨੂੰ ਤਾਂ ਦੁਨੀਆਦਾਰੀ ਦਾ ਭੋਰਾ ਪਤਾ ਨੀ, ਤਾਇਆ ਪੂਰਾ ਮਹਿਲ ਹੋਇਆ ਬੈਠਾ ਜੀ, ਤਾਏ ਨੇ ਕਹਿਣਾ ਕਹਿੰਦਾ ਭਤੀਜ ਜੀ ਦਾ ਹੱਥ ਮਹਾਰਾਜ ਦੀ ਹਜ਼ੂਰੀ ਚ ਫੜੀਏ ਨਾ ਫਿਰ, ਜੇ ਮੈਂ ਕਹਿੰਦਾ ਤਾਇਆ ਤੂੰ ਤਲਾਕ ਦੇ, ਕਹਿੰਦਾ ਜਿਹੜਾ ਮਹਾਰਾਜ ਦੀ ਹਜ਼ੂਰੀ ਚ ਹੱਥ ਫੜੀਏ ਫਿਰ ਇਹੋ ਜਿਹੀ ਗੱਲ ਮੱਲਾ ਸੋਚੀ ਨੀ ਹੁੰਦੀ, ਤੇਰੀ ਤਾਈ ਕੌੜੀ ਕੱਬੀ ਜੋ ਵੀ ਹੈ ਉੱਪਰੋਂ ਅੰਦਰੋਂ ਨੇਰੀ ਮੋਮ ਹੈ ਮੋਮ, ਪੰਜਾਬ ਦੀਆਂ ਵਗਦੀਆਂ ਕੱਸੀਆਂ ਦਾ ਪਾਣੀ ਪੀ ਕੇ ਪੜੀ ਆ ਐਨ ਸ਼ੁੱਧ, ਪੰਜਾਬ ਦੀਆਂ ਜੰਮੀਆਂ ਦੇ ਸੁਭਾਅ ਹੀ ਅੜਬ ਨੇ, ਮੁੜ ਕੇ ਇਹੋ ਜਿਹੀ ਗੱਲ ਨਾ ਕਰੀ, ਨਾਲੇ ਗੁੱਸੇ ਵਾਲੀ ਊ ਨੀ, ਕਈ ਵਾਰ ਹਸਾਉਂਦੀ ਵੀ ਬਹੁਤ ਹੈ। ਉਦੋਂ ਤਾਈ ਨੇ ਹਾਕ ਮਾਰ ਕੇ ਦੂਰੋਂ ਕਿਹਾ ਨਾ ਹੁਣ ਇੱਥੇ ਸਿਵ ਸਰਜਣ ਬਣਿਆ ਬੈਠਾ ਕੱਟੂ ਰਿਸ਼ਤੇਦਾਰੀ ਬਾੜ ਦੀਏ, ਇਹਨਾਂ ਨੂੰ ਵੀ ਪਾਣੀ ਧਾਣੀ ਪਿਲਾ ਕੇ, ਤਾਏ ਨੇ ਪੱਤੇ ਸਿੱਟੇ ਉੱਠ ਕੇ ਕਹਿੰਦਾ ਚੱਲੀਏ ਭਤੀਜ, ਬਿਜਲੀ ਫੂਜ ਡਾਉਣੇ ਵਾਲੀ ਹੋਈ ਪਈ ਆ, ਨਹੀਂ ਅੜਾ ਦੂ। ਇਹ ਗੱਲ ਦਾਊ ਮਾਜਰਾ ਲਿਖਦਾ, ਬੈਠੇ ਬੈਠੇ ਉਹ ਕਹਿੰਦਾ ਵੀ ਆਮ ਨੇ ਉੱਥੇ, ਮੈਂ ਤੈਨੂੰ ਕਿਹਨੇ ਕਹਿੰਦਾ, ਮੱਲੀ ਤਾਇਆ ਜਦ ਮੁੜ ਕੇ ਆਇਆ ਸੀ ਅਮਰੀਕਾ ਤੋਂ, ਉਹ ਇੱਕ ਤੁਹਾਡਾ ਸ਼ਬਦ ਉੱਥੇ ਵਰਤਦਾ ਸੀ, ਮੈਂ ਕਿਹੜਾ, ਕਹਿੰਦਾ ਇੱਕ ਵਾਰ ਤੁਹਾਡੇ ਉੱਥੇ ਘਰ ਇੱਕੋ ਜਿਹੇ ਨੇ, ਮੈਂ ਹਾਂ, ਕਹਿੰਦਾ ਉੱਥੇ 10 ਮੰਜ਼ਿਲਾ ਚਵਾਰਾ ਸੀ ਜਿਹਦੇ 'ਚ ਇਹਦੇ ਮੁੰਡੇ ਦਾ ਦਹਿਲਾ ਚਵਾਰਾ ਸੀ, ਮੈਂ ਸਮਝ ਗਿਆ ਵੀ ਅਪਾਰਟਮੈਂਟ, ਕਹਿੰਦਾ ਪੂਰਾ ਤਿਆਰ ਹੋਇਆ ਬੈਠਾ ਸੀ, ਐਨ ਕੱਸਿਆ ਹੋਇਆ ਸੀ, ਧੁੱਪ ਸੀ ਪੂਰੀ, ਐਨ ਬਣਿਆ ਬੈਠਾ ਸੀ, ਕਹਿੰਦਾ ਮੱਲੀ ਤਾਇਆ ਕਹਿੰਦਾ ਇੱਕੋ ਜਿਹੇ ਚਵਾਰੇ ਭਜਨੇ ਆ, ਮੈਂ ਚੜ ਗਿਆ ਉੱਪਰ, ਕਹਿੰਦਾ ਮੈਨੂੰ ਔਟਲ ਗਿਆ ਮੈਂ, ਲਿਫਟ ਜਿਹੜੀ ਚੱਲਦੀ ਤੀ, ਮੈਂ ਕਹਿੰਦਾ ਕਿਤੇ ਹੋਰ ਹੀ ਮੰਜ਼ਿਲ ਤੇ ਚੜ ਗਿਆ, ਜਿਹਦਾ ਦਰਵਾਜ਼ਾ ਖੜਕਾ ਮਾ ਅੰਦਰੋਂ ਕਹਿੰਦਾ ਹੋਰ ਨਿਕਲਿਆ ਵੇ, ਕਹਿੰਦਾ ਆਥਣੇ ਜਦ
ਰਤਨ ਆਇਆ ਕਹਿੰਦਾ ਮੈਂ ਰਤਨ ਨੂੰ ਕਿਹਾ ਬਈ ਭਾਈ ਮੈਨੂੰ ਪਿੰਡ ਵੜਦੇ ਕਰੋ ਤੁਸੀਂ ਇੱਥੇ ਤਾਂ 10 ਚਿਵਾਰਿਆਂ 'ਚ ਮੈਂ ਤਾਂ ਕਮਲਾ ਹੋ ਗਿਆ ਕਹਿੰਦਾ ਰਤਨ ਜਾਂ ਰਤਨ ਆਇਆ ਬਾਹਰ ਬੈਠਾ ਉਹ ਕਹਿੰਦਾ ਬਾਪੂ ਤੂੰ ਬਾਹਰ ਬੈਠਾ ਕਹਿੰਦਾ ਮੈਂ ਅੰਦਰੋਂ ਨਿਕਲ ਗਿਆ ਸੀ ਨਿਕਲ ਤੋਂ ਬਾਅਦ ਨਾਂ ਨੰਬਰ ਮੈਨੂੰ ਸਿਰ ਨਾਵਾਂ ਪਤਾ ਨਹੀਂ ਸੀ ਸਾਰੇ ਚਵਾਰੇ ਇੱਕੋ ਜਿਹੇ ਮੈਂ ਤਾਂ ਖੜਕਾ ਖੜਕਾ ਲੋਕਾਂ ਦੇ ਥੱਕ ਗਿਆ ਚਵਾਰੇ ਪੌੜੀਆਂ ਚੜ ਗਿਆ ਕਦੇ ਉੱਤਰ ਗਿਆ ਮੈਨੂੰ ਆਪਣਾ ਚਵਾਰਾ ਨਹੀਂ ਮੱਲਾ ਲੱਭਿਆ ਕਹਿੰਦਾ ਜਿਹਨੂੰ ਪੁੱਛ ਉੱਥੇ ਬੀਜੀ ਆ ਜਿਹੜਾ ਕਹੇ ਬੀਜੀ ਆ ਇਹ ਬੀਜੀ ਕਿਹਨੂੰ ਕਹਿੰਦੇ ਨੇ ਉਹ ਮੈਂ ਕਿਹਾ ਕੰਮ ਨੂੰ ਕਹਿੰਦੇ ਨੇ ਵੀ ਕੰਮ ਕਾਰ ਚ ਤੁਰੇ ਫਿਰੇ ਅੱਛਾ ਉਹਨੂੰ ਬੀਜੀ ਕਹਿੰਦੇ ਨੇ ਇੱਥੇ ਤਾਂ ਬੇਬਿਆਂ ਨੂੰ ਬੀਜੀ ਕਹਿੰਦੇ ਨੇ ਆਪਾਂ ਬੀਜੀ ਕਹਿੰਦੇ ਆ ਨੂੰਹਾਂ ਨਵੀਆਂ ਆਈਆਂ ਸੱਸਾਂ ਨੂੰ ਬੀਜੀ ਕਹਿੰਦੀਆਂ ਕਹਿੰਦਾ ਪੂਰਾ ਅੱਛਾ ਕਹਿੰਦੇ ਕਾਰਾਂ ਬਹੁਤ ਲੰਮੀਆਂ ਉੱਥੇ ਮੈਂ ਹਾਂ ਕਾਰਾਂ ਤਾਂ ਉੱਥੇ ਵੱਡੀਆਂ ਹੀ ਨੇ ਜਿਵੇਂ ਮਰਜ਼ੀ ਲਈ ਫਿਰ ਉਹ ਕਾਰਾਂ ਨੂੰ ਨੀ ਉੱਥੇ ਕੋਈ ਪੁੱਛਦਾ ਆਪਾਂ ਇੱਥੇ ਸਾਈਕਲਾਂ ਵਾਲਿਆਂ ਨੂੰ ਕਾਰਾਂ ਵੱਡੀਆਂ ਲੱਗਦੀਆਂ ਸੀ ਉੱਥੇ ਜਾ ਕੇ ਕਾਰਾਂ ਨੀ ਵਾਲੀਆਂ ਵੱਡੀਆਂ ਲੱਗਦੀਆਂ ਅੱਛਾ ਰਾਵੇ ਵੱਡੀ ਗੱਡੀ ਫਿਰ ਟਾਇਰ ਵੀ ਘਸਾਉਂਦੀ ਉਹ ਅੰਦਰੋਂ ਉੱਥੇ ਬੈਠਾ ਹਾਂ ਟਾਇਰ ਮੈਂ ਕਿਉਂਕਿ ਇੱਥੇ ਤਾਂ ਤੈਨੂੰ ਤੁਹਾਨੂੰ ਪਤਾ ਜ਼ਿਆਦਾ ਆਈ ਸੀ ਬੈਸਟਰ ਵਾਲਿਆਂ ਦੀ ਉਹ ਲੰਬੀ ਗੱਡੀ ਕੰਟੈਸ਼ਾ ਹਾਂ ਕਹਿੰਦਾ ਉਹ ਟਾਇਰ ਘਸਾਉਂਦੀ ਸੀ ਮੈਂ ਤੈਂ ਚਲਾਈ ਆ ਚਲਾਈ ਕਿਉਂ ਆ ਉੱਥੇ ਆੜਤੀਏ ਗੱਲ ਕਰਦੇ ਸੀ ਤਰਾ ਇਹ ਉਹ ਕਹਿੰਦੇ ਸਾਡੇ ਜਵਾਈ ਨੇ ਦਿੱਲੀ ਵਾਲੇ ਲੈ ਲਈ ਟਾਇਰ ਅੰਦਰੋਂ ਘਸਾਉਂਦੀ ਆ ਹਰ ਵਿਸ਼ੇ ਤੇ ਬੋਲਣਾ ਤੇ ਫਿਰ ਰਾਜਨੀਤੀ ਤੇ ਆ ਕੇ ਗੱਲ ਖੜਦੀ ਹੈ ਕਿਉਂ ਰਾਜਨੀਤੀ ਨਾਲ ਗੜੁੰਦ ਪਿੰਡ ਆਲੇ ਦੁਆਲੇ ਦੋ ਚੀਫ ਮਿਨਿਸਟਰ ਹੋਏ ਨੇ ਕੋਟਲੀ ਤੇ ਰਾੜੇ ਵਾਲਾ ਉਹਦੇ ਤੇ ਲਿਆ ਕੇ ਗੱਲ ਖੜਦੀ ਹੈ ਫਿਰ ਕਾਂਗਰਸ ਨੂੰ ਮਾਫ਼ੀ ਨਹੀਂ ਦਿੰਦੇ ਕਦੇ ਵੀ ਪੱਬਾਂ ਭਾਰ ਹੋ ਜਾਂਦੇ ਨੇ ਬੈਠੇ ਹੋਏ ਨਾ ਇਹਨਾਂ ਨੇ ਸਾਡਾ ਅੰਬਰਸਰ ਢਾਇਆ ਨਾਲੇ ਇਉਂ ਹੀ ਕਹਿੰਦੇ ਨੇ ਕਦੇ ਵੀ ਮਾਫ਼ੀ ਨਹੀਂ ਹੁੰਦੀ ਦਿਲ ਦੇ ਵਿੱਚੋਂ ਸੀਪ ਸਿੱਟਦੇ ਗੱਲਾਂ ਕਰਦੇ ਆਪਸ ਵਿੱਚ ਤੋਰਦੇ ਇੱਕ ਦੂਜੇ ਦੀਆਂ ਗੱਲਾਂ ਵੱਢਦੇ ਬਹਿਣਾ ਪੈਂਦਾ ਉਹਨਾਂ 'ਚ ਰਾਤ ਦੀਆਂ ਦਿਨ ਦੀਆਂ ਵਿਆਹਾਂ ਦੀਆਂ ਪੁਰਾਣੀਆਂ ਜਲ ਮਰਜ਼ੀ ਧੋ ਲਓ ਸਾਦਗੀ ਇੰਨੀ ਹੈ ਹਲੇ ਵੀ ਉਨੀਆਂ ਗੱਲਾਂ ਕਿਹੜੇ ਟਾਈਮ ਕੰਨ ਤੋਂ ਪਰਨਾ ਚੱਕਣਾ ਕਿਹੜੇ ਟਾਈਮ ਕੰਨ ਖੁਰਚਣਾ ਤੇ ਕਦ ਖੁਸ਼ ਹੋਣਾ ਤੇ ਕੰਮ ਦੀ ਪਰਵਾਹ ਹਰਾ ਫਰਾ ਲਿਆ ਕੇ ਸਵੇਰੇ ਕਿਉਂਕਿ ਹਾੜੀ ਸੌਣੀ ਵੇਲੇ ਤਾਂ ਨੀ ਲੱਭਦੇ ਹੁੰਦੇ ਹਾੜੀ ਸੌਣੀ ਵੇਲੇ ਤਾਂ ਸੱਤਾਂ ਖਾਲੀ ਨੇ ਆਹ ਦਿਨਾਂ 'ਚ ਹੁਣ ਖਾਲੀ ਜਮਾਂ ਹੀ ਵਿਹਲੇ ਸੀ ਕੰਮ ਕਾਰ ਘਟਾ ਲਿਆ ਤੇ ਸਕੂਟਰ ਮੋਟਰਸਾਈਕਲਾਂ ਵਾਲੇ ਜਵਾਕ ਕੋਲ ਦੀ ਲੰਘਦੇ ਨੇ ਕਹਿੰਦੇ ਚੰਗਾ ਦੇ ਹਲਾਟਾ ਵਾਂ ਟਾਈਮ ਕਿੰਨਾ ਵਧੀਆ ਸੀ ਆਪਾਂ 20-22 ਸਾਲਾਂ ਦੀ ਉਹ ਗੱਲ ਹੈ ਜਦ ਤੂੰ ਗਿਆ ਨੀ ਸੀ ਪਹਿਲੀ ਵਾਰ ਗਿਆ ਜਦ ਹਲਾ ਢਿੱਲਾ ਕੋਈ ਪਿੰਡੋਂ ਹੋ ਜਾਂਦਾ ਆਪਾਂ ਟਰੈਕਟਰ ਤੇ ਲਿਜਾਂਦੇ ਹੁੰਦੇ ਸੀ ਕਿਸੇ ਚੂਕਣੇ ਚ ਦਰਦ ਹੋਣਾ ਟਰੈਕਟਰ ਤੇ ਲੱਦ ਲੈਣਾ ਬਰਾਬਰ ਉਹਨੂੰ ਕਹਿਣਾ ਇਹਨੂੰ ਬਸਾ ਇੱਧਰ ਬਿਠਾ ਲਾ ਫੱਟੇ ਤੇ ਨਾ ਬਿਠਾਓ ਡਿੱਗ ਕੇ ਪਰਾਂ ਹੋ ਜੂ 7 ਕਿਲੋਮੀਟਰ ਦਾ ਦਰਾਹਾ ਟਰੈਕਟਰ ਤੇ ਹੀ ਲੈ ਜਾਣੇ ਬੰਦੇ ਬਿਠਾ ਕੇ ਤੂੰ ਟਿਕਿਆ ਰਹਿ ਇਹਨੂੰ ਪੇਕ ਦੇ ਦਿਓ ਇੱਕ ਜੂ ਜਾਨੂੰ ਇਹਨੂੰ ਪੈਲੀਏ ਦੇ ਪਹੁੰਚਦਾ ਕਰੀਏ ਨਾਲ ਦੂਜਿਆਂ ਨੇ ਸੰਤਰੇ ਦੀਆਂ ਬੋਤਲਾਂ ਧੋ ਕੇ ਉਹਦੇ 'ਚ ਦੁੱਧ ਪਾ ਲੈਣਾ ਤੇ ਨਾਲ ਬਸ ਕਈਆਂ ਨੇ ਡੋਲੂ 'ਚ ਦੁੱਧ ਪਾ ਲੈਣਾ ਖੇਸ ਲੈ ਲੈਣਾ ਨਾਲ ਕਈ ਕਹਿੰਦੇ ਐਂ ਕਰੋ ਟਰਾਲੀ ਉਹ ਜੋੜ ਲਓ ਬੰਦੇ 5-7 ਵੱਧ ਜਾਣੇ ਨੇ ਹੱਥ ਨੇ ਗੱਲਾਂ ਬਾਤਾਂ ਤਾਂ ਕਰਾਂਗੇ ਟੂਲ ਬਾਕਸ 'ਚ ਇਹਦੇ ਕੰਬਲ ਕੁੰਬਲ ਰੱਖ ਲਓ ਦੇਖਦਿਆਂ ਚੀਜ਼ਾਂ ਪਿੰਡਾਂ ਦੇ ਵਿੱਚੋਂ ਖਤਮ ਹੋ ਗਈਆਂ ਸਰਕਸ ਲੱਗਣੀ ਸਰਕਸ ਨੂੰ ਦੇਖਣ ਆਉਣਾ ਪਿੰਡੋਂ ਟਰਾਲੀ ਜੋੜਨੀ ਬੀਬੀਆਂ ਆਥਣ ਰਾਥਣ ਦੀ ਰੋਟੀ ਲਾ ਕੇ ਬਿਠਾ ਲੈਣੀ ਜਦ ਉਹਨਾਂ ਨੇ ਬੱਤੀ ਜੀ ਦੂਰ ਵਾਲੀ ਮਾਰਨੀ ਸਰਚ ਲਾਈਟ ਜੀ ਉਹ ਕਹਿੰਦੇ ਲਾ ਵੀ ਲੱਗ ਗਏ ਤਿਆਰ ਹਾਥੀਆਂ ਨੂੰ ਕਰਨ ਚਲੋ ਟਰੈਕਟ ਜੋੜੋ ਹੁਣ ਰਾਤ ਨੂੰ ਜਾਂ ਫਿਰ ਕਹਿੰਦਾ ਦੇਖ ਲਾ ਦੀਵਾਨ ਵੇਲੇ ਆਪਾਂ ਟਰੈਕਟ ਜੋੜਦੇ ਹੁੰਦੇ ਸੀ ਬੀਬੀਆਂ ਧਾਰਨਾ ਦੇਖ ਲਾ ਜਦੇ ਹੀ ਸ਼ੁਰੂ ਕਰ ਲੈਂਦੀਆਂ ਸੀ ਅੰਦਰ ਬਹਿੰਦੀਆਂ ਮੂੰਹ ਤੇ ਰੱਖ ਕੇ ਮਲਮਲ ਦੀ ਚੁੰਨੀ ਜਦੇ ਹੀ ਧਾਰਨਾ ਗਣਕਾ ਚੱਲੀ ਹੈ ਬਵਾਨਾ ਉੱਤੇ ਬੈਠ ਗਏ ਪਤਾ ਨੀ ਕਿੱਥੋਂ ਉਹ ਰਾੜੇ ਵਾਲੇ ਬਾਬਿਆਂ ਦੀ ਕਹਿੰਦਾ ਉਹਨਾਂ ਤੋਂ ਸਿੱਖ ਲੈਂਦੀਆਂ ਸੀ ਰਾੜੇ ਵਾਲੇ ਬਾਬੇ ਸੁਣਾਉਂਦੇ ਹੁੰਦੇ ਜਿਹੜੀ ਉਹੀ ਕਹਿੰਦਾ ਇਹ ਮੇਲਦੀਆਂ ਜਾਂਦੀਆਂ ਦੇਖ ਬਸ ਇੰਨੀ ਕੀ ਰਿਕ੍ਰੀਏਸ਼ਨ ਹੁੰਦੀ ਸਾਰਿਆਂ 'ਚ ਸਾਦਗੀ ਹੁੰਦੀ ਇੱਕੋ ਤਰ੍ਹਾਂ ਦੇ ਸਾਈਕਲ ਹੁੰਦੇ ਮਡਗੜ ਅੱਧਿਆਂ ਦੇ ਟੁੱਟੇ ਹੁੰਦੇ ਕਈਆਂ ਦੇ ਜਿਹੜੇ ਨੇ ਪਜਾਮੇ ਸੱਜੇ ਬੰਨੇ ਚੱਕ ਕੇ ਖੁੱਚ ਤੇ ਬੰਨੇ ਹੁੰਦੇ ਉਹ ਕਹਿੰਦੇ ਇਹਦੇ ਹੈ ਨੀ ਕੈਲੀਅਰ ਚੇਨ ਕਵਰ ਨੂੰ ਕਈ ਕੈਲੀਅਰ ਇਹ ਕਹਿੰਦੇ ਸੀ ਉਹ ਵਿੱਚ ਆ ਜਾਂਦਾ ਇਹ ਅੱਧਿਆਂ ਦੇ ਪਜਾਮੇ ਖਾਧੇ ਹੁੰਦੇ ਚੇਨ ਨਾਲ ਕਾਲੇ ਐਨ ਬਾਂਗੇ ਹੁੰਦੇ ਜਵਾਕ ਮੂਹਰੇ ਬਿਠਾਉਂਦੇ ਪਰਨਾ ਗੱਬੂਰਲੇ ਡੰਡੇ ਤੇ ਲਪੇਟ ਕੇ ਮੂਹਰੇ ਜਵਾਕ ਉਠਾਉਣਾ ਜਵਾਕ ਦੇ ਡੰਡਾ ਚੁਭਣਾ ਉਹਨੂੰ ਕਹਿੰਦਾ ਹਿੱਲੀ ਨਾ ਹੁਣ ਜਿੰਨਾ ਹਿੱਲੇਗਾ ਓਨਾ ਹੀ ਚੁਭੂ ਆਏ ਗਏ ਬਸ ਪਹੁੰਚੇ ਲੈ ਪੁੱਤ ਪਿੱਛੇ ਟੱਬਰ ਦਾ ਜੀ ਜੇ ਤੁਰਿਆ ਦਰਾਹੇ ਨੂੰ ਜਾਣਾ ਬੁੜੀਆਂ ਕਈ ਵਾਰ ਬੈਠੀਆਂ ਹੁੰਦੀਆਂ 8 ਕਿਲੋਮੀਟਰ ਸਾਈਕਲ ਚਲਾਉਣਾ ਕਿਤੇ ਜੇ ਥਾਉਣ ਲੱਗਦੀ ਭਰਜਾਈ ਨੇ ਕਹਿਣਾ ਚਰਨਿਆ ਤੂੰ ਕਿੱਥੇ ਨੂੰ ਮੈਂ ਦਰਾਹੇ ਜਾਣਾ ਭਾਬੀ ਮੈਨੂੰ ਵੀ ਲੈ ਚੱਲ ਬਹਿ ਜਾ ਸਾਈਕਲ ਤੇ ਪਿੱਛੇ 70 ਕਿਲੋ ਵਜਨ ਆ ਕਦ 8 ਕਿਲੋਮੀਟਰ ਆਇਆ ਨਾ ਥੋੜਾ ਕਹਿਣੀ ਹੈ
ਬਿਠਾ ਲਾ ਬਹਿ ਜਾ, ਜੇ ਕੋਈ ਹੋਰ ਖੜੇ ਹੁੰਦੇ ਉਹ ਕਹਿੰਦਾ ਮੈਂ ਲੈ ਤੈਨੂੰ ਵੀ ਜਾਂਦਾ ਪਰ ਸਾਈਕਲ ਤੇ ਇਹਦੇ ਕੈਲੀਅਰ ਇੱਕ ਨੇ ਤੈਨੂੰ ਮੂਹਰੇ ਬਿਠਾ ਲੈਂਦਾ ਮੈਂ ਚਿਗਤ ਕਰਦੇ ਇਹੋ ਹੀ ਕਰਦੇ। ਉਧਰੋਂ ਜੇ ਪਿੰਡ ਦਾ ਪਰਚਾ ਪੱਤਰ ਲੱਭ ਗਿਆ ਪਿੰਡ ਨੂੰ ਰੇੜਾ ਜਾਣਾ ਹੈ ਉਹ ਖਲ ਦੀਆਂ ਬੋਰੀਆਂ ਲੱਦੀ ਬੈਠਾ ਉਹਦੇ ਤੇ ਸਾਈਕਲ ਰੱਖ ਦੇਣਾ ਕਹਿੰਦਾ ਚੰਗਾ ਮਗਰਾ ਲੱਖ ਸਾਈਕਲ ਓਏ ਚੱਲਦੇ ਆ ਪਿੰਡ ਤੂੰ ਐ ਕਰ ਪਰਲੇ ਬੰਨੇ ਜੈਪੁਰ ਵਾਲੇ ਮੋੜ ਤੇ ਠੇਕੇ ਤੋਂ ਵਧੀਆ ਲੈ ਲਈਆਂ ਆਪਾਂ ਪਊਆ ਪਊਆ ਲਾ ਲਾਂਗੇ ਜਾਨੂੰ ਆਪਾਂ ਪਹੁੰਚ ਜਾਣਾ ਪਿੰਡ। ਇਹ ਸੈੱਟ ਕਰ ਲੈਂਦੇ ਚੀਜ਼ਾਂ ਕ੍ਰੀਏਟ ਕਰ ਲੈਂਦੇ ਦੀਵਾਲੀ ਦੁਸਹਿਰੇ ਦੇ ਲੋਹੜੀ ਦੇ ਬੜੇ ਪਤੀਲੇ ਚੜ੍ਹਦੇ ਬਾਹਰਲੇ ਘਰ ਬਸ ਇੰਨਾ ਕੇ ਕੰਮ ਸੀ ਉਹ, ਬਾਕੀ ਪੰਜ ਸੱਤ ਮਹੀਨੇ ਕੁਛ ਨਾ ਹੁੰਦਾ। ਜਰਗ ਦਾ ਮੇਲਾ ਆ ਗਿਆ ਪਿੰਡ ਦਾ ਮੇਲਾ, ਬਾਬਾ ਸਿੰਹਾਂ ਸਿੰਘ ਗਿੱਲ ਝੱਲੀ ਉਹਨਾਂ ਦਾ ਆ ਗਿਆ, ਬਾਬਾ ਨਾਨੂ ਸਿੰਘ ਗਿੱਲ ਉਹਨਾਂ ਦਾ ਆ ਗਿਆ, ਉੱਥੇ ਜਾ ਆਉਂਦੇ ਬਸ ਇੰਨਾ ਕੇ ਸਭ ਇੰਨਾ ਸਬਰ ਸੰਤੋਖ ਸੀ। ਹਲੇ ਵੀ ਦੇਖੋ ਲੁੱਟਿਆ ਪੁੱਟਿਆ ਪਿਆ ਕੰਮ, ਪੈਸੇ ਕਰਜ਼ੇ ਚੜੇ ਹੋਏ ਨੇ, ਪਰ ਮੈਨੂੰ ਐ ਨਹੀਂ ਕੋਈ ਮਿਲਿਆ ਜਿਹੜਾ ਕਹੇ ਵੀ ਮੇਰੀ ਲੇਅਰ ਨਿਕਲੀ ਪਈ ਆ ਬਾਈ। ਹੁਣ ਤੁਹਾਨੂੰ ਢਿੱਡ ਦੀ ਉਹ ਦੱਸ ਤਾਂ ਦੇਣਗੇ ਵੀ ਇੰਨੇ ਔਖੇ ਆ, ਪਰ ਜਦੇ ਤੁਹਾਨੂੰ ਐ ਨਹੀਂ ਕਹਿੰਦੇ ਵੀ ਯਾਰ ਦੇ ਦੇ ਕੁਛ ਮੈਨੂੰ, ਕਦੇ ਖੜ ਜਾਣਗੇ ਆ ਕੇ ਕੋਲ, ਤੁਸੀਂ ਪੁੱਛ ਕੇ ਦੇ ਦਵੋ ਕੁਛ ਦੇ ਦਵੋ ਕਹਿ ਦਵੋ। ਜੇ ਫਿਰਦੇ ਈਵਨ ਕੰਮ ਕਰਨ ਵਾਲੇ ਜਿਹਨਾਂ ਨੂੰ ਸੋ ਕਾਲ ਵਿਚਾਰੇ ਕਾਮਿਆਂ ਨੂੰ ਆਪਾਂ ਲਾਗੀ ਕਹਿੰਦੇ ਆ, ਉਹ ਵੀ ਇੰਨਾ ਸਬਰ ਦਿੱਤਾ ਤੁਹਾਨੂੰ ਪੁੱਛ ਲੈਣਗੇ ਸਰਦਾਰ ਜੀ ਕੀ ਹਾਲ ਆ, ਗੱਲਬਾਤ ਕਰ ਲੈਣਗੇ, ਤੁਸੀਂ ਦੇਣਾ ਕੁਛ ਦੇ ਦਿਓ। ਮੰਗਦੇ ਨਹੀਂ ਹੈ, ਮੰਗਣਗੇ ਤਾਂ ਉਹੀ ਜਿਹਨਾਂ ਦੀ ਸਵੇਰੇ ਭਾਨ ਪਈ ਹੁੰਦੀ ਆ ਵਧੀਆ ਪਊਏ ਵਾਲੇ, ਉਹ ਵੀ ਆ ਕੇ ਪੂਰੀ ਫਿਰ ਸੁਲਾਹ ਮਾਰਦੇ ਆ ਨਾ। ਮਾਂ ਕੇ ਕਹਿੰਦਾ ਕਿਵੇਂ ਅਖਬਾਰਾ ਬੈਠਾ ਧੁੱਪੇ, ਮੈਂ ਚਾਹ ਚੂ ਪੀ ਕੇ ਬੈਠੇ ਆ, ਬਹਿ ਜਾ ਸਾਡੇ ਵਾਲਾ ਚਾਹ ਦਾ ਕੰਮ ਕਿੱਥੇ, ਤੂੰ ਇੱਕ ਕੰਮ ਕਰ ਇੱਕ। ਮੈਂ ਹਾਂ ਦੱਸੋ। ਕਹਿੰਦਾ 70 ਦਾ ਆਉਂਦਾ, 55 ਮੇਰੇ ਕੋਲ ਹੈਗੇ, 15 ਘੱਟਦੇ ਨੇ, 15 ਦੇ ਦੇ ਬਸ, ਵੱਧ ਲੈ ਲਾ ਨਾ 15 ਹੀ ਲੈਣੇ ਨੇ, ਦੂਜੀ ਵਾਰ ਜਾਂ ਘਟੇ ਫੇਰ ਤੇ ਤੋਂ ਲੈ ਲਾਂਗੇ, ਬਸ ਦੇ ਦੇ। ਬਸ ਜਾਨੂ ਚਾਹ ਚੂ ਪੀਤੀ, ਜਾਨੂ ਫਿਰ ਰਾਂਝਾ ਗਾਉਂਦਾ ਆਵੇ ਮੁੜਿਆ ਨਹਿਰ ਤੋਂ ਜਾ ਕੇ, ਕਹਿੰਦਾ ਕਿਵੇਂ ਆ। ਮੈਂ ਕਿਹਾ ਬਾ, ਕਹਿੰਦਾ ਤਰਾਰੇ ਚ ਆ ਗੱਲ, ਹੁਣ ਜਾਂ ਮੁੜ ਕੇ ਆਏ ਆਥਣੇ ਦੇਖਾਂਗੇ, ਜੇ ਘਾਟ ਬਾਹਰ ਪੈ ਗਈ ਫੇਰ ਲੈ ਜਾਂਗੇ ਤੈਨੂੰ, ਜੇ ਘਰੇ ਹੋਇਆ, ਜੇ ਤੂੰ ਕਿਤੇ ਚਲੇ ਗਿਆ ਇੱਧਰ ਉੱਧਰ ਫਿਰ ਰਹਿਣ ਦਾਂਗੇ। ਇਹ ਸਾਦਗੀ ਵਾਲਾ ਕੰਮ ਹੈ, ਫਰਕ ਨਹੀਂ ਹੈ ਕਿਉਂਕਿ ਅਸੀਂ ਗਿੱਜੇ ਉਸ ਤਰ੍ਹਾਂ। ਬਹੁਤ ਵਧੀਆ ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ, ਉਹ ਘੁੱਡੇ ਹੀ ਸੁਣਾ ਦਿੰਦਾ। ਕਹਿੰਦਾ ਗੁਰਨੈਬ ਨੂੰ 12 ਖੜਾਤੀਆਂ, ਕਹਿੰਦਾ ਤੂੰ ਘੜੀਸ ਕੇ ਨੌਨ ਮੈਡੀਕਲ ਖਾ ਕੇ ਘਰਦਿਆਂ ਨੇ ਬੇਉਂਦ ਕਰ ਲਈ, ਪਹਿਲਾਂ ਤਾਂ ਅੰਗੂਠੇ ਲਵੇੜੇ ਨੇ, ਇਹਨੂੰ ਪੜ੍ਹਾਈਏ ਸਮਾਰ ਕੇ। ਤਾਏ ਅਰਗਿਆਂ ਨੇ ਯੂਨੀਵਰਸਿਟੀ ਤੋਂ ਕਿਤੇ ਫਾਰਮ ਮੰਗਾ ਲਿਆ ਭਰਾਵਾ ਬੀ ਟੈਕ ਦਾ, ਫਾਰਮ ਵਾਲਾ ਕਹਿੰਦਾ ਫਾਰਮ ਕਰਕੇ ਡਾਕਖਾਨੇ ਰਜਿਸਟਰੀ ਕਰਾ ਦਿਓ ਇਹਦੀ। ਤਾਏ ਅਰਗੇ ਸਮਝ ਕੇ ਕਿਤੇ ਜ਼ਮੀਨ ਅੰਗੋ ਰਜਿਸਟਰੀ ਹੋਣੀ ਆ ਕਿ ਭਾ, ਫਾਰਮ ਭਰ ਭਰਾ ਕੇ ਆਂਢ ਗੁਆਂਢ ਚ ਹੋਕਾ ਦੇ, ਬਠਿੰਡੇ ਜਾਣਾ ਵੀ ਡਾਕਖਾਨੇ ਰਜਿਸਟਰੀ ਕਰਾਉਣ। ਕਰ ਗਿਆ ਤਾਏ ਅਰਗ ਨੇ ਟੈਰੀ ਕਾਰਡ ਰੂਬੀਏ ਦੇ ਕੁੜਤੇ ਪਜਾਮੇ ਪਾ ਲਏ, ਖੱਬੇ ਹੱਥ ਦੀ ਪੱਗ ਮੰਨ ਲਈ ਭਰਾਵਾ ਸੁਦਈ ਜੀ। ਤਾਏ ਅਰਗ ਨੇ ਨੰਬਰ ਦਾ ਨੂੰ ਸਿਨਾ ਲਾਦਾ, ਪ੍ਰਧਾਨ ਅਜਾ ਰਿਟਰੀ ਕਰਾਉਣ ਜਾਣਾ। ਜੋ ਬੰਦੇ ਵੰਗਾਰ ਲਏ ਵੀ ਕੀ ਪਤਾ ਕਿਤੇ ਗਵਾਹੀ ਖਾਤਰ ਕਿਤੇ ਸਾਈਨ ਨਾ ਕਰਨੇ ਪੈਣ, ਟ੍ਰੈਡ ਦੀ ਸੈਲਫ ਮਾਰ ਲਈ। ਤਾਈ ਕਹਿੰਦੀ ਖੜ ਜਾਓ 10 ਮਿੰਟ ਨੂੰ, 9:15 ਹੋਵੇ ਪਣਾਈ ਚ ਨੀ ਤੁਰਦੇ। ਟੱਬਰ ਵਿਚਾਰ ਕਰ ਗਿਆ 15 ਮਿੰਟ, ਕਹਿੰਦੇ ਬੰਜੇ ਡਾਹ ਲਓ ਫਿਰ ਚਾਹ ਧਰ ਲਓ। ਚਾਹ ਧਰ ਲਈ, ਖੁੱਚ ਜੇ ਜਿਹੜੇ ਗਲਾਸ ਖਿੱਚ ਕੇ ਤਾਏ ਦੇ, ਤਾਏ ਨੇ ਮੁੱਛਾਂ ਪੂੰਝ ਕੇ ਕਹਿੰਦੇ ਚਲੋ ਫਿਰ ਤੋਰੋ ਟ੍ਰੈਡ ਚੱਲੀਏ। ਰਜਿਸਟਰੀ ਦਾ ਕੰਮ ਆ, 4 ਬੰਦੇ ਕਹਿੰਦੇ ਹੋਰ ਚਾੜ ਲਓ ਦਰਵਾਜ਼ਿਓ। 12 ਬੰਦੇ ਹੋ ਗਏ ਭਾਈ, ਪਿੰਡ ਵਿੱਚ ਚੱਲ ਪਏ ਭਰਾਵਾ ਪਿੰਡੋਂ, ਹੱਥ ਵਾਲੀ ਰੇਸ ਫੁੱਲ, ਟ੍ਰੈਡ ਰਾਕਟ ਬਣਾ ਦਾ ਬਠਿੰਡੇ ਨੂੰ ਸਿੱਧਾ, ਨੈਣਾ ਮੰਡੀ ਟ੍ਰੈਡ ਡਾਕੇ ਆੜ ਤੋਂ ਪੈਸੇ ਫੜ ਲਏ, ਫੁੱਲ ਗਲਾਰੀ ਨਿੱਕੇ ਨੂੰ ਇੰਜੀਨੀਅਰ ਬਣਾਉਣਾ। ਸ਼ਹਿਰੀ ਜਨਤਾ ਕਰਿਜ਼ਮੇ ਐਕਟ ਵਾਲੀਆਂ ਮੂੰਹ ਢੱਕ ਕੇ ਬੀਬੀਆਂ ਦੇਖਣ ਬਈ ਆਹ ਕਿੱਧਰ ਨੂੰ ਚੱਲੇ ਨੇ, ਅੱਜ ਅੰਦਰ ਟ੍ਰੈਕਟ ਜੋੜੇ ਖੜੇ ਨੇ। ਇੱਕ ਦੋ ਨੇ ਰੱਸਿਆਂ ਦੇ ਨਾਲ ਟਰਾਲੀ ਦੀ ਬਾੜ ਨੂੰ ਰੱਸੇ ਬੰਨ ਲਏ, ਰੱਸਿਆਂ ਨਾਲ ਖੜ ਕੇ ਬੈਲੈਂਸ ਬਣਾਉਣ ਖੜੇ ਉਹ ਟਰਾਲੀ ਚ। ਨਿੱਕਾ ਭੱਜ ਗਿਆ ਕਚਹਿਰੀਓਂ, 100-100 ਦੇ ਪ੍ਰਨੋਟ ਲਾਇਆ ਬਈ ਕਿਤੇ ਮੌਕੇ ਤੇ ਨਾ ਭਜਣ, ਬਈ ਡਾਕਖਾਨੇ ਲੇਵੇ ਜਾ ਕੇ ਸਾਈਡ ਤੇ ਲਾ ਕੇ ਟਰੈਕਟ ਫਲਤਾ। ਤਾਇਆ ਮੂਹਰੇ ਮੂਹਰੇ ਡਾਕਖਾਨੇ ਜਾਵੜ, ਲੈ ਮਿੰਟਾਂ ਚ ਕਰਾਉਂਦੇ ਰਜਿਸਟਰੀ। ਮੂਹਰੇ ਲਵੀ ਜੀ ਕੁੜੀ ਬੈਠੀ ਭਰਾਵਾ, ਮਾੜੇ ਜਵਾਕ ਦੀ ਚੀਚੀ ਜਿੰਨੀ ਉਹਨੇ ਬਿੰਦੀ ਲਾਈ ਹੋਈ, ਨਾਲੇ ਲਿਪਸਟਿਕ ਨਾਲ ਦੀ ਨੌ ਪਾਲਸ਼ ਲੱਗੀ ਹੋਈ। ਤਾਇਆ ਭੁਮੱਤਰੇ ਕਹਿੰਦਾ ਸਤਿ ਸ੍ਰੀ ਅਕਾਲ ਭਾਈ, ਐਂ ਕਹਿ ਕੇ ਬੈਕ ਮੁੜਿਆ, ਘਬਰਾ ਗਿਆ ਦੇਖ ਕੇ ਬੀਬੀ। ਤਾਇਆ ਕਹਿੰਦਾ ਨੰਬਰ ਦਾ ਤੂੰ ਹੋ ਮੂਹਰੇ ਯਾਰ। ਨੰਬਰ ਦਾ ਨੇ ਉੱਤਰੋਂ ਬੁੱਲ ਚੋਂ ਜਰਦਾ ਕੱਢ ਕੇ ਕੰਧ ਨਾ ਮਾਰਿਆ, ਜਲ ਬਾਈ ਗੱਲ ਕਿਹੜੀ ਹੈ, ਫਾਰਮ ਵਾਲੀ ਚਿੱਠੀ ਜੀ ਫੜ ਕੇ ਨੰਬਰ ਦਾ ਨੇ ਕੁੜੀ ਨੂੰ ਫੜਾ ਤੀ। ਕਹਿੰਦਾ ਕੁੜੀ ਰਜਿਸਟਰੀ ਕਰਨੇ ਆ, ਕੈ ਪੈਸੇ ਦੇਵਾਂ। ਕੁੜੀ ਨੇ 25 ਰੁਪਏ ਲਾ ਕੇ ਸੜੀ ਜੀ ਟਿਕਟ ਲਾ ਕੇ ਰਜਿਸਟਰੀ ਕਰਤੀ। ਭਰਾ ਤਾਇਆ ਨੋਟਾਂ ਵਾਲੇ ਝੋਲੇ ਦੀਆਂ ਗੰਢਾਂ ਢਿੱਲੀਆਂ ਕਰੀ ਜਾਵੇ, ਵੀ ਰਜਿਸਟਰੀ ਤੇ ਪਤਾ ਨੀ ਕਿੰਨਾ ਖਰਚਾ ਆਉਣਾ। ਸਾਡੇ ਵਾਲਾ ਖੂੰਜੇ ਲੱਗਿਆ ਖੜਾ, ਤਾਏ ਨੇ ਰਜਿਸਟਰੀ ਵਾਲਾ ਝੋਲਿਆ ਜਿਹੜਾ ਰੁਪਈਆ ਵਾਲਾ ਫੇਰ ਬੰਨ ਲਿਆ। ਦੰਦ ਕਰੀਚੇ
ਬਈ ਇਹਨੂੰ ਵੀ ਨਹੀਂ ਪਤਾ ਵੀ ਇਹਦੇ ਹਿਸਟਰੀ ਕਿਵੇਂ ਹੁੰਦੀ ਆ, ਮੁੜ ਕੇ ਨੰਬਰ ਦਰਗਾ ਚੱਲ ਬਈ ਲੜਾ ਚੱਲੀਏ ਟਰਾਇਡ ਜੋੜ ਕੇ ਉਹ ਆ ਗਏ ਰਜਿਸਟਰੀ ਕਰਾ ਕੇ। ਗੱਜਾ ਬਾਬਾ ਕਹਿੰਦਾ ਸਾਡੇ ਟਾਈਮ ਵੀਹਾਂ 'ਚ ਗੁੜ ਖਾਂਦੇ ਫਿਰਨਾ, ਉਮਰਾਂ ਸਵਾਹ ਲੰਬੀਆਂ ਹੋਣੀਆਂ, ਜਾਂ ਬੰਦੇ ਖਾਣ ਪੀਣ 'ਤੇ ਰੋਕ ਲੱਗ ਜੇ ਹੱਡ ਗੋਡੇ ਕੀ ਕਰਨਗੇ। ਅਸੀਂ ਸੋਚਿਆ ਖਬਰੀ ਬੀ ਪੀ ਜਾਂ ਸ਼ੂਗਰ ਵਾਲਾ ਚੱਕਰ ਹੋ, ਜਦ ਪੁੱਛਿਆ ਵੀ ਕੀ ਹੋ ਗਿਆ, ਕਹਿੰਦਾ ਹਫ਼ਤਾ ਕੁ ਪਹਿਲਾਂ ਰਿਸ਼ਤੇਦਾਰ ਆ ਗਏ, ਜਾਂ ਚਾਹ ਲਿਆਈ ਬੜੀ ਬਹੂ ਨਾਲ, ਭੁਜੀਆ ਜਿਹਾ ਆਹ ਬਦਾਣਾ ਜਿਹਾ ਪਲੇਟ 'ਚ ਪਾ ਲਿਆ ਜੀ, ਚਾਹ ਮੈਨੂੰ ਵੀ ਫੜਾ ਗਈ ਭੁਜੇ ਵਾਲੀ ਪਲੇਟ 'ਚ, ਚਮਚਾ ਭਰ ਕੇ ਸਾਊ ਮੈਂ ਮੂੰਹ 'ਚ ਪਾ ਲਿਆ ਕਰਾਂ। ਜਦ ਪ੍ਰਾਹੁਣੇ ਮੁੜ ਗਏ ਸਾਰਾ ਟੱਬਰ ਅਲੀ ਅਲੀ ਕਰਕੇ ਮੇਰੇ ਪਗਰ ਪੈ ਗਿਆ, ਆ ਕੇ ਚਮਚਾ ਮੂੰਹ 'ਚ ਨਹੀਂ ਪਾਈਦਾ, ਹੱਥ 'ਤੇ ਰੱਖ ਕੇ ਫੱਕਾ ਮਾਰੀਂਦਾ। ਮੈਂ ਚੰਗਾ ਭਾਈ ਫੱਕਾ ਮਾਰ ਲਵਾਂਗਾ। ਸਾਨੂੰ ਸਵੇਰੇ ਕੁੜੀ ਦੀ ਨਣ ਤੇ ਸਹੁਰਿਆਂ ਦੇ ਰਿਸ਼ਤੇਦਾਰ ਆ ਗਏ, ਗੁਲਾਬ ਜਾਮਣਾਂ ਜਿਹੀਆਂ ਪਈਆਂ ਸੀ, ਮੈਂ ਛੋਟਿਆ ਚਮਚੇ ਤੇ ਨਾਲ ਹੱਥ 'ਤੇ ਰੱਖ ਕੇ ਫੱਕਾ ਮਾਰ ਲਿਆ। ਰਿਸ਼ਤੇਦਾਰ ਗਏ ਨੇ ਟੱਬਰ, ਅੱਜ ਫੇਰ ਕੁੱਥੇ ਖਾਣੀ ਕਰਨ ਨੂੰ ਇਕੱਠਾ ਹੋਇਆ। ਆਖੇ ਜਿਹੜੀ ਇਹ ਗੁਲਾਬ ਜਾਮਣ ਹੈ ਇਹ ਚਮਚੇ ਤੇ ਰੱਖ ਕੇ ਖਾਈ ਦੀ ਹੁੰਦੀ ਹੈ। ਕਹਿੰਦਾ ਮੈਂ ਕਿਹਾ ਮੈਨੂੰ ਨੀ ਪਤਾ ਕਾਨੂੰਨਾਂ ਦਾ, ਜਿਹੜੇ 70 ਅਸੀਂ ਆ ਲਟਰਮ ਪਟਰਮ ਤੇ ਖਰਚਦੇ ਆ, 50 ਹੋਰ ਸਹੀ, ਨਾਲ ਬਹਿ ਕੇ ਖਾਣ ਵਾਲਾ ਬੰਦਾ ਵੀ ਲਿਆ ਕਰੋ ਜੋਤੇ ਤੇ, ਉਹੀ ਮੈਨੂੰ ਖਿਲਾਇਆ ਕਰੇ ਜਿਵੇਂ ਮਰਜ਼ੀ ਖਿਲਾਣਾ ਹੁੰਦਾ, ਮਿੱਤੇ ਨੀ ਇਹ ਕੰਮ ਹੁੰਦਾ। ਇਉਂ ਹੀ ਕਹਿੰਦਾ ਨਿੱਕੇ ਗੁਰਨੈਬ ਨੇ ਸਾਡੇ ਨੇ ਬੀ ਟੈਕ ਕਰਨ ਲਾਇਆ ਵਾ, ਤੜਕੇ ਬਾਂਹ ਦੇ ਠੇਕੇ ਜਿੰਨੀ ਫੀਸ ਆ ਛਮਾਹੀ, ਪੇਪਰ ਪੂਪਰ ਨਿਬੇੜ ਕੇ ਨਿੱਕਾ ਕਾਲਜੋਂ ਤੁਰਿਆ ਆਵੇ, ਗਾਹਾਂ ਆਉਂਦੇ ਹੁਣ ਤਾਏ ਵਰਗੇ ਲਸਣ 'ਚ ਸਵਾਹ ਖਿਲਾਰ ਕੇ ਗੁੱਡ ਪਾਈ ਜਾਣ, ਤਾਇਆ ਗੋਲਫ ਵਾਲਿਆਂ ਵਾਂਗੂ ਈ ਸ਼ਰਟ ਪੈਂਟ ਦੇ ਵਿੱਚ ਕਰੀ ਫਿਰ ਭਰਵਾਉਣ ਫਾਤਰ, ਤਾਇਆ ਨਿੱਕਾ ਤਾਏ ਨੂੰ ਕਹਿੰਦਾ ਤਾਇਆ ਹੋਊ ਯਾਰ ਟ੍ਰੇਨਿੰਗ ਲਵਾਉਣੀਆਂ ਚੰਡੀਗੜ੍ਹੋਂ, ਪੈਸੇ ਟੱਕਦਾ ਅਰੇਂਜਮੈਂਟ ਘਰ ਦੇ। ਤਾਏ ਦੇ ਚੇਤੇ 'ਚ ਵੀ ਵੱਜੀ ਵੀ ਖਾਉਣੀ ਫੌਜੀ ਵਾਂਗੂ ਟ੍ਰੇਨਿੰਗ ਹੁੰਦੀ ਹੋਣੀ ਆ, ਤਾਏ ਨੂੰ ਜਦ ਵੀ ਨਿੱਕੇ ਤੜਕੇ ਸੁਨੇਹਾ ਠਾ ਕੇ ਫੌਜੀ ਦਵੱਲਿਆ ਕਰਨਗੇ, ਨਾਲੇ ਰੱਸੇ ਰੁੱਸਿਆਂ ਤੇ ਲੰਘਾਇਆ। ਕਹਿੰਦਾ ਤਾਏ ਨੇ ਹੱਥ ਨੇ ਧਾਰਾਂ ਤੂਣਾ ਕੱਢ ਕੇ ਦੁੱਧ ਕੜਾਹੀ 'ਚ ਲੱਦ ਲਿਆ, ਖੋਆ ਮਾਰਨ ਖਾਤਰ ਬਈ ਨਿੱਕਾ ਕਿਤੇ ਟ੍ਰੇਨਿੰਗ 'ਚ ਕਮਜ਼ੋਰੀ ਨਾ ਮੰਨ ਜੇ। ਮਾਤਾ ਅਰਗੀ ਨੇ ਜਿਹੜਾ ਘਿਓ ਥੰਦਾ ਜੋੜਿਆ ਸੀ ਚੱਕ ਕੇ ਪਨੀਰੀ ਠੋਕਤੀ ਪੰਜੀਰੀ, ਸਾਰਾ ਟੱਬਰ ਨਿੱਕੇ ਨੂੰ ਬੱਸ ਸਟੈਂਡ ਥੀ ਆਫ ਕਰਨ ਆਇਆ ਫੌਜੀਆਂ ਨੂੰ, ਕੁਜਰਤੀਏ ਅੱਡੇ ਤੇ ਖੜੇ ਗਏ ਸਿਆਣੇ ਬੰਦੇ ਨੂੰ ਇੱਕ ਪਾਸੇ ਕਹਿ ਕਰਕੇ। ਕਹਿੰਦਾ ਪ੍ਰਧਾਨ ਨਿੱਕੇ ਦੀ ਆਹ ਕਿੱਧਰ ਨੂੰ ਲਈ ਜਾਂਦੇ ਹੋ? ਕਹਿੰਦਾ ਨਿੱਕੇ ਦੀ ਟ੍ਰੇਨਿੰਗ ਲੱਗ ਗਈ, ਆਹ ਦੇਖ ਨਾਲ ਪੀਪੀਆਂ ਖੋਏ ਦੀਆਂ ਤੇ ਨਾਲ ਪੰਜੀਰੀ ਆ, ਵੀ ਕਿਤੇ ਜ਼ੋਰ ਨਾ ਮੰਨ ਜਾਵੇ। ਉਹ ਕਹਿੰਦਾ ਕੰਪਿਊਟਰ ਦੀ ਟ੍ਰੇਨਿੰਗ ਹੈ, ਬਹਿ ਕੇ ਕਰਨ ਵਾਲਾ ਸਾਰਾ ਕੰਮ, ਇਹਨਾਂ ਦੀ ਲੋੜ ਥਾ ਕੀ। ਤਾਏ ਨੇ ਖੋਏ ਦੇ ਪੰਜੀਰੀ ਵਾਲੀਆਂ ਦੋਨੇ ਪੀਪੀਆਂ ਨਿੱਕੇ ਤੋਂ ਖੋਹ ਲੀਆਂ, ਸਾਈਕਲ ਦੇ ਹੈਂਡਲ ਤੇ ਟੰਗ ਕੇ ਘਰ ਨੂੰ ਛੂਟ ਵੱਟ ਲਈ। ਕਹਿੰਦਾ ਚਾੜਿਆ ਇਹਨੂੰ, ਘਰ ਦਾ ਜੋੜ ਦਾ ਕੰਮ ਆ, ਪੰਜੀਰੀ ਪੰਜੂਰੀ ਦਾ ਆਪਣਾ ਕੰਮ ਨਹੀਂ। ਇਹ ਤਾਂ ਕਹਿੰਦੇ ਕੰਪਿਊਟਰ ਤੇ ਬੈਠ ਕੇ ਇਹਨੇ ਟ੍ਰੇਨਿੰਗ ਕਰਨੀ ਆ, ਸਾਡੇ ਵਾਲਾ ਚੌਲਾਂ ਦੀ ਪਿੰਨੀ ਵਰਗਾ ਬੇਹਾ ਜਿਹਾ ਮੂੰਹ ਕਰਕੇ ਖੜਾ, ਇਹੋ ਜਿਹੇ ਹੁੰਦੇ ਆ ਪਿੰਡ ਵਾਲੇ ਨੈਵੀਗੇਟਰ। ਇਹ ਵੀ ਇੱਕ ਗੁਰਨੈਬ ਸਿੰਘ ਦੇ ਤੇ ਘੁੱਦਾ ਸਿੰਘ ਨੇ ਲਿਖਿਆ, ਪਹਿਲੀ ਦਾਊ ਮਾਜਰੇ ਨੇ ਲਿਖੀ ਸੀ ਗੱਜੇ ਬਾਬੇ ਵਾਲੇ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਸੋਮਵਾਰ ਨੂੰ ਫੇਰ ਮੁੜਦਾ ਤੇ ਰੱਬ ਰਾਖਾ ਅਖੀਰ ਚਿੱਪਰ ਵਾਲੇ ਦੀਦਾਰ ਤੁਹਾਡੇ ਲਈ, ਚੜ੍ਹਦੀ ਕਲਾ।